ਲਓ ਸਾਹਮਣੇ ਆ ਤਾੜੀ ਤਾੜੀ ਮਾਰ ਦਿਓ ਆ ਪ੍ਰਥਾ ਆ ਪ੍ਰਥਾ ਆ ਮੁੰਡਾ ਕਿਤੇ ਬੱਲੇ ਬੱਲੇ ਕਢਾ ਗਿਆ ਹੈ ਆ ਮੁੰਡਾ ਕਿਤੇ ਰਾਜਾ ਆ ਸਬਰਵਾਲ ਆ ਹੁਸਰਾ ਲਾ ਗਿਆ ਹੈ ਇਹਦਾ ਗੱਲਾ ਟਿਕਾਣੇ ਭੱਟੀ ਸਿਆ ਆ ਵੀ ਮੁੰਡਾ ਖੇਡਣ ਆਇਆ ਅੱਜ ਆ ਗੱਲਾ ਟਿਕਾਣੇ ਲੱਗਣ ਜਾ ਰਹੀਆਂ ਹੈ ਆ ਕਿਹਦੇ ਧਰਤ ਰਾਮਗੜ੍ਹ ਦੀ ਹੈ ਜਿੱਥੇ ਕਹਿੰਦੇ ਗੱਲਾ ਟਿਕਾਣੇ ਲਓ ਸਾਹਮਣੇ ਹੱਲੇ ਦਾ ਸ਼ੁਰੂਆਤ ਹੈ ਹੱਲੇ ਦਾ ਸ਼ੁਰੂਆਤ ਹੈ ਗੱਲਾਂ ਟਿਕਾਣੇ ਲੱਗ ਰਹੀਆਂ ਮੇਰੇ ਪੰਜਾਬੀ ਵੀਰੋ ਬਹੁਤ ਚੋਟੀ ਦਾ ਮੈਚ ਸੈਮੀ ਫਾਈਨਲ ਖੇਡਿਆ ਜਾ ਰਿਹਾ ਹੈ ਮਹਿਮਦਪੁਰ ਤੇ ਨਾਲ ਕਹਿੰਦੇ ਟਾਂਡੀ ਭਿੜਦੀ ਪਈ ਹੈ ਦੋਨੇ ਕਹਿੰਦੇ ਜ਼ਿਲ੍ਹਾ ਕਪੂਰਥਲੇ ਦੀਆਂ ਟੀਮਾਂ ਨੇ ਲਓ ਇੱਧਰ 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 ਅੱਜ ਕਹਿੰਦੇ ਭਲੱਖਾ ਵਾਲਾ ਐ ਨਾ ਕਹਿੰਦੇ ਜਿੱਤਣ ਨੂੰ ਆਇਆ ਹੋਇਆ ਹੈ ਆਹ ਭਲੱਖਾ ਵਾਲਾ ਬੱਲੇ ਬੱਲੇ ਕਰਾਉਣ ਨੂੰ ਆਇਆ ਹੋਇਆ ਹੈ ਅੱਜ ਟਾਂਡੀ ਦਾ ਪੁੱਤਰ ਬਣ ਕੇ ਖੇਡਦਾ ਪਿਆ ਹੈ ਚੋਟੀ ਦੇ ਸਟਾਰ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਨੇ ਲਓ ਤਿੰਨ ਓਵਰ ਤੇ 37 ਸਕੋਰ ਹੋ ਗਿਆ ਜੀ ਤਿੰਨ ਓਵਰ 37 ਸਕੋਰ ਰਾਜਾ ਸੱਬਰਵਾਲ ਚੋਟੀ ਦਾ ਸਟਾਰ ਭਲੱਖਾ ਦੀ ਧਰਤੀ ਦਾ ਜਿੱਥੇ ਡਾਕਟਰ ਵਰਗੇ ਸੋਨੂੰ ਡਾਕਟਰ ਵਰਗੇ ਸਟਾਰ ਪਲੇਅਰ ਨੇ ਉੱਥੇ ਦਾ ਸੁਪਰ ਸਟਾਰ ਲਓ ਹਨੀ ਨਾਲ ਹਨੀ ਪ੍ਰੇਰੀ ਦਿੱਤਾ ਬੋਲਾਂ ਭਾਰਿਆ ਤੇ ਸਟ੍ਰਾਈਕ ਦੇ ਹਨੀ ਵਰਗੇ ਰਾਜੇ ਵਰਗੇ ਬੱਲੇ 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 ਪਰ ਇੱਧਰ ਉਹ ਰਾਜਾ ਕਹਿੰਦੇ ਵਾਟਾ ਵੱਢੀ ਆਉਂਦਾ ਹੈ ਰਾਜਾ ਕਹਿੰਦੇ ਬੱਲੇ ਬੱਲੇ ਕਰਾਈ ਆਉਂਦਾ ਹੈ ਲਓ ਆ ਭਲੱਖਾ ਵਾਲਾ ਫੇਰ ਬੱਲੇ ਬੱਲੇ ਘਰਾ ਗਿਆ ਹੈ ਆਓ ਚੋਟੀ ਦੇ ਸਟਾਰ ਖੇਡਦੇ ਪਏ ਹੈ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਨੇ ਮੈਂ ਪਹਿਲਾਂ ਗਿਆ ਇਹ ਭਲੱਖਾ ਤੋਂ ਚੱਲ ਕੇ ਆਇਆ ਹੈ ਅੱਜ ਟਾਂਡੀ ਦਾ ਪੁੱਤਰ ਬਣ ਕੇ ਖੇਡਦਾ ਪਿਆ ਹੈ ਪਿੰਡ ਪੱਧਰ ਦਾ ਟੂਰਨਾਮੈਂਟ ਦਾ ਚੱਲਦਾ ਪਿਆ ਤੇ ਦੋ ਬਾਹਰੋਂ ਨੇ ਉਧਰ ਉਧਰ ਹਨੀ ਵਰਗੇ ਤੇ ਰਾਜੇ ਸੱਬਰਵਾਲ ਵਰਗੇ ਖੇਡ ਗਰਾਊਂਡ ਦੇ ਵਿੱਚ ਹੈ ਇਹਨਾਂ ਕਹਿੰਦੇ ਮੁੰਡੇ ਡਟੇ ਹੋਏ ਨੇ ਟਾਂਡੀ ਦੇ ਨਾਲ ਮਹਿਮਦਪੁਰ ਖੇਡਦੀ ਪਈ ਹੈ ਉਧਰ ਰਾਣੇ ਵਰਗੇ ਪੰਜਾਬ ਪੁਲਿਸ ਵਰਗੇ ਖੇਡ ਗਰਾਊਂਡ ਦੇ ਵਿੱਚ ਹੈ ਡਿੰਪਲ ਵਰਗੇ ਖੇਡ ਗਰਾਊਂਡ ਦੇ ਵਿੱਚ ਹੈ ਜਾਪੇ ਵਰਗੇ ਖੇਡ ਗਰਾਊਂਡ ਦੇ ਵਿੱਚ ਹੈ
ਗੌਰਵ ਭੱਟੀ ਵਰਗੇ ਇਹਨਾਂ ਕਹਿੰਦੇ ਪ੍ਰੇਰਿਤ ਦਿੱਤਾ ਵਰਗੇ ਖੇਡ ਗਰਾਊਂਡ ਦੇ ਵਿੱਚ ਹੈ। ਬਾਲਾਂ ਪਾਉਣ ਦੇ ਲਈ ਪ੍ਰੇਰਿਤ ਦਿੱਤਾ ਤਿਆਰ ਬਰ ਤਿਆਰ ਹੈ। ਲਓ ਸਾਹਮਣੇ ਗੈਪ ਬਣਾ ਕੇ ਖੇਡੀ ਹੈ ਰਾਜੇ ਨੇ, ਇੱਕ ਸਿੰਗਲ ਜੋੜਦਾ ਹੈ ਹਨੀ ਮਾਡਲ ਟੌਨ ਤੇ ਨਾਲ ਰਾਜਾ ਸੱਬਰਵਾਲ, ਓਪਨਿੰਗ ਜੋੜੀ ਹੈ ਟਾਂਡੀ ਦੀ। ਸੁਬਾਲਾ ਪਾਉਣ ਦੇ ਲਈ ਪ੍ਰੇਰਿਤ ਦਿੱਤਾ ਤਿਆਰ ਬਰ ਤਿਆਰ ਹੈ। ਬਾਲ ਕਹਿੰਦੇ ਫੀਲਡਰ ਦੇ ਹੱਥਾਂ ਦੇ ਵਿੱਚ, ਸਕੋਰ ਦੱਸ ਦੀਜੀ ਆਪਾਂ। ਹਾਂਜੀ, ਚਾਰ ਓਵਰ ਤੇ 44 ਹੋ ਗਏ, 43 ਜੀ, ਠੀਕ ਆ ਜੀ 43, ਚਾਰ ਓਵਰ ਤੇ 43 ਸਕੋਰ ਹੋ ਗਿਆ, ਨੋਟ ਕਰ ਲਈਏ ਜੀ ਆਪਾਂ। ਲਓ ਬਾਲਾ ਪਾਉਣ ਦੇ ਲਈ ਰਾਣਾ ਪੁਲਸੀ ਆ ਗਿਆ ਖੇਡ ਗਰਾਊਂਡ ਦੇ ਵਿੱਚ, ਬਹੁਤ ਹੀ ਤਕੜਾ ਬੋਲਰ ਹੈ, ਮਹਿਮਦਪੁਰ ਨਗਰ ਹੈ ਗੱਭਰੂ ਦਾ ਹੈ ਤੇ ਪੰਜਾਬ ਪੁਲਿਸ ਵਾਲਾ ਹੁਣ ਬਾਲਾ ਪਾਵੇਗਾ। ਸੱਬਰਵਾਲ ਸਾਹਿਬ ਸਾਹਮਣੇ ਪੰਜਾਬ ਪੁਲਿਸ ਵਾਲਾ ਬਾਲਾ ਪਾਉਣ ਲੱਗਾ ਹੈ। ਉਧਰ ਪੰਜਾਬ ਪੁਲਿਸ ਵਾਲਾ ਰਾਣਾ ਕਹਿੰਦੇ ਬਾਲਾ ਭਾ ਰਿਹਾ ਹੈ, ਜਿਹਦੀ ਯਾਰੀ ਕਹਿੰਦੇ ਸੱਤੂ ਮਾਨਵ ਮੰਡੀ ਦੇ ਨਾਲ ਹੈ, ਉਹ ਮੁੰਡਾ ਕਹਿੰਦੇ ਅੱਜ ਬਾਲਾ ਭਾ ਰਿਹਾ ਪੰਜਾਬ ਪੁਲਿਸ ਵਾਲਾ ਹੈ। ਪਰ ਇੱਧਰ ਇੱਧਰ ਬਾਲਾ ਲੱਗਦਾ ਚਾਰ ਆ ਗਏ ਹੈ। ਲਾਓ ਗੱਲਾਂ ਟਿਕਾਣੇ ਲਾ ਦੀਆਂ ਮੇਰੇ ਪੰਜਾਬੀ ਵੀਰੋ, ਅੱਜ ਕਹਿੰਦੇ ਟਾਂਡੀ ਵਾਲੇ ਜਿੱਤਣ ਨੂੰ ਆਏ ਹੋਏ ਹੈ। ਆ ਜਿਹੜੀ ਟੱਕਰ 21,000 ਦੇ ਲਈ ਭਿੜਦੀ ਪਈ ਹੈ, ਜਿਹੜੀ ਉਸ ਤੋਂ ਬਾਅਦ ਟੱਕਰ ਹੋਣੀ ਹੈ ਉਹ ਕਹਿੰਦੇ 31,000 ਦੀ ਟੱਕਰ ਹੋਣੀ ਹੈ। ਪਰ ਇੱਧਰ ਦੂਜੀ ਦੇ ਬੱਲੇ ਬੱਲੇ ਕਰਾ ਗਿਆ ਹੈ। ਉਧਰ ਹੈਰੀ USA ਸਾਡਾ ਭਰਾ, ਅੱਜ ਦੇ ਖੇਡ ਮੇਲੇ ਦਾ ਵੱਡਾ ਸਪੋਂਸਰ ਹੈ, ਮੇਨ ਸਪੋਂਸਰ ਹੈ ਸਾਡਾ ਭਰਾ
ਵੱਡੀਆਂ ਰੌਣਕਾਂ ਲਾਈਆਂ ਹੋਈਆਂ ਨੇ। ਪਰ ਇੱਧਰ ਇੱਧਰ ਥੱਲੇ ਕੌਣ ਹੈ? ਹਲੇ ਨੀ ਰਾਜੇ ਸਿੰਘ ਪਹਿਲੇ ਗਿਆ ਪੰਜਾਬ ਪੁਲਿਸ ਵਾਲਾ ਹੈ, ਇਹਨੇ ਕਾਗਜ਼ ਪੱਤਰ ਚੈੱਕ ਨਹੀਂ ਕਰਨੇ, ਇਹਨੇ ਡਾਇਰੈਕਟ ਆਊਟ ਕਰਨਾ, ਇਹਨੇ ਡਾਇਰੈਕਟ ਚਲਾਨ ਕਰ ਦੇਣਾ ਤੇਰਾ, ਇਹਨੂੰ ਦੇਖ ਕੇ ਖੇਡਣਾ ਪੈਣਾ ਹੈ। ਕਿ ਰਾਮਗੜ੍ਹ ਦੇ ਮੁੰਡੇ ਦੇਖ ਲਓ, ਮੁੰਡੇ ਸੋਹਣੇ ਸ਼ੌਕ ਪਕਾਉਂਦੇ ਨੇ ਕਿ ਦਸਾਂ ਨੋਹਾਂ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਨੇ, ਖਰੇ ਖੋਟੇ ਦੀ ਕਦਰ ਇਹਨਾਂ ਨੂੰ ਆਉ ਕਰਦੇ ਗੱਲ ਟਣਕਾ ਕੇ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਫੀਆਂ ਪਾ ਕੇ। ਪਰ ਇੱਧਰ 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 ਆਓ ਸਵਾਲ ਹੈ, ਆਓ ਤਾੜੀ ਮਾਰੋ ਜੀ। ਉੱਧਰ ਪੰਜਾਬ ਪੁਲਿਸ ਵਾਲਾ ਉਂਗਲ ਖੜੀ ਕਰ ਗਿਆ ਹੈ, ਐਨਾ ਕਹਿੰਦੇ ਉਂਗਲ ਖੜੀ ਕਰ ਗਿਆ। ਸਰਦਾਰ ਬਲਦੇਵ ਸਿੰਘ ਜੀ ਸਾਡੇ ਦਰਮਿਆਨ ਪੁੱਜੇ ਹੈ, ਹੈਰੀ ਜੀ ਦੇ ਫਾਦਰ ਸਾਹਿਬ, ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਵੱਡਾ ਰੋਲ ਆ ਜੀ ਉਹਨਾਂ ਦਾ ਅੱਜ ਦੇ ਖੇਡ ਮੇਲੇ ਦੇ ਵਿੱਚ। ਉਧਰ ਤਹਿ ਦਿਲ ਧੰਨਵਾਦ। ਉਧਰ ਸਰਦਾਰ ਬਲਵੰਤ ਸਿੰਘ ਜੀ ਸਾਡੇ ਦਰਮਿਆਨ ਪੁੱਜ ਗਏ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਰਦਾਰ ਸੁਰਜੀਤ ਸਿੰਘ ਜੀ ਬੱਗਾ ਜੀ ਉਹ ਵੀ ਸਾਡੇ ਦਰਮਿਆਨ ਪੁੱਜ ਗਏ ਹੈ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅੱਜ ਹੈਰੀ ਮੁਲਤਾਨੀ USA ਜਿਹੜੇ ਭਰਾ ਨੇ ਕਹਿੰਦੇ ਵੱਡੇ ਉੱਦਮ ਦੇ ਤੇ ਨਾਲ ਕਹਿੰਦੇ ਨਗਰ ਦੇ ਸਹਿਯੋਗ ਦੇ ਨਾਲ ਅੱਜ ਵੱਡੇ ਪੱਧਰ ਤੇ ਖੇਡ ਮੇਲਾ ਕਰਵਾਇਆ ਭਰਾ ਨੇ। ਉਧਰ ਉਧਰ ਸਰਦਾਰ ਜੋਗਿੰਦਰ ਸਿੰਘ ਜੀ ਵੀ ਸਾਡੇ ਦਰਮਿਆਨ ਪੁੱਜ ਗਏ ਹੈ, ਤੇ ਸਰਦਾਰ ਸੁੱਚਾ ਸਿੰਘ ਜੀ ਉਹ ਵੀ ਸਾਡੇ ਦਰਮਿਆਨ ਪੁੱਜ ਗਏ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਧਰ ਜੋਗਾ USA ਉਧਰ ਤਹਿ ਦਿਲੋਂ ਧੰਨਵਾਦ ਜੋਗਾ USA ਰਾਮਗੜੀਆ ਜੋਗਾ USA ਸਾਡਾ ਯਾਰਾਂ ਦਾ ਯਾਰ ਜੋਗਾ ਬਾਵਾ ਉਹਦਾ ਵੀ ਤਹਿ ਦਿਲੋਂ ਧੰਨਵਾਦ। ਮੰਨਾ ਸਰਾਈ USA ਜੱਸਾ USA ਇਹਨਾਂ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਬੱਬਲ ਪੁਰਤਗਾਲ ਤੇ ਰਿੰਕੂ ਪੁਰਤਗਾਲ ਇਹਨਾਂ ਭਰਾਵਾਂ ਦਾ ਹੀ ਵੱਡਾ ਰੋਲ ਹੈ। ਠੀਕ ਹੈ ਜੀ। ਉਧਰ ਸਰਦਾਰ ਪਿਛੋਰਾ ਜੀ ਸਿੰਘ ਜੀ UK ਸਰਦਾਰ ਪਿਛੋਰਾ ਜੀ UK ਵਿੱਕੀ ਪੁਰਤਗਾਲ ਦਿਲਰਾਜ ਸਿੰਘ USA ਗੁਰਦੀਪ ਸਿੰਘ ਜੀ UK
ਗਿੱਲ ਯੂਕੇ ਸੋ ਸਾਰੇ ਭਰਾਵਾਂ ਦਾ ਵੱਡਾ ਸਹਿਯੋਗ ਹੈ, ਵੱਡਾ ਧੰਨਵਾਦ ਲਾਓ ਸਟ੍ਰਾਈਕ ਦੇ ਕਹਿੰਦੇ ਅਜੇ ਹੈ ਉਧਰ ਸਾਡੇ ਅੰਪਾਇਰ ਲਾਡੀ ਜੀ ਤੇ ਸਰਦਾਰ ਭਵਿੰਦਰ ਸਿੰਘ ਜੀ ਦਾ ਵੱਡਾ ਅਹਿਮ ਰੋਲ ਹੈ ਸੰਪੈਰੀ ਦੇ ਵਿੱਚ ਵੱਡਾ ਨਾਂ ਹੈ ਅਜੇ ਵਰਗੇ ਤੇ ਰਾਜਾ ਸੱਭਰਵਾਲ ਹੱਲੇ ਦਾ ਸ਼ੁਰੂਆਤਾਂ ਨੇ ਕਿ ਹੱਲੇ ਦਾ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ ਕਾਜ ਦੀਆਂ ਬੜੀਆਂ ਲੰਬੀਆਂ ਰਾਹਾਂ ਨੇ ਸਤਿੰਦਰ ਤੇ ਸਰਤਾਜ ਦੀਆਂ ਹੈ ਆਹ ਬੜੀਆਂ ਲੰਬੀਆਂ ਰਾਹਾਂ ਨੇ ਸਤਿੰਦਰ ਤੇ ਸਰਤਾਜ ਦੀਆਂ ਹੈ ਅੱਜ ਕਹਿੰਦੇ ਵੱਡੇ ਚੋਟੀ ਦੇ ਸਟਾਰ ਪੁੱਜੇ ਹੋਏ ਨੇ ਪਾਣੀ ਜ਼ਰੂਰ ਭਾਜੀ ਆਪਾਂ ਪੁੱਜਦਾ ਕਰਦੀ ਜੀ ਖੇਡ ਗਰਾਊਂਡ ਦੇ ਵਿੱਚ ਪਲੇਅਰਾਂ ਦੇ ਲਈ ਤੇ ਅੰਪਾਇਰਾਂ ਦੇ ਲਈ ਉਧਰ ਹਾਂਜੀ 6 ਓਵਰ ਤੇ 57 ਸਕੋਰ ਹੋ ਗਿਆ ਜੀ ਆਪਾਂ ਨੋਟ ਕਰ ਲਈਏ ਪੰਜਾਬ ਪੁਲਿਸ ਆ ਮੈਨੂੰ ਲੱਗਦਾ ਫੇਰ ਆ ਗਿਆ ਰਾਜਿਆ ਤੇਰਾ ਗਵਾਂਢੀ ਆ ਮਹਿਮਦਪੁਰੀਆ ਹੈ ਇਹ ਵੱਡਿਆਂ ਵੱਡਿਆਂ ਦੇ ਚਲਾਨ ਘਟਦਾ ਅੱਜ ਕਹਿੰਦੇ ਰਾਮਗੜ੍ਹ ਦੀ ਧਰਤੀ ਦੇ ਬੱਲੇ ਬੱਲੇ ਕਰਾ ਰਿਹਾ ਪਰ ਸਵਾਦ ਹੈ ਆ ਸਵਾਦ ਹੈ ਲਾ ਮੁੰਡਾ ਕਹਿੰਦੇ ਬੱਲੇ ਬੱਲੇ ਘਰਾ ਗਿਆ ਹੈ ਪੰਜਾਬ ਪੁਲਿਸ ਵਾਲਿਆ ਉਹ ਵੀ ਖੇਡਣ ਆਇਆ ਹੈ ਸਿਰਾ ਲਾਉਣ ਆਇਆ ਹੈ ਇਧਰ ਗੱਲਾਂ ਬਾਤਾਂ ਟਿਕਾਣੇ ਬੱਲੇ 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 ਓ ਸਵਾਦ ਹੈ ਐ ਨਾ ਕਹਿੰਦੇ ਮੁੰਡੇ ਨੇ ਗੁੱਲੀਆਂ ਉਖਾੜਦੀਆਂ ਬੱਲੇ ਬੱਲੇ ਘਰਾਤੀ ਹੈ ਪਰ ਇਧਰ ਟਾਂਡੀ ਵਾਲੇ ਅੱਜ ਸਿਰਾ ਲਾਉਣ ਨੂੰ ਆਏ ਹੈ ਲਾਓ ਪੰਜਾਬ ਪੁਲਿਸ ਵਾਲਾ ਫੇਰ ਤਿਆਰ ਪਰ ਤਿਆਰ ਹੈ ਉਧਰ ਜੋਗਾ ਯੂ ਐਸ ਏ ਰਾਮਗੜੀਆ ਸਾਡਾ ਭਰਾ ਇਹਨਾਂ ਰਵੀਰ ਉਸ ਭਰਾ ਦਾ ਵੀ ਤਹਿ ਦਿਲੋਂ ਧੰਨਵਾਦ ਪਰ ਸਾਹਮਣੇ ਉਧਰ ਮੈਨੂੰ ਲੱਗਦਾ ਸਿੰਗਲ ਜੋੜਦਾ ਹੈ ਮੰਨਾ ਸਰਾਈ ਯੂ ਐਸ ਏ ਜਸਾ ਯੂ ਐਸ ਏ ਬੱਬਲ ਪੁਰਤਗਾਲ ਤੇ ਰਿੰਕੂ ਪੁਰਤਗਾਲ ਪਿਸ਼ੋਰਾ ਸਿੰਘ ਜੀ ਯੂ ਕੇ ਵਿੱਕੀ ਪੁਰਤਗਾਲ ਦਿਲਰਾਜ ਸਿੰਘ ਯੂ ਐਸ ਏ ਲਾਓ ਅਜੇ ਪਰ ਸਾਹਮਣੇ ਬਾਲ ਕਹਿੰਦੇ ਫੀਲਡਰ ਦੇ ਹੱਥਾਂ ਦੇ ਵਿੱਚ ਨਾ ਇੱਦਾਂ ਬੋਲ ਇਕੱਠੇ ਨਾ ਬੋਲ ਥੋੜੀ ਜਿਹੀ
ਹਾਂਜੀ ਸਕੋਰ ਦੱਸ ਦਈਏ ਜੀ ਆਪਾਂ ਹਾਂਜੀ 7 ਓਵਰ ਤੇ 66 ਸਕੋਰ ਹੋ ਗਿਆ ਜੀ ਨੋਟ ਕਰ ਲਈਏ ਆਪਾਂ ਕੈਮਰੇ ਭਾਅ ਜੀ 2 ਆ ਜੀ ਇੱਕ ਸਟਰੇਟ ਵਾਲੀ ਸਾਈਡ ਆ ਇੱਕ ਲੈਗ ਵਾਲੀ ਸਾਈਡ ਆ ਉਧਰ ਸਰਦਾਰ ਬਲਵਿੰਦਰ ਸਿੰਘ ਜੀ ਪੰਡੋਰੀ ਵਾਲੇ ਵੀ ਸਾਡੇ ਦਰਮਿਆਨ ਪੁੱਜੇ ਆ ਕਬੱਡੀ ਦੇ ਕ੍ਰਿਕਟ ਦੇ ਪ੍ਰੇਮੀ ਹੈ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਸੋ ਪਿਛਲੇ ਦਿਨੀ ਵੱਡਾ ਕੱਪ ਕਰਵਾਇਆ ਭਾਅ ਜੀ ਉਹਨਾਂ ਨੇ ਤਹਿ ਦਿਲੋਂ ਧੰਨਵਾਦ ਪੰਡੋਰੀ ਵਾਲੇ ਸਰਦਾਰ ਬਲਵਿੰਦਰ ਸਿੰਘ ਜੀ ਸਾਡੇ ਦਰਮਿਆਨ ਪੁੱਜੇ ਹੈ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਉਧਰ ਸਾਡਾ ਯਾਰਾਂ ਦਾ ਯਾਰ ਹੈਰੀ ਯੂ ਐਸ ਏ ਜਿਨ੍ਹਾਂ ਨੇ ਕਹਿੰਦੇ ਆਪਣੇ ਦਾਦਾ ਅਤੇ ਦਾਦੀ ਦੀ ਯਾਦ ਦੇ ਵਿੱਚ ਨਿੱਘੀ ਯਾਦ ਨੂੰ ਸਮਰਪਿਤ ਖੇਡ ਮੇਲਾ ਕਰਵਾਇਆ ਸੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਬਲਦੇਵ ਸਿੰਘ ਜੀ ਦੇ ਲੱਗਦੇ ਜ਼ਿਕਰ ਹੈਰੀ ਮੁਲਤਾਨੀ ਯੂ ਐਸ ਏ ਸਾਡਾ ਯਾਰਾਂ ਦਾ ਯਾਰ ਕਿ ਕਦੇ ਸੋਚਿਆ ਨਹੀਂ ਕਿੱਦਾਂ ਉੱਤੇ ਚੱਕੇ ਪਾਤਸ਼ਾਹ ਖੁਸ਼ ਰਹਿੰਦੇ ਹਾਂ ਵੀ ਜਿੱਥੇ ਸਾਨੂੰ ਰੱਖੇ ਪਾਤਸ਼ਾਹ ਇਸ ਕਰਕੇ ਨੀ ਕਦੇ ਕਦੇ ਝੂਠ ਬੋਲਿਆ ਤਾਂ ਹੀ ਉੱਤੇ ਬੈਠਾ ਦੇਖਦਾ ਏ ਸੱਚੇ ਪਾਤਸ਼ਾਹ ਤਾਂ ਹੀ ਉੱਤੇ ਬੈਠਾ ਦੇਖਦਾ ਏ ਸੱਚੇ ਪਾਤਸ਼ਾਹ ਹੈਰੀ ਮੁਲਤਾਨੀ ਸਾਡਾ ਯਾਰਾਂ ਦਾ ਯਾਰ ਅੱਜ ਦੇ ਵੱਡੇ ਪੱਧਰ ਦੇ ਭਰਾ ਨੇ ਮੇਲਾ ਕਰਵਾਇਆ ਹੈ ਮੁਲਤਾਨੀ ਪਰਿਵਾਰ ਵੱਲੋਂ ਵੱਡਾ ਸਹਿਯੋਗ ਤੇ ਪਿੰਡ ਦੇ ਭਰਾਵਾਂ ਦਾ ਵੀ ਕਹਿੰਦੇ ਵੱਡਾ ਸਹਿਯੋਗ ਹੈ ਤਹਿ ਦਿਲੋਂ ਧੰਨਵਾਦ ਸਾਰੇ ਯਾਰਾਂ ਮਿੱਤਰਾਂ ਦਾ ਹੈ ਅੱਜ ਦਾ ਲਾਈਵ ਫਾਈਨ ਸਪੋਰਟਸ ਖੇਡਿਆ ਜਾ ਰਿਹਾ ਬੜੀ ਵਧੀਆ ਵੈਬਸਾਈਟ ਹੈ ਫਾਈਨ ਸਪੋਰਟਸ ਬਹੁਤ ਪਿਆਰੀ ਵੈਬਸਾਈਟ ਹੈ ਜਿੱਥੇ ਅੱਜ ਪੂਰੀ ਦੁਨੀਆ ਦੇ ਵਿੱਚ ਕ੍ਰਿਕਟ ਦਾ ਕੁੰਭ ਰਾਮਗੜ੍ਹ ਦੀ ਧਰਤੀ ਦੇ ਸਰ ਜ਼ਮੀਨ ਦੇ ਉੱਤੇ ਖੇਡਿਆ ਜਾ ਰਿਹਾ ਹੈ ਮਹਿਮਦਪੁਰ ਤੇ ਨਾਲ ਕਿਤੇ ਟਾਂਡੀ ਖੇਡਦੀ ਪਈ ਹੈ ਨਡਾਲਾ ਏਰੀਆ ਹੈ ਤੇ ਇੱਧਰ ਭਲੱਥਾਂ ਦੇ ਏਰੀਏ ਦੀ ਟੀਮ ਮਹਿਮਦਪੁਰ ਖੇਡਦੀ ਪਈ ਹੈ ਚੋਟੀ ਦੇ ਸਟਾਰ ਰਾਣੇ ਵਰਗੇ ਡਿੰਪਲ ਵਰਗੇ ਜਾਪੇ ਵਰਗੇ ਸਨੀ ਲੈਪਟੀ ਵਰਗੇ ਗੋਪੀ ਵਰਗੇ ਅਜੀ ਵਰਗੇ ਸਨੀ ਵਰਗੇ ਹੈਰੀ ਵਰਗੇ ਹੈਪੀ ਵਰਗੇ ਅਜੇ ਵਰਗੇ ਤੇ ਗੌਰਵ ਭੱਟੀ ਵਰਗੇ ਜਲੰਧਰ ਵਰਗੇ ਸਟਾਰ ਪਲੇਅਰ ਪ੍ਰੇਰਿਤ ਦੱਤਾ ਵਰਗੇ ਇਹ ਨਾ ਕਹਿੰਦੇ ਸੁਪਰ ਸਟਾਰ ਪਲੇਅਰ ਹੈ ਪਿੰਡ ਪੱਧਰ ਦਾ ਖੇਡ ਮੇਲਾ ਤੇ ਦੋ ਬਾਰੋਂ ਹੈ ਸਰਦਾਰ ਜਗਤ ਸਿੰਘ ਤੇ ਮਾਤਾ ਅਮਰ ਕੌਰ ਦੀ ਮਿੱਠੀ ਯਾਦ ਦੇ ਵਿੱਚ ਖੇਡ ਮੇਲਾ ਖੇਡਿਆ ਜਾ ਰਿਹਾ ਸੋ 12 ਅਪ੍ਰੈਲ ਦਾ ਦਿਨ ਹੈ ਚੋਟੀ ਦੇ ਸਟਾਰ ਖੇਡਦੇ ਪਏ ਹੈ
ਉਧਰ ਕੀ ਇਸ਼ਾਰਾ ਹੋਵੇਗਾ ਅੰਪਾਇਰ ਜੀ ਦਾ? ਚਾਰ ਆ ਗਿਆ ਜੀ, ਨਹੀਂ ਜੀ ਦੋ ਆ ਗਏ, ਠੀਕ ਹੈ ਜੀ। ਜਾਪਾ ਲਓ ਸਾਹਮਣੇ, ਇਹ ਤਾਂ ਮੇਰੇ ਵੱਲ ਨੂੰ ਦਰਿਆ ਆਉਂਦਾ ਹੈ। ਆਓ ਆਓ ਦੀ ਤਗੜੀਆਂ ਬੋਲਾਂ ਪੈ ਰਹੀਆਂ ਹੈ। ਆ ਰਾਜੇ ਦੇ ਲਈ ਤਾੜੀ ਮਾਰੋ ਜੀ, ਪ੍ਰਥਾ ਵਾਲੇ ਦੇ ਲਈ। ਅੱਜ ਟਾਂਡੀ ਵਾਲਿਆਂ ਨੇ ਕਿਸੇ ਗੱਲ ਨੂੰ ਸੱਦਿਆ ਹੈ। ਆਓ ਟਾਂਡੀ ਵਾਲਿਆਂ ਨੇ ਕਿਸੇ ਗੱਲ ਨੂੰ ਸੱਦਿਆ ਹੈ। ਚਾਰ ਆ ਗਿਆ ਜੀ, ਨੋਟ ਕਰ ਲਈਏ ਆਪਾਂ। ਹਾਂਜੀ ਅੰਪਾਇਰ ਸਾਹਿਬ, ਅੰਪਾਇਰ ਸਾਹਿਬ ਨੌ ਬੋਲਾ ਜੀ ਦੱਸਿਓ, ਮਾੜਾ ਜਿਹਾ ਕਲੀਅਰ ਕਰ ਲਈਏ ਆਪਾਂ। ਸੋ ਥੋੜਾ ਪਿੱਛੇ ਪਿੱਛੇ ਆਪਾਂ ਹੋ ਜੇ ਸਾਨਾਂ ਦੇ ਭੇੜ। ਭਾਜੀ ਮਾੜਾ ਜਿਹਾ ਪਿੱਛੇ ਹੋ ਜੀ, ਆਪਾਂ ਬੇਨਤੀ ਹੈ, ਬਾਉਂਡਰੀ ਲਾਈਨ ਹੈ, ਥੋੜਾ ਪਿੱਛੇ ਰਹੀਏ। ਹਾਂਜੀ ਭਾਜੀ, ਜਿਹੜੇ ਪਲੇਅਰ ਬੈਟਿੰਗ ਵਾਲੇ ਪਲੇਅਰ ਭਾਜੀ ਅੱਗੇ ਨਾ ਆਈਏ, ਆਪਾਂ ਬਾਉਂਡਰੀ ਪਾਰ ਨਾ ਕਰੀਏ, ਬੇਨਤੀ ਹੈ। ਸੋ ਬੜਾ ਵਧੀਆ ਮੈਚ ਚੱਲਦਾ ਪਿਆ ਹੈ। ਉਧਰ ਆ ਰਾਜਾ ਜੀ ਦੇ 50 ਹੋ ਗਏ ਜੀ, ਤਾੜੀ ਮਾਰੋ ਰਾਜੇ ਦੇ ਲਈ। ਭਲੱਥਾ ਦੀ ਸ਼ਾਨ, 54 ਸਕੋਰ ਹੋ ਗਿਆ, 29 ਬਾਲਾਂ ਦੇ ਵਿੱਚ ਮੁੰਡੇ ਨੇ ਬੱਲੇ ਬੱਲੇ ਘਰਾਤੀ ਹੈ। ਲਓ ਭਲੱਥਾ ਵਾਲਾ ਕਹਿੰਦੇ ਬੱਲੇ ਬੱਲੇ ਘਰਾ ਰਿਹਾ, ਪਰ ਸਾਹਮਣੇ ਬਾਲਾਂ ਪਾਉਣ ਦੇ ਲਈ ਹਾਂਜੀ ਦੱਸੀਏ ਜੀ ਸਕੋਰ ਆਪਾਂ 75। ਭਾਜੀ ਇੱਧਰ ਕਲੀਅਰ ਕਰੀਏ ਜੀ, ਉੱਧਰ ਬੈਟਿੰਗ ਵਾਲੇ ਭਰਾ ਕਹਿ ਰਹੇ ਕਿ ਇੱਕ ਬਾਲ ਪਈ ਸ਼ਾਇਦ। ਓਵਰ ਹੋ ਗਿਆ ਭਾਜੀ, ਅੱਠ ਓਵਰ ਤੇ 7500 ਸਕੋਰ ਹੋ ਗਿਆ ਜੀ। ਅਜੇ ਵਰਗੇ ਦੇ ਨਾਲ ਰਾਜਾ ਸੱਭਰਵਾਲ, ਲਓ ਭੱਟੀ ਕਹਿੰਦੇ ਤਿਆਰ ਪਰ ਤਿਆਰ ਹੈ ਬਾਲਾਂ ਪਾਉਣ ਦੇ ਲਈ। ਲਓ ਸਾਹਮਣੇ ਸਟ੍ਰੇਟ ਖੇਡੀ ਹੈ ਗੱਭਰੂ ਨੇ, ਸਿੰਗਲ ਜੋੜਦਾ ਹੈ। ਬੜਾ ਜੋਧੀ ਦਾ ਮੈਚ ਖੇਡਿਆ ਜਾ ਰਿਹਾ ਹੈ ਰਾਮਗੜ੍ਹ ਦੀ ਸਰ ਜ਼ਮੀਨ ਦੇ ਉੱਤੇ। 31,000 ਤੇ 21,000 ਦੇ ਭੇੜ ਖੇਡੇ ਜਾਣੇ ਹੈ। ਆਹ ਟੱਕਰ 21,000 ਦੀ ਖੇਡੀ ਜਾ ਰਹੀ ਹੈ, ਕਿਉਂਕਿ ਜਦੋਂ ਸੈਮੀ ਹੋਵੇ ਤੇ 21 ਦੀ, ਜਦੋਂ ਫਾਈਨਲ ਹੋਵੇ ਤੇ 31 ਦੀ। ਉਹ ਮੁਕਾਬਲਾ ਕਹਿੰਦੇ ਚੋਟੀ ਦਾ ਹੈ। ਲਓ ਭੱਟੀ ਵਾਲਾ ਪਾ ਰਿਹਾ ਹੈ, ਪਰ ਅਜੇ ਵਰਗੇ ਲਓ ਸਾਹਮਣੇ ਡਿੰਪਲ ਦੇ ਹੱਥਾਂ ਦੇ ਬਾਲ। ਪੰਜਾਬ ਪੁਲਿਸ ਵਾਲੇ ਰਾਣੇ ਦੇ ਚਰਚੇ ਹੈ, ਡਿੰਪਲ ਦੇ ਚਰਚੇ ਹੈ, ਪ੍ਰੇਰੀ ਦੱਤਾ ਵਰਗੇ ਸਟਾਰ ਪ੍ਰੇਰਾ ਜਲੰਧਰ ਵਾਲੇ, ਗੌਰਵ ਭੱਟੀ ਵਰਗੇ।
ਪਰ ਆ ਇਹਨੂੰ ਰੋਕਣਾ ਪੈਣਾ ਹੈ, ਮੈਂ ਮਜਬੂਰੀਓ ਇਹਦਾ ਕੁਝ ਕਰਨਾ ਪੈਣਾ ਹੈ। ਉਧਰ ਪੋਪੀ ਰੰਧਾਵਾ ਸਾਡਾ ਯਾਰਾਂ ਦਾ ਯਾਰ ਪੋਪੀ ਰੰਧਾਵਾ ਹੈ, ਜੀਤੂ ਵਰਗੇ, ਜਸ਼ਨ ਵਰਗੇ, ਗੁਰਬਾਜ ਵਰਗੇ, ਅਰਮਾਨ ਵਰਗੇ, ਜਸ਼ਨ ਦੀਪੇ ਦੀਪੇ ਹੋਣੇ ਵਰਗੇ, ਇਹਨਾਂ ਕਹਿੰਦੇ ਸਰਬਜੀਤ ਸਿੰਘ ਸੰਨੀ ਵਰਗੇ, ਲਾਓ ਭੱਟੀ। ਆਓ ਜਲੰਧਰ ਵਾਲਾ ਬੱਲੇ ਬੱਲੇ ਘਰਾ ਗਿਆ, ਅਜੇ ਨੀ ਤੋਰਦਾ, ਆ ਭੱਟੀ ਦੇ ਲਈ ਤਾੜੀ ਮਾਰੋ ਜੀ। ਕਿਆ ਬਾਤ ਹੈ, ਬੱਲੇ ਬੱਲੇ ਘਰਾ ਗਿਆ ਮੁੰਡਾ ਹੈ। ਆਓ ਸਿਰਾ ਲਾ ਗਿਆ ਜਲੰਧਰ ਵਾਲਾ ਹੈ, ਇਹਨਾਂ ਕਹਿੰਦੇ ਪਵੀਲੀਅਨ ਨੂੰ ਤੋਰਤਾ ਅਜੇ ਨੇ, ਅਜੇ ਨੂੰ ਕਹਿੰਦੇ ਪਵੀਲੀਅਨ ਨੂੰ ਤੋਰਤਾ ਮੁੰਡਿਆਂ ਨੇ। ਰਾਜੇ ਸਿੰਘ ਤੈਨੂੰ ਰਹਿਣਾ ਪੈਣਾ ਹੈ, ਜੇ ਟਾਰਗੇਟ ਵੱਡਾ ਦੇਣਾ ਭਲੱਥਾ ਵਾਲਿਆ ਤਕੜਾ ਖੇਡਣਾ ਪੈਣਾ ਹੈ। ਉਧਰ ਸਵਰਗਵਾਸੀ ਜਗਤ ਸਿੰਘ ਤੇ ਮਾਤਾ ਅਮਰ ਕੌਰ ਦੀ ਮਿੱਠੀ ਯਾਦ ਦੇ ਵਿੱਚ ਹੈਰੀ ਮਲਤਾਨੀ USA ਵਾਲਾ ਭਰਾ ਆਪਣੇ ਦਾਦਾ ਤੇ ਦਾਦੀ ਦੀ ਯਾਦ ਦੇ ਵਿੱਚ ਖੇਡ ਮੇਲਾ ਕਰਵਾ ਰਿਹਾ ਹੈ, ਤੇ ਨਾਲ ਸਰਦਾਰ ਧਰਮ ਸਿੰਘ ਜੀ ਸਵਰਗਵਾਸੀ ਤੇ ਮਾਤਾ ਸਿਮਰਨ ਕੌਰ। ਉਧਰ ਹੈਰੀ ਜੀ ਦੇ ਤਾਏ ਤੇ ਤਾਇਆ ਜੀ ਨੇ, ਸੋ ਉਹਨਾਂ ਦਾ ਵੀ ਵੱਡਾ ਉਦਮ ਹੈ, ਨਾਲ ਸਵਰਗਵਾਸੀ ਸ਼ਾਮ ਸਿੰਘ ਜੀ, ਸੋ ਯਾਦ ਕੀਤਾ ਜਾ ਰਿਹਾ ਉਹਨਾਂ ਰੱਬ ਰੂਪੀ ਸੰਗਤਾਂ ਨੂੰ। ਸੋ ਸਵਰਗਵਾਸੀ ਮਹਿਨ ਸਿੰਘ ਜੀ ਉਹਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ। ਇਹ ਬਜ਼ੁਰਗਾਂ ਦੇ ਯਾਦ ਦੇ ਵਿੱਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਕਿ ਮਾਂ ਬਾਪ ਨੂੰ ਹੱਸਦਾ ਵੇਖ ਕੇ ਮੈਂ ਦੁਨੀਆ ਜਿੱਤ ਲੈਂਦਾ ਹਾਂ, ਵਾਰੋ ਵਾਰੀ ਸਭ ਨੇ ਜਾਣਾ ਕਿਹੜੀ ਗੱਲ ਦਾ ਰੋਲਾ ਕਿ ਫਿਲਮਾਂ ਵਰਗੀ ਜ਼ਿੰਦਗੀ ਹੈ, ਪਤਾ ਨਹੀਂ ਕਿੱਥੇ ਡੀ ਐਂਡ ਹੋ ਜਾਣਾ ਹੈ ਕਿ ਫਿਲਮਾਂ ਵਰਗੀ। ਲਓ ਰਵੀ ਟਾਂਡੀ ਵਾਲਾ ਬੜੀ ਜ਼ਬਰਦਸਤ ਗੇਂਦ ਭੱਟੀ ਦੁਆਰਾ ਹੈ, ਭੱਟੀ ਸਿਆ ਇਹ ਰਵੀ ਆਇਆ ਨਵਾਂ ਨਵਾਂ ਆਇਆ ਤੇ ਸਾਹਮਣੇ ਜਿਹੜਾ ਵੈਲੀ ਖੇਡਦਾ ਪਿਆ ਹੈ ਰਾਜਾ ਸੱਭਰਵਾਲ। ਲਓ ਬੜੀਆਂ ਤਗੜੀਆਂ ਬਾਲਾਂ ਪਾ ਰਿਹਾ ਹੈ ਜਲੰਧਰ ਵਾਲਾ ਕਿ ਅੱਜ ਸੱਜਣਾ ਨੂੰ ਆਈ ਏ। ਆਓ ਕਾਲ ਜਲੰਧਰ ਤੋਂ ਕਿ ਅੱਜ ਸੱਜਣਾ ਨੂੰ ਆਈ ਏ ਕਾਲ ਜਲੰਧਰ ਤੋਂ। ਸੋ ਤਹਿ ਦਿਲੋਂ ਧੰਨਵਾਦ। ਇੱਕ ਬੰਨੇ ਮਹਿਮਦਪੁਰ ਤੇ ਨਾਲ ਟਾਂਡੀ ਖੇਡਦੀ ਪਈ ਹੈ, 9 ਓਵਰ ਤੇ 78 ਸਕੋਰ ਹੋ ਗਏ ਹੈ, 16 ਓਵਰ ਖੇਡੇ ਜਾਣੇ ਹੈ, 9 ਓਵਰ ਹੋ ਗਏ ਹੈ ਤੇ 78 ਸਕੋਰ। ਜਿਹੜੀ ਇਹਨਾਂ ਦੇ ਜਿੱਤਣੀ ਹੈ ਉਹਨੇ ਕਹਿੰਦੇ 31,000 ਰਨ ਨੂੰ ਜਾਣਾ ਹੈ ਤੇ 21,000 ਤੇ 31,000 ਦੀ ਟੱਕਰ। ਜੈਪਾ ਆ ਗਿਆ ਬੋਲਿੰਗ ਤੇ। ਉਧਰ
ਬਹੁਤ ਹੀ ਸਤਿਕਾਰਯੋਗ ਬੱਲੇ 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 ਸਾਹਮਣੇ ਆ ਬੱਲੇ ਬੱਲੇ ਪਰ ਫੀਲਡਰ ਬਾਲ ਕਹਿੰਦੇ ਫੀਲਡਰ ਦੇ ਹੱਥਾਂ ਦੇ ਵਿੱਚ ਪਰ ਦੋ ਕੱਢ ਗਏ ਆ ਮੁੰਡੇ ਆਓ ਸੱਬਰਵਾਲ ਦੋਹਾਂ ਦੇ ਵਿੱਚ ਬੱਲੇ ਬੱਲੇ ਕਰਾ ਗਿਆ ਉਧਰ ਢਿੱਲੋਂ ਸਾਹਿਬ ਸਾਡੇ ਦਰਮਿਆਨ ਪੁੱਜ ਗਏ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਉਹ ਮੇਲਾ ਕਹਿੰਦੇ ਰਾਮਗੜੀਆਂ ਦਾ ਹੈ ਮੇਲਾ ਕਹਿੰਦੇ ਰਾਮਗੜੀਆਂ ਦਾ ਹੈ ਮੇਲਾ ਕਹਿੰਦੇ ਕਪੂਰਥਲੇ ਵਾਲਿਆਂ ਦਾ ਹੈ ਜਿੱਥੇ ਕਹਿੰਦੇ ਚੋਟੀ ਦੇ ਸਟਾਰ ਪਿੜਦੇ ਪਏ ਹੈ ਜਿੱਥੇ ਕਹਿੰਦੇ ਓ ਭਰਾਵਾਂ ਨੇ 31,000 ਤੇ ਨਾਲ 21,000 ਦੇਣਾ ਹੈ ਉਧਰ ਹੈਰੀ ਸਾਡਾ ਯਾਰਾਂ ਦਾ ਯਾਰ ਯੂਐਸ ਵਾਲਾ ਭਰਾ ਕਹਿੰਦਾ ਕਿ ਅਗਲੇ ਸਾਲ ਫਰਵਰੀ ਦੇ ਮਹੀਨੇ ਕਬੱਡੀ ਦਾ ਮਹਾਕੁੰਭ ਹੋ ਗਿਆ ਇਸੇ ਗਰਾਊਂਡ ਦੇ ਵਿੱਚ ਰਾਮਗੜੀਆ ਕਰੀ ਤਾੜੀ ਮਾਰਦੇ ਹੈਰੀ ਦੇ ਨਾਂ ਦੇ ਲਓ ਬੜੀ ਵੱਡੀ ਸੋਚ ਆ ਭਰਾ ਦੀ ਇਸੇ ਗਰਾਊਂਡ ਦੇ ਵਿੱਚ ਕਹਿੰਦੇ ਤੇ ਕ੍ਰਿਕਟ ਟੂਰਨਾਮੈਂਟ ਦਾ ਵੀ ਕੁੰਭ ਕਰਵਾਉਣਾ ਹੈ ਉਹ ਵੀ ਵੱਡੇ ਕਹਿੰਦੇ ਬਜਟ ਹੋਣਗੇ ਚੋਟੀ ਦੇ ਸਟਾਰ ਪਿੜਨਗੇ ਲਓ ਬੜੀ ਜ਼ਬਰਦਸਤ ਗੇਂਦ ਇਹ ਰਾਮਗੜੀਏ ਹੈ ਇਹ ਰੌਲਾ ਪਾਉਂਦੇ ਨਹੀਂ ਇਹ ਰੌਲਾ ਮੁਕਾਉਂਦੇ ਹੈ ਇਹ ਰਾਮਗੜੀਏ ਹੈ ਚੋਟੀ ਦੇ ਸਟਾਰ ਆਓ ਸਾਹਮਣੇ ਆਫ ਸਾਈਡ ਖੇਡੀ ਹੈ ਮੁੰਡੇ ਨੇ ਭਲੱਥਾਂ ਵਾਲੇ ਨੇ ਕਹਿੰਦੇ ਬੱਲੇ ਬੱਲੇ ਘਰਾਤੀ ਹੈ ਅੰਪਾਇਰ ਜੀ ਦਾ ਕੀ ਫੈਸਲਾ ਹੋਵੇਗਾ ਅੱਜ ਦਾ ਖੇਡ ਮੇਲਾ ਚਾਰ ਆ ਗਏ ਹੈ ਆ ਰਾਜੇ ਲਈ ਤਾੜੀ ਮਾਰੋ ਜੀ ਇੱਕ ਵਾਰੀ ਇਹ ਭਲੱਥਾਂ ਵਾਲਾ ਬਹੁਤ ਤਗੜਾ ਖੇਡਦਾ ਮੁੰਡਾ ਡਾਕਟਰ ਦੇ ਨਾਲ ਯਾਰੀ ਹੈ ਮੁੰਡੇ ਦੀ ਸੋਨੂੰ ਡਾਕਟਰ ਉਹਦੇ ਨਾਲ ਯਾਰੀ ਹੈ ਉਧਰ ਅੰਪਾਇਰ ਜੀ ਦਾ ਕੀ ਫੈਸਲਾ ਹੋ ਗਿਆ ਜੀ ਸਮੇਂ ਦੇ ਦੋ ਜੀ ਕੋਈ ਗੱਲ ਨਹੀਂ ਜੀ ਪਹਿਲਾਂ ਕਲੀਅਰ ਕਰ ਲਈਏ ਆਪਾਂ ਤੇ ਦੱਸ ਦਾਂਗੇ ਫਾਈਨ ਸਪੋਰਟਸ ਜਿੱਥੇ ਕਹਿੰਦੇ ਅੱਜ ਦਾ ਲਾਈਵ ਖੇਡਿਆ ਜਾ ਰਿਹਾ ਹੈ ਫਾਈਨ ਸਪੋਰਟਸ ਵਾਲੇ ਬੜੀ ਵਧੀਆ ਵੈਬਸਾਈਟ ਹੈ ਬਿਲਕੁਲ ਜੀ ਭਾਅ ਜੀ ਜਿਹੜੇ ਵਾਧੂ ਵੀਰ ਆ ਭਾਜੀ ਆਪਾਂ ਨਾ ਖੇਡ ਗਰਾਊਂਡ ਦੇ ਵਿੱਚ ਜਾਈਏ ਸਾਡੇ ਅੰਪਾਇਰ ਸਾਹਿਬ ਬਹੁਤ ਹੀ ਸੂਝਵਾਨ ਅੰਪਾਇਰ ਸਾਹਿਬ ਨੇ ਸੋ ਤਕਨੀਕੀ ਅੰਪਾਇਰ ਨੇ ਕੋਈ ਵੀ ਦਖਲ ਅੰਦਾਜ਼ੀ ਆਪਾਂ ਪੈਰਾਂ ਦੇ ਨਾਲ ਨਹੀਂ ਕਰਨੀ ਸੋ ਦੋ ਸਕੋਰ ਆ ਗਿਆ ਜੀ ਨੋਟ ਕਰ ਲਈ ਆਪਾਂ ਠੀਕ ਹੈ ਜੀ ਲਓ ਜੈਪਾ ਫਿਰ ਤਿਆਰ ਪਰ ਤਿਆਰ ਹੈ ਉਧਰ ਸਰਦਾਰ ਜਗਜੀਤ ਸਿੰਘ ਜੀ ਸਾਡੇ ਦਰਮਿਆਨ ਪੁੱਜ ਗਏ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਢਿੱਲੋਂ ਸਾਹਿਬ ਵੀ ਪੁੱਜ ਗਏ ਸਾਡੇ ਦਰਮਿਆਨ ਪਰ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਹੈ ਜਿਹੜੀਆਂ ਵੀ ਮਾਣ ਮੱਤੀਆਂ ਸ਼ੀਤਾਂ ਆ ਰਹੀਆਂ ਜੀ ਉਧਰ ਟੈਂਟ ਲੱਗਾ ਹੋਇਆ ਜੀ ਕੁਰਸੀਆਂ ਤੇ ਵਿਰਾਜਮਾਨ ਹੋਈ ਆਪਾਂ ਤਹਿ ਦਿਲੋਂ ਧੰਨਵਾਦ ਬਿਲਕੁਲ ਜੀ ਬਿਲਕੁਲ ਇਹ ਰਾਮਗੜ੍ਹ ਦੀ ਸਰ ਜ਼ਮੀਨ ਦੇ ਉੱਤੇ ਅੱਜ ਦਾ ਲਾਈਵ ਫਾਈਨ ਸਪੋਰਟਸ ਹਾਂਜੀ ਸਕੋਰ ਦੱਸ ਦਈਏ ਆਪਾਂ ਜੀ 10 ਓਵਰ ਤੇ 85 ਸਕੋਰ ਹੋ ਗਏ ਆਪਾਂ ਨੋਟ ਕਰ ਲਈਏ ਜੀ ਦਸ ਓਵਰ ਤੇ 85 ਜੀ
ਲਓ ਉਧਰ ਕਹਿੰਦੇ ਮੁੰਡਾ ਬੱਲੇ ਬੱਲੇ ਘਰਾ ਗਿਆ ਹੈ, ਇਹਨੂੰ ਝਾਪਾ ਕਹਿੰਦੇ ਆ, ਤਾੜੀ ਮਾਰੋ ਝਾਪੇ ਦੇ ਲਈ। ਆਹ ਮੁੰਡਾ ਬੱਲੇ ਬੱਲੇ ਘਰਾ ਗਿਆ ਹੈ, ਹੌਸਲਾ ਲਾ ਗਿਆ ਹੈ ਕਿ ਮਿੱਤਰਾਂ ਦੀ ਝੜਤ ਤੋਂ ਮਚੂ ਕਾਲ ਜਾ। ਦੋ ਕੈਪਸੂਲ ਲੈ ਲਈ ਤੂੰ ਤਿਆਰ ਦੇ ਕਿ ਮਿੱਤਰਾਂ ਦੀ ਝੜਤ ਤੋਂ ਮਚੂ ਕਾਲ ਜਾ। ਦੋ ਕੈਪਸੂਲ ਲੈ ਲਈ ਤੂੰ ਤਿਆਰ ਦੇ ਉਹਨੂੰ ਤੋੜਤਾ, ਜਿਹੜਾ ਕਹਿੰਦੇ ਤਕੜਾ ਖੇਡਦਾ ਪਿਆ ਸੀ ਨਾ ਉਹਨੂੰ ਤੋੜਿਆ ਹੈ, ਐਨਾ ਕਹਿੰਦੇ ਭਲੱਥਾ ਵਾਲਾ ਰਾਜਾ ਤੋੜਤਾ। ਆਹ ਰਾਜੇ ਦੀ ਤਾੜੀ ਮਾਰੋ ਨੀ, ਬਹੁਤ ਤਕੜਾ ਖੇਡਿਆ ਮੁੰਡਾ ਹੈ, ਬੱਲੇ ਬੱਲੇ ਘਰਾਈ ਆ ਰਾਜੇ ਨੇ। ਆਹ ਭਲੱਥਾ ਵਾਲਾ ਰਾਜਾ ਹੈ, ਐਨਾ ਕਹਿੰਦੇ ਸਿਰਾ ਲਾ ਗਿਆ ਹੈ 50+। ਮੁੰਡੇ ਨੇ ਸਕੋਰ ਮਾਰਿਆ ਹੈ, ਆਹ 50+ ਸਕੋਰ ਮਾਰਿਆ ਹੈ। ਤੈ ਦਿਲੋਂ ਧੰਨਵਾਦ। ਐਨਾ ਕਹਿੰਦੇ ਚੋਟੀ ਦੇ ਸਟਾਰ ਭਿੜਦੇ ਪਏ ਨੇ, ਗੱਲਾਂ ਬਾਤਾਂ ਟਿਕਾਣੇ ਲੱਗੀਆਂ ਹੋਈਆਂ ਨੇ। ਉਧਰ ਬਹੁਤ ਹੀ ਵਧੀਆ ਭਰਾਵਾਂ ਨੇ ਪ੍ਰਬੰਧ ਕੀਤੇ ਹੋਏ ਨੇ। ਸਾਡਾ ਯਾਰਾਂ ਦਾ ਯਾਰ ਹੈਰੀ US ਵਾਲਾ ਭਰਾ ਸਰਦਾਰ ਬਲਦੇਵ ਸਿੰਘ ਦੇ ਸਿੰਘ ਜੀ ਦੇ ਲਗਤੇ ਜ਼ਿਕਰ, ਐਨਾ ਕਹਿੰਦੇ ਵੱਡੇ ਚਰਚੇ ਨੇ ਭਰਾਵਾਂ ਦੇ। ਆਹ ਮੁਲਤਾਨੀ ਪਰਿਵਾਰ ਦਾ ਅਹਿਮ ਰੋਲ ਹੈ ਅੱਜ ਦੇ ਟੂਰਨਾਮੈਂਟ ਦੇ ਵਿੱਚ। ਆਹ ਬੱਲੇ ਬੱਲੇ ਕਰਾ ਗਿਆ ਆਪਾਂ ਹੈ, ਆਹ ਸਿਰਾ ਲਾ ਗਿਆ, ਗੱਲਾਂ ਬਾਤਾਂ ਟਿਕਾਣੇ ਲਾ ਗਿਆ ਹੈ। ਸੋਰੀ ਪੱਟੀ, ਠੀਕ ਹੈ ਜੀ। ਹਾਂਜੀ ਅਗਲੇ ਬੈਟਸਮੈਨ ਨੇਮ ਦੱਸ ਦੀ ਜੀ ਆਪਾਂ ਜ਼ਰੂਰ। ਕੈਪਟਨ ਜੀ, ਓ ਉਧਰ ਕੈਪਟਨ ਦੀ ਪਾਰੀ ਖੇਡੇਗਾ ਰਾਜਾ ਟਾਂਡੀ ਵਾਲਾ, ਆ ਗਿਆ ਖੇਡ ਗਰਾਊਂਡ ਦੇ ਵਿੱਚ। ਲਓ ਪੱਟੀ ਤਿਆਰ, ਪਰ ਤਿਆਰ ਹੈ ਸਾਹਮਣੇ ਰਾਜਾ ਕੈਪਟਨ ਟਾਂਡੀ ਵਾਲਾ। ਲਓ ਬਾਲਾ ਕਹਿੰਦੇ ਪੱਟੀ ਪਾ ਰਿਹਾ ਹੈ। ਬਹੁਤ ਤਗੜਾ ਖੇਡ ਮੇਲਾ ਖੇਡਿਆ ਜਾ ਰਿਹਾ ਹੈ ਰਾਮਗੜ੍ਹ ਦੀ ਸਰ ਜ਼ਮੀਨ ਦੇ ਉੱਤੇ। 12 ਅਪ੍ਰੈਲ ਲਓ ਰਾਜਾ, ਇੱਕ ਰਾਜਾ ਚੱਲ ਗਿਆ ਤੇ ਦੂਜਾ ਰਾਜਾ ਆ ਗਿਆ ਖੇਡ ਗਰਾਊਂਡ ਦੇ ਵਿੱਚ। ਰਵੀ ਦੇ ਰਾਜਾ ਲੱਗੇ ਹੋਏ ਨੇ, ਬਾਲਾ ਕਹਿੰਦੇ ਪੱਟੀ ਪਾ ਰਿਹਾ ਹੈ। ਜੋਗਾ USA ਰਾਮਗੜੀਆ ਹੈ, ਮੰਨਾ ਸਰਾਈ USA, ਜੱਸਾ USA, ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ। ਰਿੰਕੂ ਪੁਰਤਗਾਲ, ਸਰਦਾਰ ਪਿਸ਼ੋਰਾ ਸਿੰਘ ਜੀ UK, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਖੇਡ ਕਲੱਬ ਨੂੰ। ਵਿੱਕੀ ਪੁਰਤਗਾਲ, ਦਿਲਰਾਜ ਸਿੰਘ USA,
ਬੜੀ ਜ਼ਬਰਦਸਤ ਗੇਂਦ, ਵਾਈਡ ਦਾ ਇਸ਼ਾਰਾ ਜੀ, ਨੋਟ ਕਰ ਲਈਏ। ਕਰਨਦੀਪ ਸਿੰਘ ਪੁਰਤਕਾਲ, ਵਾਈਡ ਦਾ ਇਸ਼ਾਰਾ ਹੈ, ਅੰਪਾਇਰ ਦੁਬਾਰਾ ਹੈ। ਭਾਜੀ ਬੇਨਤੀ ਆ, ਆਪਾਂ ਖਿਡਾਰੀਆਂ ਦੇ ਨਾਲ, ਅੰਪਾਇਰਾਂ ਦੇ ਨਾਲ ਕੋਈ ਵੀ ਕਿੰਤੂ ਪ੍ਰਿੰਤੂ ਨਾ ਕਰੀਏ। ਬਹੁਤ ਵਧੀਆ ਮੈਚ ਚੱਲਦਾ ਪਿਆ ਹੈ, ਰਵੀ ਸਟਰਾਈਕ 'ਤੇ ਆ ਗਿਆ ਹੈ। ਲਓ ਸਾਹਮਣੇ ਸਿੰਗਲ ਆ ਗਿਆ ਇੱਕ, ਰਵੀ ਨੇ ਸਿੰਗਲ ਜੋੜਤਾ ਹੈ। ਪੋਪੀ ਰੰਧਾਵਾ ਹੈ, ਜੀਤੂ ਜਸ਼ਨ, ਗੁਰਬਾਜ ਵਰਗੇ, ਅਰਮਾਨ ਜਸ਼ਨ, ਸਰਬਜੀਤ ਸਿੰਘ, ਸਨੀ ਵਰਗੇ, ਲੱਭੇ ਵਰਗੇ, ਬਲਵਿੰਦਰ ਸਿੰਘ ਪਟੋਰੀ ਜੀ, ਉਹਨਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ। ਅਰਸ਼ ਅਮਨ ਹੈਰੀ, ਲਓ ਸਾਹਮਣੇ ਬਾਲ ਕਹਿੰਦੇ ਫੀਲਡਰ ਦੇ ਹੱਥਾਂ ਦੇ ਵਿੱਚ, ਹਮੇ ਵਰਗੇ, ਹੈਰੀ ਵਰਗੇ, ਸੁੱਖੇ ਵਰਗੇ, ਜੰਤੋ ਵਰਗੇ, ਜੰਤੋ ਸਟਾਰ ਇਸੇ ਨਗਰ ਦਾ ਹੈ, ਜਿਹਨੇ ਕਹਿੰਦੇ ਕੁਵੈਤ ਦੀ ਧਰਤੀ ਦੇ ਬੱਲੇ ਬੱਲੇ ਕਰਾਈ ਹੈ। ਜੰਤ ਸਟਾਰ ਪਲੇਅਰ ਹੈ ਇਸੇ ਨਗਰ ਦਾ, ਸੁੱਖੇ ਵਰਗੇ ਸਟਾਰ ਪਲੇਅਰ ਨੇ। ਸੋ ਅੰਪਾਇਰ ਸਾਹਿਬ ਨੂੰ ਬੇਨਤੀ ਹੈ ਜੀ, ਆਪਾਂ ਜ਼ਰੂਰ, ਹਾਂਜੀ ਭਾਜੀ, ਇੱਧਰ ਜਿਹੜੇ ਆਪਣੇ ਸਕੋਰ ਵੀਰ ਲਿਖ ਰਹੇ ਆ, ਉਹ ਕਹਿੰਦੀ ਕਿ ਇਕਬਾਲ ਹੈਗੀ ਹੈ, ਪਈ ਹੈ ਜੀ। ਪੰਜ ਬਾਲਾਂ ਜੀ, ਮੈਂ ਅੰਪਾਇਰ ਵੀਰਾਂ ਨੂੰ ਬੇਨਤੀ ਕਰਦਾ ਤੇ ਜਿਹੜਾ ਸਕੋਰ ਵੀਰ ਆ ਉਹਨੂੰ ਵੀ ਬੇਨਤੀ ਕਰਦਾ ਕਿ ਆਪਾਂ ਕਲੀਅਰ ਆਪਾਂ ਕਰ ਲਈਏ। ਠੀਕ ਆ ਜੀ, ਜਿਹੜੇ ਵਾਧੂ ਵੀਰ ਹੈ ਉੱਧਰ, ਸਰਦਾਰ ਬਲਵਿੰਦਰ ਸਿੰਘ ਜੀ ਆਖ ਰਹੇ ਜੀ, ਜਿਹੜੇ ਵਾਧੂ ਵੀਰ ਹੈ ਉਹ ਬਾਹਰ ਆ ਜਾਣਾ, ਆਪਾਂ ਡਿਸਿਪਲਿਨ ਬਣਾਈਏ, ਆਪਾਂ ਡਿਸਿਪਲਿਨ ਦੇ ਨਾਲ ਚੋਟੀ ਦੇ ਸਟਾਰ ਖੇਡਦੇ ਪਏ ਹੈ, ਕਿਉਂਕਿ 31,000 ਤੇ 21,000 ਦੀ ਟੱਕਰ ਖੇਡੀ ਜਾ ਰਹੀ ਹੈ। ਸਰਦਾਰ ਬਲਵਿੰਦਰ ਸਿੰਘ ਜੀ ਕ੍ਰਿਕਟ ਦੇ ਆਸ਼ਿਕ ਨੇ, ਆਪਣੇ ਸਮੇਂ ਦੇ ਵਿੱਚ ਤਕੜੀ ਕ੍ਰਿਕਟ ਖੇਡੀ ਹੈ। ਸਰਦਾਰ ਬਲਵਿੰਦਰ ਸਿੰਘ ਜੀ ਰਾਮਗੜ੍ਹ ਅਤੇ ਪੰਡੋਰੀ ਤੋਂ ਪੁੱਜੇ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਲਓ ਬਾਲ ਪਾਉਣ ਦੇ ਲਈ ਚੁੱਪਰ ਤਿਆਰ ਬਰ ਤਿਆਰ ਹੈ, ਸਾਹਮਣੇ ਰਾਜੇ ਵਰਗੇ ਸਟ੍ਰਾਈਕ 'ਤੇ ਹੈ। ਹਾਂਜੀ, ਓਵਰ ਦੀ ਸਮਾਪਤੀ ਜੀ,
ਬਨਵੇਂ ਸਕੋਰ 11 ਓਵਰ, ਬਨਵੇਂ ਸਕੋਰ ਤੇ 11 ਓਵਰ ਹੋ ਗਏ ਹੈ। ਉਧਰ ਕਰਨਦੀਪ ਸਿੰਘ ਜੀ ਪੁਰਤਗਾਲ, ਜੋਗਾ ਯੂਐਸਏ, ਰਾਮਗੜੀਆ ਮੰਨਾ ਸਰਾਏ ਯੂਐਸਏ, ਜੱਸਾ ਯੂਐਸਏ, ਬੱਬਲ ਸਾਡਾ ਭਰਾ, ਸਨੀ ਵੀਰ ਸਾਡਾ ਰਿੰਕੂ ਪੁਰਤਗਾਲ, ਪਿਸ਼ੋਰਾ ਸਿੰਘ ਜੀ ਯੂਕੇ, ਵਿੱਕੀ ਪੁਰਤਗਾਲ, ਦਿਲਰਾਜ ਸਿੰਘ ਯੂਐਸਏ, ਗੁਰਦੀਪ ਸਿੰਘ ਯੂਕੇ, ਵਿੱਕੂ ਯੂਕੇ, ਡਿੰਪਲ ਕਨੇਡਾ ਤੇ ਗਿੱਲ ਯੂਕੇ। ਇਹਨਾਂ ਭਰਾਵਾਂ ਦਾ ਅਹਿਮ ਰੋਲ ਹੈ ਅੱਜ ਦੇ ਟੂਰਨਾਮੈਂਟ ਦੇ ਵਿੱਚ। ਲਓ ਬਾਲਾਂ ਪਾਉਣ ਦੇ ਲਈ ਮੈਨੂੰ ਲੱਗਦਾ ਡਿੰਪਲ ਤਿਆਰ ਬਾਰ ਤਿਆਰ ਹੈ। ਲਓ ਏ ਆਓ ਸਵਾਦ ਹੈ, ਆਓ ਸਵਾਦ ਹੈ। ਉਧਰ ਸਰਦਾਰ ਨਿਰਮਲ ਸਿੰਘ ਜੀ, ਸਰਪੰਚ ਸਾਹਿਬ ਵੀ ਸਾਡੇ ਦਰਮਿਆਨ ਪੁੱਜ ਗਏ ਹੈ, ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਰਦਾਰ ਨਿਰਮਲ ਸਿੰਘ ਜੀ ਸਾਡੇ ਦਰਮਿਆਨ ਪੁੱਜ ਗਏ ਹੈ। ਉਧਰ ਕਹਿੰਦੇ ਆਹ ਰਾਜਾ ਵੀ ਵਾਪਸ ਭੇਜਤਾ ਹੈ, ਦੋ ਰਾਜੇ ਵਾਪਸ ਆ ਗਏ ਹੈ। ਆਹ ਕੈਪਟਨ ਵੀ ਕਹਿੰਦੇ ਤੋਰਤਾ ਮੁੰਡਿਆਂ ਨੇ, ਡਿੰਪਲ ਨੇ ਪਹਿਲੀ ਦੇ ਕੇ ਵੇਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ, ਅਸੀਂ ਬੋਲ ਦੇਣੀ ਖੁੰਡ ਹਾਂ ਪਰਾਂ ਬਲੀਏ, ਅਸੀਂ ਬੋਲ ਦੇਣੀ ਖੁੰਡ ਹਾਂ ਪੁਰਾਣੇ ਬਲੀਏ। ਇੱਧਰ ਸਾਡਾ ਯਾਰ ਐਨਾ ਕਹਿੰਦੇ ਉਹ ਯਾਰਾਂ ਦਾ ਯਾਰ ਜੰਤ ਵੀ ਕਹਿੰਦੇ ਚੋਟੀ ਦਾ ਸਟਾਰ ਹੈ ਇਸੇ ਨਗਰ ਦਾ, ਕਵੈਤ ਦੀ ਧਰਤੀ ਦੇ ਕਹਿੰਦੇ ਮੁੰਡੇ ਨੇ ਬੱਲੇ ਬੱਲੇ ਕਢਾਈ ਹੈ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਕਹਿੰਦੇ ਕਵੈਤ ਦੀ ਧਰਤੀ ਦੇ ਜੰਤ ਨੇ ਸਿਰਾ ਲਾਇਆ ਹੈ, ਕਿਉਂਕਿ ਦਾਸ ਜਦੋਂ ਕਵੈਤ ਦੇ ਵਿੱਚ ਸੀ ਤੇ ਦੋਨਾਂ ਨੇ। ਉਧਰ ਸਰਦਾਰ ਐਨਾ ਕਹਿੰਦੇ ਨਿਰਮਲ ਸਿੰਘ ਜੀ ਸਾਡੇ ਸਰਪੰਚ ਸਾਹਿਬ ਸਾਡੇ ਦਰਮਿਆਨ ਪੁੱਜ ਗਏ ਹੈ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪੰਡੋਰੀ ਜਦੋਂ ਕੱਪ ਕਬੱਡੀ ਦਾ ਹੋਇਆ ਉਦੋਂ ਵੀ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਉਹਨਾਂ ਨੇ, ਤੇ ਸਰਦਾਰ ਬਲਦੇਵ ਸਿੰਘ ਜੀ। ਹਾਂਜੀ ਲਓ ਲੈਫਟ ਸਾਈਡ ਖੇਡੀ ਹੈ। ਹਾਂਜੀ ਬੈਟਸਮੈਨ ਨੇਮ ਆਪਾਂ ਜ਼ਰੂਰ ਦੱਸ ਦਈਏ ਜੀ, ਟੀਟਾ। ਉਧਰ ਰਵੀ ਦੇ ਟੀਟੇ ਵਰਗੇ ਸਟ੍ਰਾਈਕ ਦੇ ਹੈ, ਟਾਂਡੀ ਦੇ ਨਾਲ ਰਾਮਗੜ੍ਹ ਖੇਡਦੀ ਆਪਣੇ ਮਹਿਮਦਪੁਰ ਖੇਡਦੀ ਪਈ ਹੈ ਜੀ। ਲਓ ਸਾਹਮਣੇ ਡਿੰਪਲ ਵਰਗੀ, ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਸਰਦਾਰ ਨਿਰਮਲ ਸਿੰਘ ਜੀ ਉਹ ਵੀ ਸਾਡੇ ਦਰਮਿਆਨ ਪੁੱਜ ਗਏ ਹੈ। ਸਰਦਾਰ ਬਲਦੇਵ ਸਿੰਘ ਜੀ ਐਕਸ ਆਰਮੀ ਸਾਹਿਬ ਸਾਡੇ ਦਰਮਿਆਨ ਪੁੱਜ ਗਏ ਹੈ। ਹੈਰੀ ਮੁਲਤਾਨੀ ਜੀ ਦੇ ਫਾਦਰ ਸਾਹਿਬ, ਉਧਰ ਸਰਦਾਰ ਨਿਰਮਲ ਸਿੰਘ ਜੀ ਦੇ ਫਾਦਰ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਹੈ। ਸਰਦਾਰ ਧਰਮ ਸਿੰਘ ਜੀ ਸਵਰਗਵਾਸੀ ਤੇ ਮਾਤਾ ਸਿਮਰਨ ਕੌਰ ਜੀ ਸਵਰਗਵਾਸੀ, ਸ਼ਾਮ ਸਿੰਘ ਜੀ ਸਵਰਗਵਾਸੀ, ਮਹੇਂਦਰ ਸਿੰਘ ਜੀ ਉਹਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਅੱਜ ਉਹਨਾਂ ਬਜ਼ੁਰਗਾਂ ਦੀ ਯਾਦ ਦੇ ਵਿੱਚ ਖੇਡ ਮੇਲਾ ਖੇਡਿਆ ਜਾ ਰਿਹਾ ਜੀ, ਤਹਿ ਦਿਲੋਂ ਧੰਨਵਾਦ। ਸਰਦਾਰ ਨਿਰਮਲ ਸਿੰਘ ਜੀ ਸਾਡੇ ਦਰਮਿਆਨ ਪੁੱਜ ਗਏ ਆ, ਸਰਪੰਚ ਸਾਹਿਬ ਵੱਡਾ ਰੋਲ ਹੈ ਅੱਜ ਦੇ ਟੂਰਨਾਮੈਂਟ ਦੇ ਵਿੱਚ। ਸੋ ਖੇਡਾਂ ਨੂੰ ਪ੍ਰਮੋਟ ਕਰਦੇ ਨੇ ਵਿਸ਼ੇਸ਼ ਤੌਰ ਤੇ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। 12 ਓਵਰ ਤੇ 95 ਸਕੋਰ ਹੋ ਗਿਆ ਜੀ, 12 ਓਵਰ ਤੇ 95 ਸਕੋਰ ਅੱਜ ਦਾ ਲਾਈਵ ਫਾਈਨ ਸਪੋਰਟਸ ਕ੍ਰਿਕਟ ਤੇ ਖੇਡਿਆ ਜਾ ਰਿਹਾ ਹੈ। ਸੋ ਤਹਿ ਦਿਲੋਂ ਧੰਨਵਾਦ ਢਿੱਲੋਂ ਸਾਹਿਬ ਜੀ ਦਾ, ਵੱਡੇ ਮਾਣ ਕਰਕੇ ਗਏ ਨੇ ਸਰਦਾਰ ਨਿਰਮਲ ਸਿੰਘ ਜੀ, ਵੱਡੇ ਮਾਣ ਕਰਕੇ ਗਏ ਨੇ, ਤਹਿ ਦਿਲੋਂ ਧੰਨਵਾਦ। ਲਓ ਪੰਜਾਬ ਪੁਲਿਸ ਵਾਲਾ ਸਾਹਮਣੇ ਆ ਗਿਆ ਹੈ, ਕੱਦ ਵੀ ਕਹਿੰਦੇ
6 ਫੁੱਟ ਤੋਂ ਉੱਪਰ ਲੱਗਦਾ ਹੈ ਪਰ ਇੱਧਰ ਆਫ ਸਾਈਡ ਖੇਡੀ ਆ ਮੁੰਡੇ ਨੇ ਉਧਰ ਫੀਲਡਰ ਕਹਿੰਦੇ ਸਾਹਮਣੇ ਮੌਜੂਦ ਹੈ ਤੇ ਉਧਰ ਇੱਕ ਜੋੜਦਾ ਸਿੰਗਲ ਜੋੜਦਾ ਹੈ ਪੰਜਾਬ ਪੁਲਿਸ ਵਾਲਿਆ ਇੱਕ ਅੱਧਾ ਕੱਢਣਾ ਪੈਣਾ ਹੁਣ ਬੱਲੇ ਬੱਲੇ ਕਰਾਉਣੀ ਪੈਣੀ ਹੈ ਜਿਹਦੀ ਯਾਰੀ ਕਹਿੰਦੇ ਸੱਤੂ ਮਾਨਾ ਤਲਵੰਡੀ ਦੇ ਨਾਲ ਹੈ ਵੱਡੇ ਪੱਧਰ ਤੇ ਯਾਰੀ ਹੈ ਲਓ ਆਓ ਸਵਾਰ ਹੈ ਆਓ ਸਵਾਰ ਹੈ ਐ ਨਾ ਕਹਿੰਦੇ ਮੁੰਡੇ ਬੱਲੇ ਬੱਲੇ ਘਰਾਈ ਜਾਂਦੇ ਆ ਆਓ ਰਵੀ ਵਰਗੇ ਸਿਰਾ ਲਾਈ ਜਾਂਦੇ ਆ ਤੇ ਨਾਲ ਕਹਿੰਦੇ ਟੀਟੇ ਵਰਗੇ ਬੱਲੇ ਬੱਲੇ ਘਰਾਈ ਜਾਂਦੇ ਆ ਕਿ ਜੰਗਾਂ ਵਿੱਚ ਇਹ ਜਾਂਦੀ ਮਿੱਠੀਏ ਆਓ ਡੱਲਾ ਜਿਰਾਂ ਚ ਆਉਂਦਾ ਤੇਰਾ ਯਾਰ ਨੀ ਕਿ ਜੰਗਾਂ ਵਿੱਚ ਇਹ ਜਾਂਦੀ ਮਿੱਠੀਏ ਡੱਲਾ ਜਿਰਾਂ ਚ ਆਉਂਦਾ ਤੇਰਾ ਯਾਰ ਨੀ ਉਧਰ ਬਹੁਤ ਤਕੜੀਆਂ ਬਾਲਾਂ ਹੈ ਪਰ ਅੱਜ ਟਾਂਡੀ ਵਾਲੇ ਵੀ ਕਹਿੰਦੇ ਟਾਰਗੇਟ ਵੱਡਾ ਦੇਣਾ ਸੁੱਖਾ ਸਾਡਾ ਯਾਰ ਉਧਰ ਗੋਰਾ ਯੂਐਸਏ ਬੋਵੀ ਯੂਐਸਏ ਇਹ ਭਰਾ ਕਹਿ ਰਿਹਾ ਕਿ ਜੇ ਰਾਣਾ ਵਿਕਟ ਕੱਢਦਾ ਤੇ 500 ਦੇਵਾਂਗੇ ਗੋਰੀ ਯੂਐਸਏ ਬੋਵੀ ਯੂਐਸਏ ਲਓ ਪਰ ਇੱਧਰ 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 ਆਓ ਸਵਾਰ ਹੈ ਕਿ ਧਰਨ ਪੌਣੀ ਦੇ ਮਿੱਤਰਾਂ ਸਾਨੂੰ ਕੱਢਣੀ ਆਉਂਦੀ ਆ ਕਿ ਧਰਨ ਪੌਣੀ ਦੇ ਮਿੱਤਰਾਂ ਸਾਨੂੰ ਕੱਢਣੀ ਆਉਂਦੀ ਆ ਆ ਮੁੰਡਾ ਕਹਿੰਦੇ ਡਰਦਾ ਨੀ ਪਰ ਸਾਹਮਣੇ ਕਹਿੰਦੇ ਸਰਕਾਰੀ ਜੋਬ ਕਰਦਾ ਜੇ ਇਹਨੂੰ ਮਾਰੀ ਜਾਂਦਾ ਆਹ ਪੰਜਾਬ ਪੁਲਿਸ ਵਾਲਾ ਉਹਨੂੰ ਧੱਕ ਪਾਈ ਜਾਂਦਾ ਮੁੰਡਾ ਬੱਲੇ ਬੱਲੇ ਕਰਾਈ ਜਾਂਦਾ ਇਹ ਬੱਲੇ ਬੱਲੇ ਆਓ ਸਵਾਰ ਤੇ ਸਾਹਮਣੇ ਮੁਕਾਬਲਾ ਚੋਟੀ ਦਾ ਹਾਂਜੀ ਸਕੋਰ ਆਪਾਂ ਜ਼ਰੂਰ ਦੱਸ ਦਈਏ ਜੀ ਉਧਰ ਜੋਗਾ ਭਰਾ ਉਧਰ ਜੋਗਾ ਯੂਐਸਏ ਮੰਨਾ ਸਰਾਏ ਯੂਐਸਏ ਦਿਲਰਾਜ ਯੂਐਸਏ ਨਾਲ ਭਰਾਵਾਂ ਨੂੰ 3 ਛੱਕਿਆਂ ਦਾ 1100 ਹੋਵੇਗਾ ਨੋਟ ਕਰ ਲਈਏ ਜੀ ਉਧਰ ਯੂਐਸਏ ਵਾਲੇ ਭਰਾਵਾਂ ਵੱਲੋਂ 3 ਛੱਕਿਆਂ ਦਾ ਲਗਾਤਾਰ ਆ ਜੀ 3 ਬਾਲਾਂ ਦੇ ਲਗਾਤਾਰ 3 ਛੱਕਿਆਂ ਦਾ 1100 ਹੈਰੀ ਮਲਤਾਨੀ ਯੂਐਸਏ ਐ ਨਾ ਕਹਿੰਦੇ ਵੱਡਾ ਵੀਰ ਹੈ ਸਾਡਾ ਆਹ ਵੱਡੇ ਪੱਧਰ ਤੇ ਖੇਡ ਮਿਲਿਆ ਭਰਾਵਾਂ ਨੇ ਕਰਾਇਆ ਤਹਿ ਦਿਲੋਂ ਧੰਨਵਾਦ ਤੇਰਾਂ ਓਵਰ 109 ਸਕੋਰ 109 ਉਧਰ ਜੇ ਡਿੰਪਲ ਵਿਕਟ ਕੱਢਦਾ ਤੇ ਤਾਂ ਵੀ 500 ਆ ਸੁੱਖੇ ਵਾਲੋਂ ਰਾਮਗੜੀਏ ਸੁੱਖੇ ਵਾਲੋਂ ਜੇ ਡਿੰਪਲ ਵਿਕਟ ਕੱਢਦਾ ਉਹਨੂੰ 500 ਦੇਵਾਂਗੇ ਲੈ ਵੀ ਡਿੰਪਲਾ ਕਾਰੀਅਰਾਂ ਗੱਲਾਂ ਬਾਤਾਂ ਟਿਕਾਣੇ ਲਾ ਆਓ ਕਹਿੰਦੇ ਨਾ ਮੁੰਡੇ ਦਾ ਡਲੇਜਰਾਂ ਦੇ ਹੁੰਦਾ ਹੈ ਸਾਹਮਣੇ ਡਿੰਪਲ ਤਿਆਰ ਬਰ ਤਿਆਰ ਹੈ ਬਾਲਾ ਪਾਉਣ ਦੇ ਲਈ ਲਾ ਉਧਰ ਲਾ ਟੀਟਾ ਸਿੰਗਲ ਜੋੜ ਗਿਆ ਤੇ ਸਟ੍ਰਾਈਕ ਤੇ ਰਵੀ ਆ ਗਿਆ ਤੇ ਬਾਲਾ ਕਹਿੰਦੇ ਡਿੰਪਲ ਭਾ ਰਿਹਾ ਹੈ ਉਧਰ ਸਰਦਾਰ ਨਿਰਮਲ ਸਿੰਘ ਜੀ ਸਰਪੰਚ ਸਾਹਿਬ ਤੇ ਢਿੱਲੋਂ ਸਾਹਿਬ ਸਾਡੇ ਦਰਮਿਆਨ ਪੁੱਜੇ ਹੈ ਤਹਿ ਦਿਲੋਂ ਧੰਨਵਾਦ ਉਧਰ ਅੱਜ ਦੇ ਮੁੱਖ ਮਹਿਮਾਨ
ਫਾਈਨਲ ਮੈਚ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਉਹ ਵੀ ਕਹਿੰਦੇ ਅੱਜ ਸਾਡੇ ਦਰਮਿਆਨ ਪੁੱਜਣਗੇ ਇਸੇ ਨਗਰ ਦੇ। ਬੜੀ ਜ਼ਬਰਦਸਤ ਗੇਂਦ ਡਿੰਪਲ ਦੁਆਰਾ, ਲੈ ਵੀ ਡਿੰਪਲਾ ਸੁੱਖੇ ਨੇ 500 ਲਾਇਆ ਹੋਇਆ ਤੇਰੀ ਵਿਕਟ ਤੇ, 500 ਲਾਇਆ ਹੋਇਆ ਏ ਕਰਾ ਯਾਰਾ ਬੱਲੇ ਬੱਲੇ। ਚੋਟੀ ਦੇ ਸਟਾਰ ਤੇ ਫਾਈਨਲ ਦੀ ਟੱਕਰ ਰਾਮਗੜੀਓ, ਤੁਸੀਂ ਵੀ ਤਕੜੇ ਹੋ ਜਾਓ ਕਿਉਂਕਿ ਗੱਲਾਂ ਬਾਤਾਂ ਟਿਕਾਣੇ ਲੱਗਣੀਆਂ ਹੈ, ਚੋਟੀ ਦੇ ਸਟਾਰ ਭਿੜਨੇ ਹੈ। ਆਓ ਸਵਾਦ ਹੈ ਪਰ ਉੱਧਰ ਉੱਧਰ ਬਾਲ ਹੱਥਾਂ 'ਚ ਨਿਕਲਦੀ ਜਾਂਦੀ ਹੈ। ਦੋ ਆ ਗਏ ਹੈ, ਲਾਓ ਉਧਰ ਤੀਜਾ ਵੀ ਤੋਰ ਤਾਂ ਕਿਹੜਾ ਆ ਗਿਆ ਹੁਣ। ਹਾਂਜੀ 500 ਟੀਟਾ ਵਾਪਸ ਕਰਦਾ ਮੁੰਡਿਆਂ ਨੇ, ਮੈਂ ਪਹਿਲਾਂ ਦੱਸਿਆ ਸੀ ਡਿੰਪਲ ਨੇ ਕੁਝ ਨਾ ਕੁਝ ਕਰ ਦੇਣਾ। ਉਧਰ ਸੁੱਖਾ ਬਾਈ 500 ਦੇਣ ਜਾ ਰਿਹਾ ਡਿੰਪਲ ਨੂੰ, ਆ ਤਾੜੀ ਮਾਰੋ ਜੀ ਡਿੰਪਲ ਦੇ ਸੁੱਖੇ ਦੇ ਲਈ ਤਾੜੀ ਮਾਰ ਦੋ ਜੀ, 500 ਦੇਣ ਜਾ ਰਿਹਾ ਹੈ, ਵੱਡੇ ਮਾਣ ਕਰਦੇ ਨੇ। ਪਾਣੀ ਵੀ ਜ਼ਰੂਰ ਪੁੱਜਦਾ ਕਰਦੀ ਆ ਆਪਾਂ ਪਲੇਅਰਾਂ ਦੇ ਲਈ ਕਿਉਂਕਿ ਮੌਸਮ ਵੀ ਗਰਮ ਹੈ। ਉਧਰ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ, ਪੋਪੀ ਰੰਧਾਵਾ ਤੇ ਜੀਤੂ ਸਾਡਾ ਯਾਰਾਂ ਦਾ ਯਾਰ, ਜਸ਼ਨ ਵਰਗੇ, ਗੁਰਬਾਜ ਵਰਗੇ, ਅਰਮਾਨ ਵਰਗੇ, ਸਰਬਜੀਤ ਸਿੰਘ, ਸਨੀ ਵਰਗੇ, ਲੱਭਾ ਵਰਗੇ, ਬਲਵਿੰਦਰ ਸਿੰਘ, ਪੰਡੋਰੀ ਜੀ, ਅਰਸ਼, ਅਮਨ ਵਰਗੇ, ਹੈਰੀ ਵਰਗੇ, ਹਮੇ ਵਰਗੇ, ਸੋ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ। ਸੁੱਖੇ ਵਰਗੇ, ਜੰਤ ਵਰਗੇ, ਲਾਡੀ ਬਾਬਾ ਜੀ ਅੰਪਾਇਰ ਸਾਹਿਬ ਤੇ ਪਿੰਦਾ ਭਾਜੀ ਹੁਣੀ ਅੰਪਾਇਰ ਸਾਹਿਬ, ਉਹਨਾਂ ਦਾ ਤਹਿ ਦਿਲੋਂ ਧੰਨਵਾਦ, ਵੱਡੇ ਪੱਧਰ ਤੇ ਅੰਪਾਇਰੀ ਦੀ ਸੇਵਾ ਨਿਭਾ ਰਹੇ ਹੈ। ਉਧਰ 109 ਲਓ ਡਿੰਪਲ ਤਿਆਰ ਬਾਰ ਤਿਆਰ ਹੈ ਬਾਲਾ ਪਾਉਣ ਦੇ ਲਈ। ਲਓ ਕਿਆ ਬਾਤ ਹੈ ਯਟਾ, ਕਿਆ ਬਾਤ ਹੈ, ਆਹ ਸਿਰਾ ਲਾ ਗਿਆ, ਆਹ ਡਿੰਪਲ ਦੇ ਤਾੜੀ ਮਾਰੋ ਜੀ। ਉਧਰ ਬੱਲੇ ਬੱਲੇ ਘਰ ਆ ਗਿਆ ਜੇ ਸੁੱਖੇ ਸਿਆ, ਜੇ 500 ਹੋਰ ਲੱਗਾ ਹੁੰਦਾ ਨਾ 1000 ਹੋ ਜਾਣਾ ਸੀ। ਆਹ ਗੱਲਾਂ ਟਿਕਾਣੇ ਲਾ ਦਿੱਤੀਆਂ ਡਿੰਪਲ ਨੇ ਕਿ ਮੈਂ ਪਹਿਲਾਂ ਕਿਹਾ ਕਿ ਬੈਲੀ ਬਣ ਦੇਣੇ ਅੱਜ ਦੇ ਨਿਆਣੇ ਬੱਲੀਏ, ਅਸੀਂ ਬੋਲ ਦੇਣੀ ਖੁੰਡ ਹਾਂ ਪੁਰਾਣੇ ਬੱਲੀਏ। ਡਿੰਪਲ ਸਿਰਾ ਲਾ ਗਿਆ ਹੈ,
ओवर की समाप्ति के स्कोर दसी जी 109 हाँ जी 14 ओवर 113 स्कोर आज नोट कर लिया आप लो दो ओवर बाकी है रवि सिंह बाला 12 रह गई हैं बाला 12 रह गई हैं गल्ला बात टिकाने लाउणियां पैणियां है लो बाल पाने लिए पट्टी तैयार पर तैयार है सामने रवि लो बाल केंद्र महमदपुरी के हाथों के भाजी बैट्समैन नेम दस दी जी आप लो गोरी पर इधर 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 गोरी सिंह आ टाइम से डिफेंस करने की लोड़ नहीं इतने हुण बाला घट रह गई हैं जिन्ना टारगेट हो गया उन्ना ही फायदा है क्योंकि राणे वर्गे डिंपल वर्गे महमदपुरिए ये भी अज खेडन आए है लो बाल कहते विकेट कीपर के हाथों के उधर हाँ जी वाइड का इशारा जी नोट जरूर करिए आप लाओ पट्टी हाओ बल्ले बल्ले करा गया पट्टी एना कहते रवि वर्गे भी तोरते मुंडे ने बल्ले बल्ले करा दी उधर विशेष सम्मान काका रामगढ़ वॉलीबॉल प्लेयर गोरा यूएसए छोटा बोबी यूएसए आशु इटली ते वड्डा बोबी यूएसए इन भरा वालों काके रामगढ़ी का वॉलीबॉल प्लेयर का सम्मान किया जाना है कप के नाल ते नाल प्लस नगद राशि होगी सो काका रामगढ़िया वॉलीबॉल प्लेयर जिदा कहते अज भरावान यूएसए वाले भरावान इटली वाले भरावान विशेष तौर पर कप के नाल प्लस नगद राशि दी जाएगी सो तह दिलों धन्यवाद भरावान का है वड्डे पद्धर से खेड मेला खेडा जा रहा है सरदार निर्मल सिंह जी सरपंच साहब सरदार चैन सिंह जी सरदार बलदेव सिंह जी पंच साहब हैरी दे फादर साहब दलजीत सिंह जी सरदार मनजीत सिंह जी सरदार कश्मीर सिंह जी सरदार अमरजीत सिंह जी तहे दिलों धन्यवाद माण मतियां शीशतां दा है
ਆਹ ਮੁੰਡਾ ਜਿਹੜਾ ਹੁਣ ਬੈਠ ਕੇ ਆਇਆ ਨਾ, ਇਹ ਪੰਜਾਬੀ ਵੀਰੋ ਜੱਗਾ ਜੱਗਾ ਦੁਨੀਆ ਕਹਿੰਦੀ ਹੈ ਇਹਨੂੰ, ਪਰ ਕਬੱਡੀ ਦੇ ਵਿੱਚ ਵੀ ਨਾਂ ਚੱਲਦਾ ਮੁੰਡੇ ਦਾ। ਲਓ ਟਾਂਡੀ ਵਾਲਾ ਜੱਗਾ ਹੈ ਜਿੱਥੇ ਕਹਿੰਦੇ ਬਲਵਿੰਦਰ ਫਿੱਡੂ ਵਰਗੇ ਦੀਆਂ ਗੱਲਾਂ ਹੋਈਆਂ ਹੈ, ਸੋਨੂ ਯੰਪ ਦੀਆਂ ਗੱਲਾਂ ਹੁੰਦੀਆਂ। ਉੱਥੋਂ ਦਾ ਇਹ ਆਹ ਸੁਪਰ ਸਟਾਰ ਹੈ, ਇਹ ਵਾਲੀਬਾਲ ਵੀ ਖੇਡਦਾ, ਇਹ ਕ੍ਰਿਕਟ ਵੀ ਖੇਡਦਾ, ਇਹ ਕਬੱਡੀ ਨੂੰ ਵੀ ਪਿਆਰ ਕਰਦਾ ਹੈ। ਸਾਹਮਣੇ ਕਹਿੰਦੇ ਬਾਲਾ ਪਾਉਣ ਦੇ ਲਈ ਚੋਬਰ ਤਿਆਰ ਬਰ ਤਿਆਰ ਹੈ। ਲਓ ਬਾਲ ਕਹਿੰਦੇ ਫੀਲਡਰ ਦੇ ਹੱਥਾਂ ਦੇ ਵਿੱਚ ਸਿੰਗਲ, ਹਾਂਜੀ 119 ਸਕੋਰ, 15 ਓਵਰ, ਲਾਸਟ ਓਵਰ ਰਹਿ ਗਿਆ ਜੀ। ਲਓ ਬਾਲਾ ਕਹਿੰਦੇ ਡਿੰਪਲ ਪਾਵੇਗਾ ਤੇ ਸਾਹਮਣੇ ਟਾਂਡੀ ਵਾਲਾ ਜੱਗਾ ਖੜ ਗਿਆ ਬੈਟ ਲੈ ਕੇ। ਟਾਂਡੀ ਵਾਲਿਆ ਤੇਰੇ ਵੀ ਵੱਡੇ ਚਰਚੇ ਆ, ਬਲਵਿੰਦਰ ਸਿੰਘ ਫਿੱਡੂ ਦੇ ਪਿੰਡ ਦਾ ਹੈ, ਟੀਮ ਵੀ ਉਸੇ ਨਗਰ ਦੀ ਹੈ। ਬਾਲਾ ਪਾਉਣ ਦੇ ਲਈ ਡਿੰਪਲ, ਲਓ ਪਹਿਲੀ ਬਾਲ, ਚੋਟੀ ਦਾ ਸਟਾਰ ਸਾਹਮਣੇ, ਦੁਨੀਆ ਇਹਨੂੰ ਵੀ ਪਿਆਰ ਕਰਦੀ ਹੈ, ਪਰ ਡਿੰਪਲ ਦੇ ਵੀ ਚਰਚੇ ਵੱਡੇ ਹੈ। ਇਹ ਮਹਿਮਦਪੁਰੀ ਹੈ, ਇਹ ਮਹਿਮਦਪੁਰੀ ਹੈ, ਜੱਗਾ ਵੀ ਤੋਰਤਾ ਮੁੰਡਿਆਂ ਨੇ, ਬੱਲੇ ਬੱਲੇ ਘਰਾਤੀ ਹੈ। ਸੋਲਾਂ ਓਵਰਾਂ ਦਾ ਮੈਚ ਖੇਡਿਆ ਜਾ ਰਿਹਾ ਹੈ, ਲਾਸਟ ਓਵਰ ਪਹਿਲੀ ਇਨਿੰਗ ਦਾ ਖੇਡਿਆ ਜਾ ਰਿਹਾ ਹੈ। ਬੈਟਸਮੈਨ ਨੇਮ ਜ਼ਰੂਰ ਦੱਸ ਦਈਏ ਜੀ, ਅਮਨ। ਲਓ ਨਿਊ ਬੈਟਸਮੈਨ ਅਮਨ, ਉਧਰ ਡਿੰਪਲ ਤਿਆਰ ਪਰ ਤਿਆਰ ਹੈ ਬਾਲਾ ਪਾਉਣ ਦੇ ਲਈ, ਤੇ ਸਾਹਮਣੇ ਲੈਫਟੀ ਕਹਿੰਦੇ ਅਮਨ ਆ ਗਿਆ ਹੈ। ਆਓ ਪਹਿਲੀ ਦੇ ਪਰ ਕਹਿੰਦੇ ਫੀਲਡਰ ਲੈਗ ਸਾਈਡ ਮੌਜੂਦ ਹੈ। ਆਓ ਲੱਗਦਾ ਚਾਰ ਆ ਗਏ ਹੈ, ਕੀ ਇਸ਼ਾਰਾ ਹੋਵੇਗਾ, ਚਾਰ ਆ ਗਏ ਹੈ। ਆਓ ਬੱਲੇ ਬੱਲੇ ਕਰਾਤੀ ਹੈ ਮੁੰਡੇ ਨੇ, ਆਇਆ ਕਹਿੰਦੇ ਸਿਰਾ ਲੈ ਗਿਆ ਅਮਨ, ਪਹਿਲੀ ਦੇ ਬੱਲੇ ਬੱਲੇ ਕਰਾ ਗਿਆ ਹੈ। ਸਾਹਮਣੇ ਬਾਲਾ ਪਾਉਣ ਦੇ ਲਈ ਡਿੰਪਲ ਤਿਆਰ ਬਾਰ ਤਿਆਰ ਹੈ ਮਹਿਮਦਪੁਰ, ਤੇ ਨਾਲ ਕਹਿੰਦੇ ਟਾਂਡੀ ਖੇਡਦੀ ਪਈ ਹੈ, ਇਹ ਸੈਮੀ ਖੇਡਿਆ ਜਾ ਰਿਹਾ ਹੈ। ਲਓ ਦੂਜੀ ਦੇ ਗੈਪ ਬਣਾ ਕੇ ਖੇਡੀ ਆ ਮੁੰਡੇ ਨੇ, ਪਰ ਉੱਧਰ ਕਹਿੰਦੇ ਫੀਲਡਰ ਤੇ ਬਾਲ ਡਿੰਪਲ ਦੇ ਹੱਥਾਂ ਦੇ ਵਿੱਚ, ਅਮਨ ਵਰਗੇ ਐ ਨਾ ਕਹਿੰਦੇ ਗੌਰਵ ਵਰਗੇ ਸਟ੍ਰਾਈਕ ਦੇ ਅਮਨ ਤਿਆਰ ਬਰ ਤਿਆਰ ਹੈ, ਤੇ ਬਾਲਾਂ ਕਹਿੰਦੇ ਡਿੰਪਲ ਦੀਆਂ ਪੈ ਰਹੀਆਂ ਮਹਿਮਦਪੁਰੀਆ। ਆਓ ਏ ਸਵਾਦ, ਇੱਧਰ 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 ਇੱਧਰ, ਕਿ ਤੀਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕਾ ਬਣ ਗਿਆ ਨੀ, ਕਿ ਤੀਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕਾ ਬਣ ਗਿਆ ਨੀ, ਇੱਕ ਤੋਂ ਦੋ ਜੋੜਦੇ ਹੈ। ਸੋ ਤਹਿ ਦਿਲੋਂ ਧੰਨਵਾਦ, ਸਾਰੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਸਾਰੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਲਓ ਲਾਸਟ
ਸਵਾਦ ਹੈ, ਆਹ ਸਵਾਦ ਹੈ, ਪਰ ਬਾਲ ਕਹਿੰਦੇ ਫੀਲਡਰ ਦੇ ਹੱਥਾਂ ਦੇ ਵਿੱਚ। ਉਹ ਡਿੰਪਲ ਸਿੰਘ ਇੱਧਰ ਇੱਧਰ ਚੱਕੇ ਜਾਮ, ਦੋ ਆ ਗਏ ਜੀ, ਠੀਕ ਆ ਜੀ, ਦੋ ਆ ਗਏ ਹੈ। ਦੱਸੀਏ ਜੀ 129 ਸਕੋਰ ਆ ਜੀ 16 ਓਵਰਾਂ ਦੇ ਵਿੱਚ। ਤਾੜੀ ਮਾਰੋ ਜੀ ਇੱਕ ਵਾਰੀ, ਲਓ ਟਾਂਡੀ ਨੇ 129। ਦਾ ਟਾਰਗੇਟ ਦੇ ਦਿੱਤਾ ਮੁੰਡਿਆਂ ਨੇ 16 ਓਵਰਾਂ ਦੇ ਵਿੱਚ। ਸੋਧਰ ਕਰਨਦੀਪ ਸਿੰਘ ਜੀ ਪੁਰਤਗਾਲ, ਜੋਗਾ ਯੂਐਸਏ, ਰਾਮਗੜ ਵਾਲਾ ਯਾਰ ਮੰਨਾ ਸਰਾਏ ਯੂਐਸਏ, ਜੱਸਾ ਯੂਐਸਏ, ਬੱਬਲ ਇਹਨਾਂ ਕਿਤੇ ਭਰਾਵਾਂ ਦਾ ਤਹਿ ਦਿਲ ਧੰਨਵਾਦ, ਰਿੰਕੂ ਪੁਰਤਗਾਲ, ਪਿਸ਼ੋਰਾ ਯੂਕੇ, ਵਿੱਕੀ ਪੁਰਤਗਾਲ, ਦਿਲਰਾਜ ਸਿੰਘ ਯੂਐਸਏ, ਗੁਰਦੀਪ ਸਿੰਘ ਯੂਕੇ, ਵਿੱਕੂ ਯੂਕੇ, ਡਿੰਪਲ ਕੈਨੇਡਾ, ਗਿੱਲ ਯੂਕੇ, ਸਾਰੇ ਭਰਾਵਾਂ ਦਾ ਤਹਿ ਦਿਲ ਧੰਨਵਾਦ। ਉਧਰ ਪੋਪੀ ਰੰਧਾਵਾ ਸਾਡਾ ਯਾਰਾਂ ਦਾ ਯਾਰ, ਇਹਨਾਂ ਕਹਿੰਦੇ ਭਰਾ ਦਾ ਤਹਿ ਦਿਲ ਧੰਨਵਾਦ ਹੈ। ਜੀਤੂ ਵਰਗੇ, ਜਸ਼ਨ ਵਰਗੇ, ਗੁਰਬਾਜ ਵਰਗੇ, ਅਰਮਾਨ ਵਰਗੇ, ਜਸ਼ਨ ਵਰਗੇ, ਸਰਬਜੀਤ ਸਿੰਘ ਵਰਗੇ, ਸੰਨੀ ਵਰਗੇ, ਲੱਭੇ ਵਰਗੇ, ਬਲਵਿੰਦਰ ਸਿੰਘ ਪਡੋਰੀ ਜੀ, ਅਰਸ਼ ਵਰਗੇ, ਅਮਨ ਵਰਗੇ, ਹੈਰੀ ਵਰਗੇ, ਹੰਮੇ ਵਰਗੇ, ਸੁੱਖੇ ਵਰਗੇ, ਜੰਤ ਵਰਗੇ, ਸਾਰੇ ਭਰਾ ਨੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਧਰ ਅੱਜ ਕਹਿੰਦੇ ਵਿਸ਼ੇਸ਼ ਸਨਮਾਨ ਕੀਤਾ ਜਾਣਾ, ਕਾਕਾ ਰਾਮ ਗੜੀਆ ਹੈ, ਵਾਲੀਬਾਲ ਪਲੇਅਰ ਹੈ, ਗੋਰਾ ਯੂਐਸਏ, ਛੋਟਾ ਬੋਬੀ ਯੂਐਸਏ, ਆਸ਼ੂ ਇਟਲੀ ਤੇ ਵੱਡਾ ਬੋਬੀ ਯੂਐਸਏ, ਇਹਨਾਂ ਭਰਾਵਾਂ ਨੂੰ ਕਹਿੰਦੇ ਕਾਕੇ ਰਾਮ ਗੜੀਏ ਦਾ ਵਿਸ਼ੇਸ਼ ਸਨਮਾਨ ਕੱਪ ਦੇ ਨਾਲ, ਤੇ ਨਾਲ ਕਹਿੰਦੇ ਨਗਦ ਰਾਸ਼ੀ ਭਰਾਵਾਂ ਨੂੰ ਦਿੱਤੀ ਜਾਣੀ ਹੈ, ਯੂਐਸਏ ਵਾਲੇ ਭਰਾਵਾਂ ਨੇ ਤੇ ਨਾਲ ਇਟਲੀ ਵਾਲੇ ਭਰਾ, ਤਹਿ ਦਿਲੋਂ ਧੰਨਵਾਦ। ਉਧਰ ਕਹਿੰਦੇ ਰੌਣਕਾਂ ਲੱਗੀਆਂ ਹੋਈਆਂ ਨੇ, ਹੈਰੀ ਮੁਲਤਾਨੀ ਸਾਡਾ ਯਾਰਾਂ ਦਾ ਯਾਰ ਯੂਐਸਏ ਵਾਲਾ ਭਰਾ, ਇਹਨਾਂ ਕਹਿੰਦੇ ਜਿਹਦਾ ਵੱਡਾ ਰੋਲ ਹੈ ਅੱਜ ਦੇ ਟੂਰਨਾਮੈਂਟ ਦੇ ਵਿੱਚ, ਆਪਣੇ ਦਾਦੀ ਤੇ ਦਾਦਾ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ, ਸਰਦਾਰ ਜਗਤ ਸਿੰਘ ਜੀ, ਮਾਤਾ ਜੀ ਅਮਰ ਕੌਰ ਜੀ, ਜਿਨ੍ਹਾਂ ਦੀ ਮਿੱਠੀ ਯਾਦ ਦੇ ਵਿੱਚ ਅੱਜ ਦਾ ਖੇਡ ਮੇਲਾ ਖੇਡਿਆ ਜਾ ਰਿਹਾ, ਜਿੱਥੇ ਪਹਿਲਾ ਇਨਾਮ 31,000 ਤੇ ਦੂਜਾ ਇਨਾਮ 21,000 ਦਿੱਤਾ ਜਾਣਾ ਭਰਾਵਾਂ ਨੂੰ, ਤਹਿ ਦਿਲੋਂ ਧੰਨਵਾਦ। ਉਧਰ ਸਾਡਾ ਹੈਰੀ ਯੂਐਸਏ ਭਰਾ, ਤਹਿ ਦਿਲੋਂ ਧੰਨਵਾਦ। 130 ਦਾ ਟਾਰਗੇਟ ਹੈ ਮਹਿਮਦਪੁਰੀਓ, ਅੱਜ ਗਵਾਂਢ ਪਿੰਡ ਮੇਲਾ ਚੱਲਦਾ, ਸੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਉਧਰ ਸਾਡਾ ਯਾਰਾਂ ਦਾ ਯਾਰ ਪੋਪੀ ਰੰਧਾਵਾ ਹੈ ਤੇ ਨਾਲ ਜੀਤੂ ਵਰਗੇ ਸਾਰੇ ਪਲੇਅਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ, ਜਸ਼ਨ ਵਰਗੇ, ਗੁਰਬਾਜ ਵਰਗੇ, ਅਰਮਾਨ ਵਰਗੇ, ਸਰਬਜੀਤ ਸਿੰਘ ਵਰਗੇ, ਸਨੀ ਵਰਗੇ, ਲੱਭੇ ਵਰਗੇ, ਅਰਸ਼ ਵਰਗੇ, ਅਮਨ ਵਰਗੇ, ਹੈਰੀ ਵਰਗੇ, ਇਸ ਪਲੇਅਰ ਹੈ ਇਸੇ ਨਗਰ ਦੇ, ਜੰਤ ਵਰਗੇ, ਸੁੱਖੇ ਵਰਗੇ ਸਟਾਰ ਪਲੇਅਰ ਨੇ। ਮੈਂ ਪਹਿਲਾਂ ਵੀ ਦੱਸਿਆ ਜੰਤ ਨੇ ਕਹਿੰਦੇ ਕਵੈਤ ਦੀ ਧਰਤੀ ਦੇ ਵੀ ਬੱਲੇ ਬੱਲੇ ਕਰਾਈ ਹੈ, ਚੋਟੀ ਦਾ ਸਟਾਰ ਹੈ ਇਸੇ ਨਗਰ ਦਾ ਹੈ, ਸੋ ਸੁੱਖੇ ਵਰਗੇ ਕਹਿੰਦੇ ਵੱਡੇ ਪੱਧਰ ਦੇ ਸਟਾਰ ਪਲੇਅਰ ਨੇ। ਕਰਨਦੀਪ ਸਿੰਘ ਜੀ ਪੁਰਤਗਾਲ, ਜੋਗਾ ਯੂਐਸਏ, ਮੰਨਾ ਸਰਾਏ ਯੂਐਸਏ, ਜੱਸਾ ਯੂਐਸਏ, ਬੱਬਲ ਸਾਡਾ ਯਾਰਾਂ ਦਾ ਯਾਰ, ਰਿੰਕੂ ਪੁਰਤਗਾਲ, ਸਨੀ ਵਰਗੇ, ਪਿਸ਼ੋਰਾ ਯੂਕੇ, ਵਿੱਕੀ ਪੁਰਤਗਾਲ, ਦਿਲਰਾਜ ਸਿੰਘ ਯੂਐਸਏ, ਗੁਰਦੀਪ ਸਿੰਘ ਯੂਕੇ, ਵਿੱਕੂ ਯੂਕੇ,
ਡਿੰਪਲ ਕੈਨੇਡਾ ਹੈ, ਗਿੱਲ ਯੂਕੇ। ਇਹਨਾਂ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਉੱਧਰ ਬਹੁਤ ਹੀ ਮਾਣ ਮਤੀਆਂ ਸ਼ਹੀਦਾਂ ਹੈ। ਸਰਦਾਰ ਨਿਰਮਲ ਸਿੰਘ ਜੀ ਸਰਪੰਚ ਸਾਹਿਬ ਵੱਡਾ ਰੋਲ ਹੈ ਅੱਜ ਦੇ ਟੂਰਨਾਮੈਂਟ ਦੇ ਵਿੱਚ, ਜਿਨ੍ਹਾਂ ਦੇ ਫਾਦਰ ਸਾਹਿਬ ਸਵਰਗਵਾਸੀ ਧਰਮ ਸਿੰਘ ਜੀ, ਮਾਤਾ ਸਿਮਰਨ ਕੌਰ ਜੀ। ਸੋ ਅੱਜ ਇਹਨਾਂ ਬਜ਼ੁਰਗਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਦਾ ਖੇਡ ਮੇਲਾ ਖੇਡਿਆ ਜਾ ਰਿਹਾ ਹੈ। ਸੋ ਤਹਿ ਦਿਲੋਂ ਧੰਨਵਾਦ ਸਾਰੇ ਵੀਰਾਂ ਦਾ ਹੈ। ਦਿਲਰਾਜ ਸਿੰਘ USA, ਸਾਡੇ ਹੈਰੀ ਦੇ ਬ੍ਰਦਰ ਨੇ ਦਿਲਰਾਜ ਸਿੰਘ USA, ਉਹ ਵੀ ਅੱਜ ਦਾ ਖੇਡ ਮੇਲਾ ਦੇਖ ਰਹੇ ਨੇ, ਲਾਈਵ ਤੱਕ ਰਹੇ ਨੇ। ਤਹਿ ਦਿਲੋਂ ਧੰਨਵਾਦ। ਉਧਰ ਸਰਦਾਰ ਸਿੰਦਰਪਾਲ ਸਿੰਘ ਜੀ ਜੋਗਾ ਜੀ ਦੇ ਫਾਦਰ ਸਾਹਿਬ ਪੁੱਜੇ ਹੈ। ਸੋ ਤੁਹਾਡੇ ਬੇਟਾ ਜੀ ਦਾ ਵੀ ਅਹਿਮ ਰੋਲ ਆ ਜੀ ਟੂਰਨਾਮੈਂਟ ਦੇ ਵਿੱਚ। ਤਹਿ ਦਿਲੋਂ ਧੰਨਵਾਦ ਜੋਗਾ ਸਿੰਘ ਜੀ, USA ਵਾਲਾ ਸਾਡਾ ਯਾਰ ਰਾਮਗੜੀਆ, ਉਹਨਾਂ ਦੇ ਫਾਦਰ ਸਾਹਿਬ ਸਾਡੇ ਦਰਮਿਆਨ ਪੁੱਜੇ ਹੈ। ਸੋ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸੋ NRI ਭਰਾਵਾਂ ਦਾ ਵੱਡੇ ਪੱਧਰ 'ਤੇ ਰੋਲ ਹੈ ਅੱਜ ਦੇ ਖੇਡ ਮੇਲੇ ਦੇ ਵਿੱਚ। ਸੋ ਨਗਰ ਨਿਵਾਸੀਆਂ ਦਾ ਵੀ ਅਹਿਮ ਰੋਲ ਹੈ। ਸੋ ਅਗਲੇ ਸਾਲ ਵੀ ਕਹਿੰਦੇ ਵੱਡੇ ਪੱਧਰ ਤੇ ਕ੍ਰਿਕਟ ਦਾ ਕੁੰਭ ਕਰਵਾਇਆ ਜਾਏਗਾ ਇਸੇ ਧਰਤੀ ਤੇ। ਉਧਰ ਸਰਦਾਰ ਨਿਰਮਲ ਸਿੰਘ ਜੀ ਸਰਪੰਚ ਸਾਹਿਬ ਵਿਸ਼ੇਸ਼ ਸਹਿਯੋਗ ਹੈ ਦਲਜੀਤ ਸਿੰਘ ਜੀ, ਸਰਦਾਰ ਰਣਜੀਤ ਸਿੰਘ ਜੀ, ਸਰਦਾਰ ਕਸ਼ਮੀਰ ਸਿੰਘ ਜੀ, ਸਰਦਾਰ ਲਖਤਾਰ ਸਿੰਘ ਜੀ, ਇੱਧਰ ਕਾਲਾ ਭਾਜੀ ਪੰਪ ਵਾਲੇ, ਕਾਲਾ ਭਾਜੀ ਪੰਪ ਵਾਲੇ, ਸਰਦਾਰ ਬਲਦੇਵ ਸਿੰਘ ਜੀ, ਸਰਦਾਰ ਕੁਲਵੰਤ ਸਿੰਘ ਜੀ, ਸਰਦਾਰ ਸੁਜੀਤ ਸਿੰਘ ਜੀ ਬੱਗਾ ਜੀ, ਸਰਦਾਰ ਜਗਜੀਤ ਸਿੰਘ ਜੀ, ਕਸ਼ਮੀਰ ਸਿੰਘ ਜੀ, ਸ਼ੀਰਾ ਜੀ, ਅਮਰਜੀਤ ਸਿੰਘ ਜੀ, ਬਿੱਲਾ ਭਾਜੀ, ਦੀਵਾਨ ਸਿੰਘ ਜੀ, ਜੱਸਾ ਅੰਕਲ ਜੀ, ਸੁੱਖ ਭਾਜੀ, ਬੋਬੀ ਪੰਡੋਰੀ। ਉਧਰ ਫਕਰ ਜੀ, ਗਰਜ ਜੀ, ਸੁਖਪਾਲ ਸਿੰਘ ਜੀ, ਸੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।
ਲਓ ਸੈਮੀ ਫਾਈਨਲ ਮੈਚ ਚੱਲਦਾ ਪਿਆ ਜੀ ਮਹਿਮਦਪੁਰ ਤੇ ਨਾਲ ਟਾਂਡੀ ਦੀ ਟੀਮ ਖੇਡਦੀ ਪਈ ਹੈ। ਠੀਕ ਹੈ ਜੀ, ਠੀਕ ਹੈ, ਧੰਨਵਾਦ। ਉਧਰ ਪੋਪੀ ਰੰਧਾਵਾ ਸਾਡਾ ਯਾਰਾਂ ਦਾ ਯਾਰ ਪ੍ਰਧਾਨ ਸਾਹਿਬ, ਜੀਤੂ, ਜਸ਼ਨ, ਗੁਰਬਾਜ, ਅਰਮਾਨ, ਜਸ਼ਨ ਮਹਿਰਾ, ਸਰਬਜੀਤ ਸਿੰਘ, ਸੰਨੀ ਵਰਗੇ, ਲੰਬੇ ਵਰਗੇ, ਅਰਸ਼ ਵਰਗੇ, ਅਮਨ ਵਰਗੇ, ਹੈਰੀ ਵਰਗੇ, ਹਰਮਨ ਰੰਧਾਵਾ, ਸੁੱਖਾ, ਜੰਤ, ਸਾਰੇ ਭਰਾਵਾਂ ਦਾ ਧੰਨਵਾਦ। ਵਿੱਕੀ ਰੰਧਾਵਾ, ਯਸ਼, ਚੀਕੂ ਨਾਹਰ, ਰੰਧਾਵਾ ਨਾਹਰ, ਚੀਕੂ, ਵਿੱਕੀ ਰੰਧਾਵਾ ਤੇ ਚੀਕੂ ਨਾਹਰ, ਕਿਆ ਬਾਤ, ਨਾਂ ਬੜੇ ਪਿਆਰੇ ਆ, ਰਾਮਗੜੀਓ ਸਾਂਭ ਕੇ ਰੱਖਿਓ। ਉਧਰ ਕਾਕਾ ਰਾਮਗੜ ਵਾਲੀਬਾਲ ਪਲੇਅਰ, ਉਹਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ। ਹਾਂਜੀ, ਆਹ ਬਾਲਾਂ ਪੁੱਜਦੀਆਂ ਕਰ ਦਿਓ ਜੀ ਖੇਡ ਗਰਾਊਂਡ ਦੇ ਵਿੱਚ। ਸਾਡੇ ਕੈਪਟਨ ਸਾਹਿਬ ਉਹਨਾਂ ਨੂੰ ਬਾਲਾਂ ਜ਼ਰੂਰ ਪੁੱਜਦੀਆਂ ਕਰਦੀ ਜੀ। ਟਾਂਡੀ ਦੇ ਪਲੇਅਰ ਰਾਜਾ, ਲੈ ਵੀ ਮਹਿਮਦਪੁਰੀਓ 129 ਹੈ ਤੇ 130 ਬਣਾਉਣੇ ਹੈ, 16 ਓਵਰਾਂ ਦੇ ਵਿੱਚ ਚਰਚੇ ਹੋ ਜਾਣੇ ਹੈ। ਜੇ ਫਾਈਨਲ ਖੇਡਣਾ 130 ਬਣਾਉਣੇ ਪੈਣੇ। ਅਮਨ ਖੀਰਾ ਵਾਲੀ ਆ ਸਾਡਾ ਯਾਰ, ਉਹਦਾ ਵੀ ਤਹਿ ਦਿਲੋਂ ਧੰਨਵਾਦ। ਅਮਨ ਕਿੱਥੇ ਆ? ਉਧਰ ਅਰਮਾਨ ਸਿੰਘ USA ਤੇ ਲਵ USA ਕੂਕਿਆਂ ਤੋਂ ਭਰਾ ਲਾਈਵ ਜੁੜੇ ਹੋਏ ਨੇ। ਲਵ ਕੂਕਿਆਂ ਵਾਲਾ ਸਾਡਾ ਵੀਰ ਤੇ ਅਰਮਾਨ USA ਇਹ ਵੀ ਭਰਾ ਕਹਿੰਦੇ ਅੱਜ ਲਾਈਵ ਜੁੜੇ ਹੋਏ ਨੇ, ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅੱਜ ਕਹਿੰਦੇ ਪੂਰਾ ਪੰਜਾਬ ਕਹਿੰਦੇ ਫਾਈਨ ਸਪੋਰਟਸ ਦੇ ਨਾਲ ਜੁੜਿਆ ਹੋਇਆ ਹੈ। ਬੜੀ ਵਧੀਆ ਪਿਆਰੀ ਵੈਬਸਾਈਟ ਹੈ ਫਾਈਨ ਸਪੋਰਟਸ। ਪਿਛਲੇ ਸਾਲ ਵੀ ਜਦੋਂ ਮਾਨਾ ਤਲਵੰਡੀ ਵਾਲੇ ਨੇ ਖੇਡ ਮੇਲਾ ਕਰਵਾਇਆ ਤੇ ਫਾਈਨ ਸਪੋਰਟਸ ਵਾਲਿਆਂ ਨੂੰ ਕਹਿੰਦੇ ਮੌਕਾ ਮਿਲਿਆ ਹੈ ਇਸੇ ਨਗਰ ਦੇ ਵਿੱਚ। ਸੋ ਤਹਿ ਦਿਲ ਧੰਨਵਾਦ। ਲਾ ਉਧਰ ਰਾਜੇ ਵਰਗੇ ਖੇਡ ਗਰਾਊਂਡ ਦੇ ਵੱਲ ਨੂੰ ਜਾ ਰਹੇ ਆ, ਭਰਥਾ ਵਾਲਾ ਰਾਜਾ ਖੇਡ ਗਰਾਊਂਡ ਦੇ ਵੱਲ ਨੂੰ ਜਾ ਰਿਹਾ ਹੈ। ਰਵੀ ਵਰਗੇ ਇਹਨਾਂ ਕਹਿੰਦੇ ਗੌਰਵ ਵਰਗੇ ਰਾਜੇ ਟਾਂਡੀ ਵਰਗੇ ਖੇਡ ਗਰਾਊਂਡ ਨੂੰ ਜਾ ਰਹੇ ਆ, ਜੱਗੇ ਵਰਗੇ ਖੇਡ ਗਰਾਊਂਡ ਨੂੰ ਜਾ ਰਹੇ ਹੈ। ਅਰਮਾਨ USA, ਅਰਮਾਨ USA ਤੇ ਲਵ USA ਜੀ, ਲਵ ਕੂਕੇ ਵਾਲਾ, ਠੀਕ ਹੈ ਜੀ। ਅਰਮਾਨ USA
ਤੇ ਠੀਕ ਹੈ ਜੀ, ਠੀਕ ਹੈ, ਕੋਈ ਗੱਲ ਨੀ ਜੀ, ਸ਼ਾਮ ਤੱਕ ਆਪਾਂ ਨਾ ਹੀ ਬੋਲਣੇ ਆ ਜੀ, ਕੋਈ ਗੱਲ ਨੀ, ਧੰਨਵਾਦ ਤੁਹਾਡਾ ਜੀ। ਅਰਮਾਨ ਯੂਐਸਏ ਤੇ ਲਵ ਪੁਰਤਗਾਲ, ਇਧਰ ਯੂਐਸਏ, ਲਵ ਯੂਐਸਏ ਤੇ ਨਾਲ ਕੂਕੇ ਵਾਲੇ ਭਰਾ ਨੇ ਲਾਈਵ ਜੁੜੇ ਹੋਏ ਨੇ, ਅੱਜ ਦਾ ਮੇਲਾ ਦੇਖ ਰਹੇ ਹੈ, ਸੋ ਤਹਿ ਦਿਲੋਂ ਧੰਨਵਾਦ ਭਰਾਵਾਂ ਦਾ ਹੈ। ਇਹ ਕੂਕੇ ਵਾਲੇ ਹੈ, ਟਾਂਡੀ ਦੇ ਲਾਗੇ ਪਿੰਡ ਪੈਂਦੇ ਹੈ, ਉੱਥੋਂ ਚੱਲ ਕੇ ਆਏ ਹੈ, ਲਾਈਵ ਜੁੜੇ ਹੋਏ ਨੇ ਮੁੰਡੇ ਯੂਐਸਏ ਤੋਂ। ਅਰਮਾਨ ਰਾਮਗੜ੍ਹ ਜੀ, ਅਰਮਾਨ ਰਾਮਗੜ੍ਹ ਯੂਐਸਏ ਵਾਲੇ, ਸੋ ਤਹਿ ਦਿਲੋਂ ਧੰਨਵਾਦ। ਉਧਰ ਸਾਡਾ ਵੀਰ ਅਮਨ ਖੀਰਾਂ ਵਾਲੀ ਹੈ, ਪੁੱਜ ਗਿਆ ਦਸ਼ਮੇਸ਼ ਤਰਨਾਦਲ ਤੋਂ, ਸਾਡਾ ਯਾਰ ਪੁੱਜਿਆ ਹੈ ਬਾਬਾ ਮੇਜਰ ਸਿੰਘ ਜੀ ਸੋਢੀ। ਸੋ ਅਰਮਾਨ ਯੂਐਸਏ ਤੇ ਲਵ ਯੂਐਸਏ ਰਾਮਗੜੀਏ, ਇਹ ਨਾ ਕਹਿੰਦੇ ਵੱਡੇ ਪੱਧਰ ਤੇ ਅੱਜ ਲਾਈਵ ਜੁੜੇ ਹੋਏ ਨੇ, ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਅੱਜ ਕਹਿੰਦੇ ਸੁੱਖੇ ਰਾਮਗੜੀਏ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ। ਪੈਰੀ ਯੂਐਸਏ, ਬੋਲਟ ਯੂਐਸਏ, ਰੂਬੀ ਪੁਰਤਗਾਲ, ਇਹਨਾਂ ਭਰਾਵਾਂ ਨੂੰ ਕਹਿੰਦੇ ਸੁੱਖੇ ਰਾਮਗੜੀਏ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ। ਲੈ ਵੀ ਸੁੱਖਿਆ, ਤੈਨੂੰ ਵੀ ਮੁਬਾਰਕਬਾਦ ਹੈ, ਚੋਟੀ ਦਾ ਪਲੇਅਰ ਹੈ, ਇਸੇ ਨਗਰ ਦਾ ਹੈ, ਵੱਡੇ ਪੱਧਰ ਤੇ ਮਾਨ ਸਨਮਾਨ ਹੋਣਾ ਹੈ। ਉਧਰ ਹੈਰੀ ਯੂਐਸਏ, ਵੱਡੇ ਪੱਧਰ ਤੇ ਅਹਿਮ ਰੋਲ ਹੈ, ਹੈਰੀ ਮਲਤਾਨੀ ਯੂਐਸਏ, ਉਸ ਭਰਾ ਦਾ ਵੀ ਤਹਿ ਦਿਲੋਂ ਧੰਨਵਾਦ। ਵੱਡਾ ਰੋਲ, ਮੇਨ ਸਪੌਂਸਰ ਨੇ ਅੱਜ ਦੇ ਖੇਡ ਮੇਲੇ ਦੇ ਵਿੱਚ ਮੁਲਤਾਨੀ ਪਰਿਵਾਰ, ਸਰਦਾਰ ਬਲਦੇਵ ਸਿੰਘ ਜੀ ਜਿਨ੍ਹਾਂ ਦੇ ਲਖਤੇ ਜ਼ਿਕਰ, ਹੈਰੀ ਮੁਲਤਾਨੀ ਯੂਐਸਏ ਵਾਲਾ ਸਾਡਾ ਯਾਰਾਂ ਦਾ ਯਾਰ। ਠੀਕ ਆ ਵੀਰੇ, ਕੋਈ ਗੱਲ ਨੀ ਭਾਜੀ, ਤੁਹਾਡੀ ਹਾਜ਼ਰੀ ਦੇ ਵਿੱਚ ਖੰਡਾ ਖੜਕਾਵਾਂਗੇ। ਪੋਪੀ ਰੰਧਾਵਾ ਪ੍ਰਧਾਨ, ਯਾਰਾਂ ਦਾ ਯਾਰ, ਜਦੋਂ ਪੋਪੀ ਆਖਿਆ ਉਦੋਂ ਚੀਕਾਂ ਨਿਕਲਦੀਆਂ, ਸੋ ਤਹਿ ਦਿਲੋਂ ਧੰਨਵਾਦ। ਜੀਤੂ ਵਰਗੇ, ਜਸ਼ਨ ਵਰਗੇ, ਗੁਰਬਾਜ ਵਰਗੇ, ਰਮਾਨ ਵਰਗੇ,
ਉਧਰ ਅਰਮਾਨ ਯੂ ਐਸ ਏ ਤੇ ਲਵ ਯੂ ਐਸ ਏ ਲਾਈਵ ਜੁੜੇ ਹੋਏ ਨੇ ਫਾਈਨ ਸਪੋਰਟਸ ਤੇ। ਤਹਿ ਦਿਲੋਂ ਧੰਨਵਾਦ ਵੀਰਾਂ ਦਾ ਹੈ। ਲਓ ਟੀਮ ਆਓ ਜੀ ਖੇਡ ਗਰਾਊਂਡ ਦੇ ਵਿੱਚ। ਉਧਰ ਹੈਰੀ ਵੀ ਸਾਡਾ ਵੀਰ ਪੁੱਜ ਗਿਆ ਯੂ ਐਸ ਏ ਵਾਲਾ। ਵੱਡਾ ਅਹਿਮ ਰੋਲ ਹੈ ਅੱਜ ਦੇ ਟੂਰਨਾਮੈਂਟ ਦੇ ਵਿੱਚ, ਪਰਿਵਾਰ ਵੱਲੋਂ ਵੀ ਕਹਿੰਦੇ ਵੱਡਾ ਰੋਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜੈ ਕੌਣ ਭਲੇ ਕੋ ਮੰਦੇ। ਏਕ ਨੂਰ ਤੇ ਸਭ ਜਗ ਉਪਜੈ ਕੌਣ ਭਲੇ ਕੋ ਮੰਦੇ। ਸਿੱਖੀ ਦੇ ਬੂਟੇ ਐ ਤੇਰੀ ਅਮਰ ਕਹਾਣੀ ਏ, ਕਿ ਤੂੰ ਰਤ ਮੰਗਦਾ ਏ ਮੰਗ ਦਾਨਾ ਪਾਣੀ ਏ, ਤੈਨੂੰ ਬੀਜਿਆ ਨਾਨਕ ਨੇ ਪਾ ਬੀ ਗੁਰਬਾਣੀ ਦੇ, ਮਿੱਟ ਜਾਣਾ ਦੂਜੇ ਲਈ ਤੇਰੀ ਵੱਡੀ ਨਿਸ਼ਾਨੀ ਏ। ਸਿੱਖੀ ਦੇ ਬੂਟੇ ਐ ਤੇਰੀ ਅਮਰ ਕਹਾਣੀ ਏ। ਬਹੁਤ ਹੀ ਸਤਿਕਾਰਯੋਗ ਸਰਦਾਰ ਜਗਤ ਸਿੰਘ ਜੀ, ਮਾਤਾ ਅਮਰ ਕੌਰ ਜੀ, ਇਹਨਾਂ ਦੀ ਮੇਰੇ ਵੀਰਿਓ ਨਿੱਘੀ ਤੇ ਮਿੱਠੀ ਯਾਦ ਦੇ ਵਿੱਚ ਜਿਹੜਾ ਦੂਜਾ ਕ੍ਰਿਕਟ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ, ਮੈਂ ਵਿਸ਼ੇ ਤੌਰ ਤੇ ਧੰਨਵਾਦੀ ਹਾਂ ਸਾਰੀ ਪ੍ਰਬੰਧਕੀ ਕਮੇਟੀ ਦਾ, ਸਾਰੇ ਭਰਾਵਾਂ ਦਾ ਵਿਸ਼ੇ ਤੌਰ ਤੇ ਧੰਨਵਾਦ ਆਖਦਾ ਹਾਂ। ਸਰਦਾਰ ਜਗਤ ਸਿੰਘ ਜੀ, ਮਾਤਾ ਅਮਰ ਕੌਰ ਜੀ, ਇਹਨਾਂ ਦੀ ਮੇਰੇ ਵੀਰੋ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਅੱਜ ਦਾ ਖੇਡ ਮੇਲਾ ਖੇਡਿਆ ਜਾ ਰਿਹਾ ਹੈ। ਸੋ ਦੂਜਾ ਕ੍ਰਿਕਟ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ ਅੱਜ ਮੇਰੇ ਵੀਰਿਓ 9-12 ਅਪ੍ਰੈਲ 2024 ਤੇ ਰੌਣਕਾਂ ਜਿਹੜੀਆਂ ਪਿੰਡ ਰਾਮਗੜ੍ਹ ਦੀ ਧਰਤੀ ਤੇ ਮੇਰੇ ਵੀਰਿਓ ਲੱਗੀਆਂ ਹੋਈਆਂ। ਕਰਤਾਰਪੁਰ ਤੋਂ ਜੇ ਗੱਲ ਕਰੀਏ ਇਹ ਤਕਰੀਬਨ 5 ਜਾਂ 6 ਕਿਲੋਮੀਟਰ ਦਾ ਜਿਹੜਾ ਉਹ ਰਾਸਤਾ ਪੈ ਜਾਂਦਾ ਹੈ। ਅੱਜ ਰੌਣਕਾਂ ਮੇਰੇ ਵੀਰਿਓ ਕ੍ਰਿਕਟ ਦੀਆਂ ਵੱਜੀਆਂ। ਪਹਿਲਾ ਨਾਮ ਜਿਹੜਾ ਉਹ 31,000 ਦਿੱਤਾ ਜਾਣਾ ਹੈ ਤੇ ਦੂਜਾ 21,000 ਦਿੱਤਾ ਜਾਣਾ ਹੈ। ਬਹੁਤ ਬਹੁਤ ਸਤਿਕਾਰ ਕਰਦੇ ਹਾਂ, ਗੁਰੂ ਦੀਆਂ ਲਾਡਲੀਆਂ ਫੌਜਾਂ ਪੁੱਜਦੀਆਂ ਜਾ ਰਹੀਆਂ ਨੇ। ਬਹੁਤ ਬਹੁਤ ਚੜ੍ਹਦੀ ਕਲਾ, ਤੰਦਰੁਸਤੀ ਰੱਖਣ ਜਿੰਨੀਆਂ ਵੀ ਸ਼ਖਸੀਅਤਾਂ ਪੁੱਜੀਆਂ। ਅੱਜ ਦੇ ਦਿਨ ਦਾ ਪਹਿਲਾ ਪ੍ਰਾਈਜ਼ ਜਿਹੜਾ 31,000 ਤੇ ਦੂਜਾ 21,000 ਦਿੱਤਾ ਜਾਣਾ ਹੈ। ਇਹ ਮੇਰੇ ਵੀਰੋ ਅੱਜ ਦੇ ਜਿਹੜੇ ਵੱਡੇ ਯੋਗਦਾਨ ਦਿੱਤੇ ਜਾਣੇ ਨੇ। ਮੈਨ ਆਫ ਸੀਰੀਜ਼ ਨੂੰ 21,000 ਦਿੱਤਾ ਜਾਣਾ ਹੈ। ਉਹ ਕਿਹੜਾ ਖਿਡਾਰੀ ਬਣਦਾ, ਮੈਂ ਬਹੁਤ ਸਤਿਕਾਰ ਕਰਦਾ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ MLA ਤੇ ਹੈਰੀ ਭਰਾ ਹੈਰੀ USA, ਇਸ ਭਰਾ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ। ਸਰਦਾਰ ਨਿਰਮਲ ਸਿੰਘ ਜੀ ਸਰਪੰਚ ਸਾਹਿਬ, ਸਰਦਾਰ ਬਲਦੇਵ ਸਿੰਘ ਜੀ ਪੰਚ, ਸਰਦਾਰ ਪਿਸ਼ੋਰਾ ਸਿੰਘ ਜੀ UK, ਸਰਦਾਰ ਕਸ਼ਮੀਰ ਸਿੰਘ ਜੀ, ਰਿੰਕੂ ਪੁਰਤਕਾਲ ਜੀ, ਸਰਦਾਰ ਦਲਜੀਤ ਸਿੰਘ ਜੀ ਜੱਸਾ USA, ਸਰਦਾਰ ਅਮਰਜੀਤ ਸਿੰਘ ਜੀ, ਪ੍ਰਧਾਨ ਸੁਰਜੀਤ ਸਿੰਘ ਜੀ, ਸਰਦਾਰ ਕੁਲਵੰਤ ਸਿੰਘ ਜੀ, ਸਵਰਗਵਾਸੀ ਮਹਿਨ ਸਿੰਘ ਜੀ,
ਪ੍ਰਧਾਨ ਪੋਪੀ ਰੰਧਾਵਾ ਇਹਨਾਂ ਸਾਰੇ ਭਰਾਵਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ। ਸਾਰੇ ਖਿਡਾਰੀ ਵੀਰਾਂ ਦਾ ਬਹੁਤ ਬਹੁਤ ਸਤਿਕਾਰ ਹੈ। ਸੈਕਿੰਡ ਸੈਮੀ ਜਿਹੜਾ ਉਹ ਖੇਡਿਆ ਜਾ ਰਿਹਾ, ਲੈ ਵੀ ਜੀਵਨ ਸਿਆ ਤੇਰਾ ਹੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਰੇ ਭਰਾਵਾਂ ਦਾ, ਬਹੁਤ ਬਹੁਤ ਧੰਨਵਾਦ। ਬਾਲਰ ਨੇ ਆਪਾਂ ਜ਼ਰੂਰ ਦੱਸ ਦਈਏ ਜੀ ਇੱਕ ਵਾਰ, ਹਨੀ ਸਵਰਗ ਵਾਸੀ ਮਾਤਾ ਧਰਮ ਕੌਰ ਜੀ, ਸਵਰਗ ਵਾਸੀ ਬਾਪੂ ਧਰਮ ਸਿੰਘ ਜੀ ਤੇ ਮਾਤਾ ਸਿਮਰਨ ਕੌਰ ਜੀ, ਉਹਨਾਂ ਦੀ ਵੀ ਮੇਰੇ ਵੀਰ ਨਿੱਗੀ ਤੇ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਜਾਂਦਾ ਹੈ ਕਿ ਮਰਿਆਂ ਦੇ ਨਾਲ ਲੋਕੋ ਕਦੇ ਵੀ ਮਰਿਆ ਜਾਂਦਾ ਨੀ, ਖੰਡੇ ਵਾਲੇ ਦੇ ਬਾਪੂ ਮੋਹਰੇ ਕਦੇ ਵੀ ਖੜਿਆ ਜਾਂਦਾ ਨੀ। ਅੱਜ ਆਰਾਮਗੜ੍ਹ ਦੀ ਧਰਤੀ ਹੈ, ਰੌਣਕ ਬੱਝੀ ਹੋਈ ਹੈ ਔਰ ਖਿਡਾਰੀ ਪੋਜੀਸ਼ਨ ਦੇ ਵਿੱਚ ਐਨ ਤਿਆਰ ਵਾਰ ਤਿਆਰ ਨੇ, ਗੱਲਾਂ ਟਿਕਾਣੇ ਲੱਗਣਗੀਆਂ। ਲੈ ਵੀ ਜੀਵਨ ਸਿਆ ਚੱਕ ਲਾ ਮਾਈਕ ਤੇ ਕਰਦੇ ਸਿਫਤ, ਲਓ ਸਾਹਮਣੇ ਪਹਿਲੀ ਦੇ ਸਾਊਂਡ ਵਾਲੇ, ਬੜੀ ਪਿਆਰੀ ਸਾਊਂਡ ਹੈ ਪਰ ਹੈਰੀ ਭਾਜੀ ਕਹਿੰਦੇ ਕਿ ਆਵਾਜ਼ ਖੋਲ ਦੇ, ਆਵਾਜ਼ ਕਹਿੰਦੇ ਅੱਜ ਮਹਿਮਦਪੁਰ ਤੱਕ ਜਾਣੀ ਚਾਹੀਦੀ ਹੈ ਕਿਉਂਕਿ ਖੰਡਾ ਵੱਡਾ ਸਾਰਾ ਖੜਕਦਾ ਪਿਆ ਏ। ਲੈ ਵੀ ਆਵਾਜ਼ ਖੋਲ ਦੇ ਮੇਰਾ ਭਰਾ, ਬਹੁਤ ਪਿਆਰੀ ਸਾਊਂਡ ਹੈ। ਲਾਲ ਸਟ੍ਰਾਈਕ ਤੇ ਗੌਰਵ ਦਿੱਤਾ ਹੈ, ਤਿਆਰ ਪਰ ਤਿਆਰ ਹੈ ਉਧਰ, ਲਾਓ ਸਾਹਮਣੇ ਹੈਰੀ ਦਿੱਤਾ ਉਧਰ, ਪ੍ਰੇਰਿਤ ਦਿੱਤਾ ਬੱਲੇ ਬੱਲੇ ਘਰਾ ਗਿਆ ਹੈ ਨਾ ਕਹਿੰਦੇ ਸਿਰਾ ਲਾ ਗਿਆ ਹੈ। ਉਧਰ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ, ਉਧਰ ਪੱਟੀ ਦੇ ਤਿੰਨ ਛੱਕੇ, 500 ਦੇ ਹੈਰੀ USA, ਬਾ ਵੱਡਾ ਐਲਾਨ ਹੋ ਗਿਆ ਮੇਰੇ ਵੀਰੋ। ਲੈ ਵੀ ਪੱਟੀ ਤਿੰਨ ਛਿੱਕੇ 500 ਦੇ ਆਉਣੇ ਹੈ, ਪੱਟੀ ਨੇ ਆਉਣਾ ਪਰ ਕੋਈ ਗੱਲ ਨਹੀਂ ਜੀਵਨ ਸਿਆ, ਇਹ ਮਾਣ ਤਾਣ ਵੀ ਜ਼ਰੂਰੀ ਹੁੰਦੇ ਆ ਕਿਉਂਕਿ ਮਾਣ ਤਾਣ ਖਿਡਾਰੀਆਂ ਦਾ ਹੋਵੇ ਫਿਰ ਹੀ ਹੌਸਲਾ ਵੱਧਦਾ। ਲਓ ਪਹਿਲੀ ਬਾਲ ਤੇ ਵੇਖਦੇ ਆ ਵੀ ਸਿੰਗਲ, ਤਾੜੀ ਮਾਰਦੇ ਕਰੀ ਜ਼ੋਰ ਦੇ ਨਾਲ। ਉਧਰ ਰਾਣੇ ਦੇ ਤਿੰਨ ਛੱਕੇ 500 ਦੇ ਹੋਣਗੇ ਹੈਰੀ ਮੁਲਤਾਨੀ USA ਵੱਲੋਂ, ਐਨਾ ਕਹਿੰਦੇ ਅਨਾਊਂਸ ਹੋਇਆ ਹੈ ਕਿ ਭਰਾ ਦੇ ਤਿੰਨ ਛੱਕੇ ਰਾਣਾ ਪੰਜਾਬ ਪੁਲਿਸ ਵਾਲਾ ਹੈ, ਉਹਦੇ ਕਹਿੰਦੇ ਤਿੰਨ ਛੱਕੇ 500 ਦੇ ਹੋਣਗੇ ਹੈਰੀ ਮੁਲਤਾਨੀ USA ਵਾਲਾ ਭਰਾ ਸਾਡਾ ਹੈ, ਐਨਾ ਕਹਿੰਦੇ ਯਾਰੀਆਂ ਵਿਗਾੜੀਆਂ ਹੈ। ਲਓ ਸਾਹਮਣੇ ਮਹਾਰਾਜ ਇੱਧਰ ਪ੍ਰੇਰਿਤ ਦਿੱਤਾ ਬੱਲੇ ਬੱਲੇ ਕਰਾ ਗਿਆ ਹੈ, ਆਓ ਸਿਰਾਲ ਆ ਗਿਆ ਗੌਰਵ ਦਿੱਤਾ। ਲਓ ਬੜਾ ਸ਼ਾਨਦਾਰ ਮੈਚ ਖੇਡਿਆ ਜਾ ਰਿਹਾ, ਲਓ ਉਧਰਲੇ ਪਾਸੇ ਵਾਈਟ ਬਾਲ ਅੰਪਾਇਰ ਦੁਆਰਾ ਬੜੇ ਸ਼ਾਨਦਾਰ ਮੁਕਾਬਲਾ ਖੇਡਿਆ ਜਾ ਰਿਹਾ ਹੈ।
ਸੋ ਸੈਕਿੰਡ ਸੈਮੀ ਜਿਹੜਾ ਖੇਡਿਆ ਜਾ ਰਿਹਾ ਹੈ, ਫਿਰ ਗੱਲ ਫਾਈਨਲ ਦੀ, ਇੱਕ ਹੀ ਸੈਮੀ। ਠੀਕ ਆ ਜੀ, ਬਹੁਤ ਸੋਹਣੇ ਖਿਡਾਰੀ ਆਏ ਹੋਏ ਨੇ, ਬਹੁਤ ਵਧੀਆ ਟਾਈਮਿੰਗ ਤੇ ਬਹੁਤ ਵਧੀਆ ਪਿਆਰ ਸਤਿਕਾਰ ਦੇ ਨਾਲ ਖਿਡਾਰੀ ਖੇਡ ਰਹੇ ਨੇ। ਮੈਂ ਖੇਡ ਪ੍ਰੇਮੀਆਂ ਦੇ ਦਰਸ਼ਕਾਂ ਵਿੱਚ ਬੇਨਤੀ ਕਰਦਾ ਵੀ ਜਿੱਥੋਂ ਤੱਕ ਵੀ ਮੇਰੀ ਆਵਾਜ਼ ਪੁੱਜਦੀ ਆ ਰਹੀ ਹੈ, ਆਪਾਂ ਕੰਮਾਂ ਕਾਰਾਂ ਨੂੰ ਛੱਡਦੇ ਹੋਏ ਖਿਡਾਰੀਆਂ ਦਾ ਹੌਸਲਾ ਵਧਾਈ ਕਰੀਏ ਤੇ ਖੇਡ ਮੈਦਾਨ ਦੇ ਨਾਲ ਜੁੜੀਏ ਕਿ ਆ ਗਏ ਨੇ ਖਿਡਾਰੀ। ਦੇਖੋ ਖਿੱਚ ਕੇ ਤਿਆਰੀਆਂ, ਮਿਹਨਤਾਂ ਦੇ ਨਾਲ ਇਹਨਾਂ ਬਾਡੀਆਂ ਸ਼ਿੰਗਾਰੀਆਂ, ਪਰ ਬੜੇ ਸ਼ਾਨਦਾਰ ਮੁਕਾਬਲੇ ਅੱਜ ਦੇ ਦਿਨ ਦੇ ਖੇਡੇ ਜਾ ਰਹੇ ਨੇ। ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ। ਲੋਬਾਲਾ ਪਾਉਣ ਦੇ ਲਈ ਟੀਟਾ ਤਿਆਰ ਬਰ ਤਿਆਰ ਹੈ। ਸਾਹਮਣੇ ਉਹ ਆ ਗਿਆ ਪੰਜਾਬ ਪੁਲਿਸ ਵਾਲਾ ਸਟ੍ਰਾਈਕ ਦੇ, ਲਓ ਪੰਜਾਬ ਪੁਲਿਸ ਵਾਲਾ ਰਾਣਾ ਰਾਣਾ ਤਿੰਨ ਛੱਕੇ 500 ਦੇ ਹੈਰੀ ਮਲਤਾਨੀ USA ਵੱਲੋਂ ਵੱਡਾ ਐਲਾਨ ਹੋ ਗਿਆ। ਲੈ ਵੀ ਪੁਲਸੀਆ ਕੁਝ ਨਾ ਕੁਝ ਕਰਨਾ ਪੈਣਾ, ਹੈਰੀ ਭਰਾ ਸਾਡਾ ਵੀ ਵੱਡੇ ਐਲਾਨ ਕਰ ਰਿਹਾ। ਲਓ ਟੀਟਾ ਤਿਆਰ ਬਾਰ ਤਿਆਰ ਹੈ ਬਾਲਾ ਪਾਉਣ ਦੇ ਲਈ। ਆਓ ਸਾਹਮਣੇ ਪੰਜਾਬ ਪੁਲਿਸ ਵਾਲਾ, ਆਓ ਮਹਿਮਦਪੁਰੀ ਆ ਗਿਆ ਹੈ, ਆਓ ਕਹਿੰਦੇ ਹੈਰੀ ਮਲਤਾਨੀ USA ਵਾਲੇ ਨੇ, ਆਓ 500 ਲਾਇਆ ਹੋਇਆ ਤਿੰਨਾਂ ਦੇ, ਆਹ ਮੁੰਡੇ ਦਾ ਕੱਦ 6 ਫੁੱਟ ਤੋਂ ਪਲੱਸ ਹੈ। ਲਓ ਸਾਹਮਣੇ ਟੀਟਾ ਤਿਆਰ ਬਾਰ ਤਿਆਰ ਹੈ ਮੇਰੇ ਪੰਜਾਬੀ ਵੀਰੋ, ਬਾਲਾ ਪਾਉਣ ਦੇ ਲਈ ਟੀਟਾ ਤਿਆਰ ਬਾਰ ਤਿਆਰ ਹੈ। ਲਓ ਸਾਹਮਣੇ ਪਹਿਲੀ ਬਾਲ, ਬੱਲੇ 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 ਬੱਲੇ, ਪਰ ਇੱਧਰ ਪੰਜਾਬ ਪੁਲਿਸ ਵਾਲਾ ਕਹਿੰਦਾ ਜਿੱਧਰ ਨੂੰ ਮਰਜ਼ੀ ਜਾਵੇ ਸਕੋਰ ਹੋਣੇ ਚਾਹੀਦੇ ਹੈ, ਜਿੱਧਰ ਨੂੰ ਮਰਜ਼ੀ ਜਾਵੇ ਸਕੋਰ ਹੋਣੇ ਚਾਹੀਦੇ ਹੈ। ਬਾਕੀਆਂ ਵੀ ਭਲੱਥਾਂ ਵਾਲਿਆ, ਗੱਲ ਐ ਨਾ ਟਿਕਾਣੇ ਲੱਗ ਜਾਣੀ ਹੈ, ਮੈਚ ਐ ਨਾ ਸਿਰੇ ਦਾ ਖੇਡਿਆ ਜਾ ਰਿਹਾ, ਗੱਲ ਟਿਕਾਣੇ ਲੱਗੀ ਪਈ ਹੈ। ਲੈ ਵੀ ਡਿੱਟਿਆ, ਬੜੇ ਤਰੀਕੇ 'ਚ ਨਾ ਬਾਲ ਸੁੱਟਣੀ ਪੈਣੀ ਹੈ। ਚਾਰ, ਕਿਆ ਬਾਤ ਹੈ, ਉਧਰ ਰਾਣੇ ਨੇ ਬੱਲੇ ਬੱਲੇ ਕਰਾ ਦਿੱਤੀ ਹੈ, ਚਾਰ ਆ ਗਏ ਹੈ। ਲੈ ਵੀ ਰਾਣਿਆ ਇੱਦਾਂ ਹੀ ਸਰਾ ਕਰਾਉਣੀ ਪੈਣੀ ਹੈ। ਲਓ ਉੱਚਾ ਲੰਮਾ ਕੱਦ ਹੈ ਮੁੰਡੇ ਦੀ, ਇਹਨਾਂ ਕਿਤੇ ਬੱਲੇ ਬੱਲੇ ਘਰ ਆ ਗਿਆ ਹੈ ਕਿ ਪਿੰਡਾਂ ਵਿੱਚ ਨਾ ਹੋਣ ਫੈਸਲੇ ਕਿ ਲਾਗਦਾਰ ਦੇ ਚੀਕਾਂ ਦੇ ਪੁੱਤ ਜੱਟਾਂ ਦੇ ਸ਼ੌਂਕੀ ਅਲੜੇ ਫੋੜ ਲੰਡੀਆਂ ਹੀਪਾਂ ਦੇ, ਕਿ ਪੁੱਤ ਸ਼ੌਂਕੀ ਜੋਟਾਂ ਦੇ ਅਲੜੇ ਫੋੜ ਲੰਡੀਆਂ ਹੀਪਾਂ ਦੇ। ਪਰ ਭਲੱਥਾਂ ਵਾਲਿਆ ਕੱਲ ਨੂੰ ਡਾਂਗ ਭਲੱਥ ਦੇ ਵਿੱਚ ਵੀ ਖੜਕਣੀ ਹੈ। ਅਵਤਾਰ ਸਿੰਘ ਦੀ ਬਲ, ਮੋਹਨਵੀਰ ਦੀ ਬਲ ਤੇ ਦਿਲਾਵਰ ਸਿੰਘ ਦੀ ਬਲ ਹੁਣੀ ਖੁੱਲੇ ਸਦੇ ਲਾ ਰਹੇ ਨੇ। ਭਲੱਥਾਂ ਵਾਲਿਆ ਕੱਲਾ ਟਿਕਾਣੇ ਹੈ ਜੀ।
ਲਓ ਬੜੀ ਜ਼ਬਰਦਸਤ ਗੇਂਦ ਉੱਧਰ ਸਰਦਾਰ ਮਨਜੀਤ ਸਿੰਘ ਜੀ ਸਾਡੇ ਦਰਮਿਆਨ ਪੁੱਜੇ ਹੈ। ਲੈ ਵੀ ਹੈਰੀ ਬਾਈ ਸਾਰਿਆਂ ਦਾ ਆਪਾਂ ਧੰਨਵਾਦ ਨਾਲ ਦੀ ਨਾਲ ਕਰੀ ਜਾਣਾ, ਤੇਰਾ ਵੀ ਵੱਡਾ ਰੋਲ ਹੈ। USA ਦੇ ਵਿੱਚ ਸਾਡਾ ਵੀਰ ਵੱਸਦਾ ਹੈ ਹੈਰੀ ਮੁਲਤਾਨੀ। USA ਵੱਡਾ ਨਾਮ ਹੈ NRI ਦੇ ਵਿੱਚ, ਸਾਡਾ ਭਰਾ ਹੈਰੀ ਮੁਲਤਾਨੀ USA ਵਾਲਾ। ਮਨਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲੈ ਵੀ ਰਾਣੇ ਬਾਈ ਇਹ ਬੱਲਾ ਅੱਗੇ ਕਰਨਾ ਪੈਣਾ, ਇਹ ਪੈਡਾਂ ਨਾਲ ਕੁਝ ਨਹੀਂ ਬਣਨਾ, ਬੱਲਾ ਅੱਗੇ ਕਰਨਾ ਪੈਣਾ ਹੈ। ਸੱਤੂ ਮਾਨਾ ਤਲਵੰਡੀ ਦੇ ਨਾਲ ਆ ਯਾਰੀ ਆ ਮੁੰਡੇ ਦੀ, ਕਿਆ ਬਾਤ ਹੈ, ਸੱਤੂ ਮਾਨਾ ਤਲਵੰਡੀ ਦੇ ਨਾਲ ਯਾਰੀ ਹੈ। ਲੈ ਵੀ ਰਾਣੇ ਕੁਝ ਨਾ ਕੁਝ ਕਰਨਾ ਪੈਣਾ, ਭਰਾ ਨੇ ਕਹਿੰਦੇ 500 ਲਾਇਆ ਹੋਇਆ ਹੈ 3 ਯਫਿਆਂ ਤੇ। ਆਓ ਕੈ ਛੂਟਾ ਤੋ ਦਿਲ ਟੂਟਾ ਜੀਵਨ ਦਾ। ਲੈ ਵੀ ਭਲੱਤਾ ਵਾਲਿਆ ਜੇ ਏਦਾਂ ਦੀਆਂ ਗਲਤੀਆਂ ਹੋ ਗਈਆਂ ਤੇ ਫਿਰ ਫਾਈਨਲ ਤੋਂ ਕਗਾਰਾ ਦਾ ਘਰ ਤੇ ਬੱਬਾ ਸੱਸਾ ਬੱਸ ਤੇ ਕਗਾਰਾ ਦਾ ਘਰ ਗੱਲਾਂ ਟਿਕਾਣੇ ਨੇ। ਲਾ ਉਹਨੂੰ ਕਹਿੰਦੇ ਜੀਵਨ ਦਾਨ ਮਿਲਿਆ ਜਿੱਦੇ ਕਿਤੇ ਹੈਰੀ ਮੁਲਤਾਨੀ ਨੇ ਤਿੰਨਾਂ ਦੇ 500 ਲਾਇਆ ਹੋਇਆ ਹੈ। ਆਓ ਤਿੰਨਾਂ ਦੇ ਉਹ 500 ਲਾਇਆ ਹੋਇਆ ਹੈ ਸਾਹਮਣੇ। ਕਹਿੰਦੇ ਗੌਰਵ ਦਿੱਤਾ ਆ ਗਿਆ ਸਟ੍ਰਾਈਕ ਤੇ, ਲਓ ਲੈ ਵੀ ਗੌਰਵ ਦਿੱਤਿਆ ਮਾਣ ਤਾਣ ਤੇਰਾ ਵੀ ਹੋ ਜਾਣਾ, ਪਤਾ ਨੀ ਗੱਲ ਕੀ ਬਣ ਜਾਣੀ ਹੈ। ਚੱਲ ਵੀ ਗੌਰਵ ਸਿਆ ਲਾਓ ਬੱਲੇ 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 ਸਿਰਾ ਲਾ ਗਿਆ ਉਹ ਮੁੰਡਾ ਬੱਲੇ ਬੱਲੇ ਕਰਾ ਗਿਆ। ਐਵੇਂ ਕਹਿੰਦੇ ਕਿ ਮੈਂ ਆ ਕਰ ਦੂ ਮੈਂ ਉਹ ਕਰ ਦੂ, ਆਦਤ ਨਹੀਂ ਸ਼ੁਰਲੀਆ ਛੱਡਣ ਦੀ, ਉਹ ਸਾਡੀ ਰੱਬ ਨੇ ਡਿਊਟੀ ਲਾਈ ਆ ਉਹ ਧੌਣ ਚੋਂ ਕਿੱਲੇ ਕੱਢਣ ਦੀ, ਉਹ ਧੌਣ ਚੋਂ ਕਿੱਲੇ ਕੱਢਣ ਦੀ। ਗੱਲਾਂ ਟਿਕਾਣੇ ਲੱਗੀਆਂ ਹੋਈਆਂ ਨੇ, ਆਹ ਧਰਤ ਮੇਰੇ ਪੰਜਾਬੀ ਦੇ ਰਾਮ ਕਰਦੀ ਹੈ। ਜਿੱਥੇ ਕਹਿੰਦੇ 2 ਓਵਰ ਤੇ 21 ਸਕੋਰ ਹੋ ਗਏ ਹੈ, 2 ਓਵਰ ਤੇ 21 ਸਕੋਰ ਹੋ ਗਏ ਹੈ, 10-10 ਦੀ ਜਿਹੜੀ ਰਨ ਰੇਟ ਆ ਰਹੀ ਹੈ, ਬਹੁਤ ਵਧੀਆ ਜਿਹੜੇ ਖੇਡ ਰਹੇ ਹੈ। ਇੱਕ ਪਾਸੇ ਰਾਣਾ ਤੇ ਦੂਜੇ ਪਾਸੇ ਗੌਰਵ ਦਿੱਤਾ, ਇਹ ਪਹਿਲੀ ਵਿਕਟ ਦੀ ਜਿਹੜੀ ਮੇਰੇ ਵੀਰੋ ਗੇਮ ਖੇਡ ਰਹੇ ਹੈ, ਬਹੁਤ ਵਧੀਆ ਜਿਹੜਾ ਪ੍ਰਦਰਸ਼ਨ ਕਰ ਰਹੇ ਹੈ। ਲੈ ਵੀ ਰਾਣਿਆ ਹੁਣ ਕਹਿੰਦੇ ਗੌਰਵ ਦਿੱਤੇ ਨੂੰ ਵੀ ਕੁਝ ਨਾ ਕੁਝ ਕਰਨਾ ਪੈਣਾ, ਪਰ ਪਤੰਦਰੋ ਫੁੱਲੀ ਦੇ ਵਿੱਚ ਆ ਕੇ ਕਿਤੇ ਵਿਕਟ ਨਾ ਖੋਲਿਓ, ਓਵਰ ਵੀ ਬਹੁਤ ਪਏ ਆ ਭਲੱਖਾਂ ਵਾਲਿਆ, ਆਪਾਂ ਟੈਕੇ ਵੀ ਖੇਡਣਾ। ਬਹੁਤ ਬਹੁਤ ਸਤਿਕਾਰ ਹੈ, ਬਹੁਤ ਬਹੁਤ ਸਤਿਕਾਰ ਹੈ। ਉਧਰ ਸਰਦਾਰ ਨਿਰਮਲ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਵੀ ਤਹਿ ਦਿਲ ਧੰਨਵਾਦ ਕਰਦੇ ਹਾਂ। ਸਰਦਾਰ ਮਨਜੀਤ ਸਿੰਘ ਜੀ ਉਹਨਾਂ ਦਾ ਵੀ ਤਹਿ ਦਿਲ ਧੰਨਵਾਦ ਕਰਦੇ ਹਾਂ। ਸਰਦਾਰ ਦਲਜੀਤ ਸਿੰਘ ਜੀ ਉਹਨਾਂ ਦਾ ਵੀ ਤਹਿ ਦਿਲ ਧੰਨਵਾਦ ਕਰਦੇ ਹਾਂ। ਸਰਦਾਰ ਕਸ਼ਮੀਰ ਸਿੰਘ ਜੀ ਉਹਨਾਂ ਦਾ ਵੀ ਤਹਿ ਦਿਲ ਧੰਨਵਾਦ। ਸਰਦਾਰ ਅਮਰਜੀਤ ਸਿੰਘ ਜੀ ਉਹਨਾਂ ਦਾ ਵੀ ਤਹਿ ਦਿਲ ਧੰਨਵਾਦ। ਲੈ ਵੀ ਵੱਡੇ ਬਾਈ ਚੱਕ ਮੈਕ ਦੇ ਕਰ ਗੱਲ ਮੁੰਡੇ ਦੀ, ਬਹੁਤ ਬਹੁਤ ਧੰਨਵਾਦ ਹੈ, ਪਰ ਉਹ ਰਿਵਿਊ ਮੰਗਿਆ ਜਾ ਰਿਹਾ ਹੈ। 2 ਓਵਰ 21
ਉਧਰ 2 ਓਵਰ ਤੇ 21 ਸਕੋਰ ਹੋ ਗਿਆ ਹੈ। ਹਨੀ ਆ ਗਿਆ ਹੈ, ਇਹਨਾਂ ਕਹਿੰਦੇ ਮੁੰਡਾ ਹਨੀ ਤਿਆਰ ਬਰ ਤਿਆਰ ਹੈ ਮੇਰੇ ਪੰਜਾਬੀ ਵੀਰੋ। ਅੱਜ ਦਾ ਲਾਈਵ ਫਾਈਨ ਸਪੋਰਟਸ ਦੇ ਖੇਡਿਆ ਜਾ ਰਿਹਾ ਹੈ ਤੇ ਮੇਰੇ ਨਾਲ ਅਮਨ ਖੀਰਾ ਵਾਲੀ ਆ, ਇਹਨਾਂ ਕਹਿੰਦੇ ਵਿਸ਼ੇਸ਼ ਤੌਰ ਤੇ ਸਾਡਾ ਯਾਰਾਂ ਦਾ ਯਾਰ ਪੁੱਜਿਆ ਹੋਇਆ ਹੈ। ਤਹਿ ਦਿਲ ਤੋਂ ਧੰਨਵਾਦ ਹਨੀ ਤਿਆਰ ਬਰ ਤਿਆਰ ਹੈ ਬਾਲਾ ਪਾਉਣ ਦੇ ਲਈ। ਲਓ ਰਾਣੇ ਸਿਆ, ਮੈਂ ਪਹਿਲੇ ਗਿਆ ਹੈ ਟਿਕਾਣੇ ਲਾਇਦਾ ਭਰਾ। ਉਧਰ ਦਸ਼ਮੇਸ਼ ਤਰਨਾ ਦਲ ਤੋਂ ਫੌਜਾਂ ਪੁੱਜੀਆਂ ਨੇ, ਉਧਰ 500 ਆ ਗਿਆ। ਕਹਿ ਦੋ ਧੰਨਵਾਦ, ਮੇਲਾ ਬਣ ਗਿਆ ਮੇਰੇ ਪੰਜਾਬੀ ਵੀਰੋ। ਆਹ ਧਰਤ ਕਹਿੰਦੇ ਰਾਮਗੜ੍ਹ ਦੀ ਹੈ, ਜਿੱਥੇ ਕਹਿੰਦੇ ਖੰਡਾ ਵੱਡਾ ਖੜਕਦਾ ਪਿਆ ਏ। ਅਮਨ ਸਿਆ, ਖੰਡਾ ਵੱਡਾ ਖੜਕਦਾ ਪਿਆ ਏ, ਪਰ ਗੌਰਵ ਦਿੱਤਾ ਸਟ੍ਰਾਈਕ ਤੇ। ਲਓ ਸਾਹਮਣੇ ਰਾਣੇ ਨੂੰ 22 ਯੂਐਸ ਨੇ 500 ਪੁੱਜਦਾ ਕਰਦਾ ਹੈ, 500 ਪੁੱਜਦਾ ਕਰਦਾ ਹੈ। ਉਧਰ ਹੈਰੀ ਯੂਐਸਏ ਵਾਲੇ ਨੇ 3 ਛੱਕਿਆਂ ਦੇ 500 ਹੈ। ਸੁੱਤੇ ਦਿਲ ਧੰਨਵਾਦ। ਆਓ 4 ਲੱਗਦਾ ਫੇ ਆ ਗਏ ਪਿਆਰ ਦੇ ਨਾਲ ਪਲੱਥਾ ਵਾਲਿਆ, ਕਿਤੇ ਬੱਜ ਬੁੱਜ ਕੇ ਗਲੀ ਬਹੁ ਉੱਕੀ ਹੋਣੀ ਆ ਪਤੰਦਰਾ। ਇਹ ਪੰਜਾਬ ਪੁਲਿਸ ਵਾਲਾ ਕਿਤੇ ਵੀ ਰੋਕ ਸਕਦਾ ਹੈ। ਪਲੱਥਾ ਵਾਲਿਆ ਚਾਰੇ ਪਾਸੇ ਉਹਨੂੰ ਚੌਕੇ ਛੱਕੇ ਹੀ ਦੇਖਦੇ ਆ। ਉਹਨੇ ਬੱਲਾ ਹੀ ਇੱਥੇ ਰੱਖਿਆ ਹੋਇਆ ਪਤੰਦਰਾ, ਉਹਨੇ ਸਿੰਗਲ ਸਿੰਗਲ ਨਹੀਂ ਲੈਣਾ, ਇਹਨੇ ਗਾਂਹ ਨੂੰ ਮਾਰਨੀਆਂ ਨੇ, ਕਣਕਾਂ 'ਚ ਮਾਰਨੀਆਂ ਹੈ, ਕਿਉਂਕਿ ਇਹ ਮੁੰਡਾ ਪੰਜਾਬ ਪੁਲਿਸ ਵਾਲਾ ਹੈ। ਤੇ ਜਿਹੜਾ ਧੱਕੇ ਚੜ ਗਿਆ ਯਾਰਾਂ ਦੇ, ਆਓ ਪੰਜਾਬ ਪੁਲਿਸ ਸਰਕਾਰਾਂ ਦੇ ਬੱਲੇ ਕਰਾਉਣੀ ਆ ਕਿ ਜਿਮ ਲਾਈ ਦਾ ਇਹ ਚੱਕਰ ਕਮਾਉਣ ਨੂੰ। ਰਾਣਾ ਫਿਰ ਤਿਆਰ ਖੁੱਤੀ ਪਾਉਣ ਨੂੰ, ਆਓ ਪਾਉਣ ਨੂੰ। ਮੁੰਡਾ ਕਹਿੰਦੇ ਖੰਡਾ ਵੱਡਾ ਸਾਰਾ ਖੜਕਾ ਗਿਆ। ਲੈ ਵੀ ਹੈਰੀ ਸਿਆ, ਮੇਲਾ ਸਫਲ ਹੋ ਗਿਆ। ਇਹਨਾਂ ਕਹਿੰਦੇ ਮੁੱਲ ਮੋੜਦਾ ਭਰਾਵਾਂ ਨੇ, ਆਹ ਬੱਲੇ ਬੱਲੇ ਘਰਾਤੀ ਹੈ। ਧਰਤ ਕਹਿੰਦੇ ਆਹ ਜ਼ਿਲ੍ਹੇ ਕਪੂਰਥਲੇ ਦੀ ਹੈ, ਜਿੱਥੇ ਕਹਿੰਦੇ ਚੋਟੀ ਦੇ ਸਟਾਰ ਖੇਡਦੇ ਪਏ ਹੈ। ਉੱਧਰ ਸਰਦਾਰ ਜਗਤ ਸਿੰਘ ਜੀ ਤੇ ਮਾਤਾ ਅਮਰ ਕੌਰ ਜੀ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਇਹਨਾਂ ਕਹਿੰਦੇ ਸਵਰਗਵਾਸੀ ਸਰਦਾਰ ਧਰਮ ਸਿੰਘ ਜੀ ਤੇ ਨਾਲ ਮਾਤਾ ਸਿਮਰ ਕੌਰ ਨੂੰ ਵੀ, ਉਹਨਾਂ ਨੂੰ ਵੀ ਕਹਿੰਦੇ ਯਾਦ ਕੀਤਾ ਜਾ ਰਿਹਾ ਹੈ। ਅੱਜ ਇਹਨਾਂ ਦੀ ਬਜ਼ੁਰਗਾਂ ਦੀ ਨਿੱਘੀ ਯਾਦ ਦੇ ਵਿੱਚ ਖੇਡ ਮੇਲਾ ਖੇਡਿਆ ਜਾ ਰਿਹਾ ਹੈ। ਵੱਡੇ ਬਾਈ ਚੱਕ ਮੈਂ ਕਰਦੇ ਗੱਲ ਮੁੰਡੇ ਦੀ, ਵੱਡਾ ਮੇਰੇ ਵੀਰੋ ਯਾਦ ਕੀਤਾ ਜਾ ਰਿਹਾ ਹੈ ਕਿ ਮਰਿਆ ਦੇ ਨਾਲ ਲੋਕੋ ਕਦੇ ਵੀ ਮਰਿਆ ਜਾਂਦਾ ਨੀ, ਕਿ ਖੁੰਡੇ ਵਾਲੇ ਬਾਪੂ ਦੇ ਮੋਹਰੇ ਕਦੇ ਵੀ ਖੜਿਆ ਜਾਂਦਾ ਨੀ। ਅੱਜ ਯਾਦ ਕੀਤਾ ਜਾ ਰਿਹਾ ਉਹਨਾਂ ਬਜ਼ੁਰਗਾਂ ਨੂੰ, ਉਹਨਾਂ ਦੀ ਮੇਰੇ ਵੀਰੋ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਪਲੱਥਾ ਵਾਲਿਆ ਮੇਲਾ ਕਰਵਾਇਆ ਜਾ ਰਿਹਾ। ਮੈਂ ਵੇਖਦਾ ਫੇਰ ਇਧਰਲੇ ਪਾਸੇ ਗੌਰਵ ਤਿਆਰ ਹੈ। ਲੈ ਵੀ ਰਾਣਿਆ ਕੁਝ ਨਾ ਕੁਝ ਕਰਨਾ ਪੈਣਾ, ਲਓ ਕੁਝ ਨਾ ਕੁਝ ਕਰਨਾ ਪੈਣਾ ਸਾਹਮਣੇ। ਆਹ ਇਹ ਆਸਵਾਰ ਹੈ, ਇਹਨਾਂ ਕਹਿੰਦੇ ਮੁੰਡਾ
ਸਿਆਲ ਆ ਗਿਆ ਆ ਰਾਣੇ ਦੇ ਲਈ ਤਾੜੀ ਮਾਰੇ ਕਰੀ ਪੰਜਾਬ ਪੁਲਿਸ ਵਾਲਾ ਉਹ ਬੱਲੇ ਬੱਲੇ ਘਰਾ ਗਿਆ ਕਿ ਬੇਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ ਅਸੀਂ ਬੋਲਦੇ ਨੀ ਖੁੰਡਾ ਪੁਰਾਣੇ ਬੱਲੀਏ ਆ ਸਕੋਰ ਦੱਸਦੀ ਵੀਰੇ ਕਿਆ ਬਾਤ ਹੈ ਲੈ ਵੀ ਰਾਣੇ 40 ਹੋ ਗਏ ਆ 40 ਸਕੋਰ ਤੀਜਾ ਓਵਰ ਉਧਰ 40 ਸਕੋਰ ਤੇ 3 ਓਵਰ ਹਾਂਜੀ ਜਿਹੜੇ ਇੱਧਰ ਲੰਗਰ ਦੇ ਸਾਹਮਣੇ ਮੋਟਰਸਾਈਕਲ ਭਾਜੀ ਲੱਗੇ ਆ ਉਹਨਾਂ ਨੂੰ ਬੇਨਤੀ ਆ ਭਰਾਵਾਂ ਨੂੰ ਆਪਣੇ ਮੋਟਰਸਾਈਕਲ ਇੱਕ ਐਕਟੀਵਾ ਲੱਗੀ ਆ ਉਹ ਸਾਈਡ ਤੇ ਕਰ ਲਈਏ ਆ ਬੋਵੀ ਯੂਐਸ ਜੀ ਹਾਂਜੀ ਬੋਵੀ ਯੂਐਸ ਵਾਲੋਂ ਜੇ ਆ ਬੋਲਤੇ ਗੌਰਵ ਦਿੱਤਾ ਜੀ ਉਧਰ ਬੋਵੀ ਯੂਐਸ ਵਾਲੋਂ ਜੇ ਆ ਬੋਲਦੇ ਗੌਰਵ ਦਿੱਤਾ ਛੱਕਾ ਮਾਰ ਗਿਆ ਤੇ 500 ਹੋਵੇਗਾ ਯੂਐਸ ਵਾਲੇ ਭਰਾਵਾਂ ਵੱਲੋਂ ਸੋ ਵੱਡਾ ਖੇਡ ਮੇਲਾ ਕਰਾਇਆ ਜਾ ਰਿਹਾ ਹੈ ਮੇਲਾ ਕਹਿੰਦੇ ਯੂਐਸ ਵਾਲਿਆਂ ਦਾ ਹੈ ਮੇਲਾ ਕਹਿੰਦੇ ਯੂਕੇ ਵਾਲਿਆਂ ਦਾ ਹੈ ਬੜੀ ਪਿਆਰੀ ਸਾਊਂਡ ਹੈ ਬਹੁਤ ਖੂਬਸੂਰਤ ਆਵਾਜ਼ ਸੈਮ ਸਾਊਂਡ ਲਓ ਸਾਹਮਣੇ ਕਹਿੰਦੇ ਟੀਟਾ ਤਿਆਰ ਬਰ ਤਿਆਰ ਹੈ ਲਓ ਬੜਾ ਸ਼ਾਨਦਾਰ ਮੈਚ ਖੇਡਿਆ ਜਾ ਰਿਹਾ ਹੈ ਲਓ ਗੌਰਵ ਦਿੱਤਾ ਸਟ੍ਰਾਈਕ ਤੇ ਆ ਮੇਰੇ ਵੀਰੋ ਉਧਰ ਰਿੰਕੂ ਭਾਜੀ ਪੁਰਤਗਾਲ ਵਾਲੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਉਹ ਵੀ ਲਾਈਵ ਜੁੜੇ ਹੋਏ ਨੇ ਅੱਜ ਦੇ ਖੇਡ ਮੇਲੇ ਦੇ ਵਿੱਚ ਵੱਡਾ ਰੋਲ ਹੈ ਰਿੰਕੂ ਪੁਰਤਗਾਲ ਉਧਰ ਸੁੱਖਾ ਭਾਜੀ ਹੁਣੀ ਪੁੱਛੇ ਹੈ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੁੱਖਾ ਭਾਜੀ ਲਓ ਆ ਅਮਨ ਸਿਆ ਇਹ ਗੁੱਟਾ ਨੇ ਜਾਣ ਚਾਹੀਦੇ ਆ ਬੱਲਿਆਂ ਨੂੰ ਕੋਈ ਨਹੀਂ ਪੁੱਛਦਾ ਕਿੱਥੇ ਬਾਲ ਗਈ ਹੈ ਕੈਮਰੇ ਵਾਲਾ ਵੀ ਕਹਿੰਦਾ ਹੋਣਾ ਜੂ ਵੀ ਕਰਨੀ ਪੈਣੀ ਹੈ ਆਓ ਗੱਲਾਂ ਟਕਾਣੇ ਅਮਨ ਸਿਆ ਚੱਕ ਮੈਂ ਤੇ ਕਰ ਗੱਲ ਪਰ ਭਲੱਥਾ ਵਾਲਿਆ ਕਿੱਥੇ ਪਤੰਦਰ ਲੋ ਟੋਨ ਦਿੰਦੇ ਆ ਛੱਕੇ ਤੇ ਛੱਕਾ ਪ੍ਰੇਰਿਤ ਦਿੱਤਾ ਕਿਆ ਬਾਤ ਆ ਯਾਰ ਮਜ਼ਾ ਆ ਗਿਆ ਬਈ ਜਿਹਨੂੰ ਗੇਮ ਵਧੀਆ ਲੱਗ ਰਹੀ ਹੈ ਪ੍ਰੇਰਿਤ ਦਿੱਤੇ ਨੀ ਕਰੀ ਤਾੜੀ ਮਾਰੋ ਯਾਰ ਜ਼ੋਰ ਦੇ ਨਾਲ ਕਿਆ ਬਾਤ ਹੈ ਲੈ ਵੀ ਭਲੱਥਾ ਵਾਲਿਆ ਗੱਡੀ ਉਹਨੇ ਐਨ ਹਵਾ ਚ ਡਾਈ ਹੋਈ ਹੈ ਗੱਡੀ ਉਹਨੇ ਲੀਹ ਦੇ ਕੀਤੀ ਹੋਈ ਹੈ ਆ ਮੇਲਾ ਕਹਿੰਦੇ ਭਰ ਜੁੰਮਣਦੇ ਆ ਮੇਰੇ ਪੰਜਾਬੀ ਵੀਰੋ ਲਓ ਸਾਹਮਣੇ ਲੈਗ ਸਾਈਡ ਉਹ 4 ਅਮਨ ਸਿਆ ਫੇਰ ਆ ਗਏ ਲਓ 4 ਫੇਰ ਆ ਗਏ ਐ ਐਨਾ ਕਹਿੰਦੇ ਪ੍ਰੇਰਿਤ ਦਿੱਤਾ ਉਹ ਬੱਲੇ ਬੱਲੇ ਘੜਾ ਗਿਆ ਮੁੰਡੇ ਕਹਿੰਦੇ ਇੱਕੋ ਜੀਆਂ ਐਨਾ ਕਹਿੰਦੇ ਟੀ ਸ਼ਰਟਾਂ ਪਾਈਆਂ ਹੋਈਆਂ ਨੇ ਤੇ ਇੱਕੋ ਜੀਆਂ ਲੋਹਰਾਂ ਪਾਈਆਂ ਹੋਈਆਂ ਨੇ ਉਹ ਪਤਾ ਨੀ ਲੱਗਦਾ ਕਿਹੜਾ ਪ੍ਰੇਰਿਤ ਦਿੱਤਾ ਤੇ ਕਿਹੜਾ ਕਹਿੰਦੇ ਉਹ ਪੰਜਾਬ ਪੁਲਿਸ ਵਾਲਾ ਸਾਹਮਣੇ ਸਟ੍ਰਾਈਕ ਦੇ ਪ੍ਰੇਰਿਤ ਦਿੱਤਾ ਮੇਰੇ ਪੰਜਾਬੀ ਵੀਰੋ ਲਓ ਸਾਹਮਣੇ ਪ੍ਰੇਰਿਤ ਦਿੱਤਾ ਲੈ ਵੀ ਦਿੱਤਿਆ ਆ ਲਓ ਚੌਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਸਾਹਮਣੇ ਕਹਿੰਦੇ ਟੀਟੇ ਵਰਗੇ ਖੇਡ ਗਰਾਊਂਡ ਦੇ ਵਿੱਚ ਹੈ ਬਾਲਾ ਪਾਉਣ ਦੇ ਲਈ ਟੀਟਾ ਤਿਆਰ ਬਰ ਤਿਆਰ ਹੈ ਮੇਲਾ ਕਹਿੰਦੇ ਭਰ ਜੋ ਬਣਦੇ ਹੈ ਲੋ ਮਹਿਮਦ ਗੁਰੀਆ
ਲਾਓ ਸਾਹਮਣੇ ਪਰ ਥੱਲੇ ਕੋਈ ਨੀ ਲਾਓ ਦਿੱਤੇ ਹੋਣੀ ਹੈ ਨਾ ਬੱਲੇ ਬੱਲੇ ਕਰੀ ਆਉਂਦੇ ਆ ਲੈ ਵੀ ਪਲੱਥਾ ਵਾਲਿਆ ਇਹਨਾਂ ਨੂੰ ਸਿੱਟਣਾ ਪੈਣਾ ਇੱਕ ਵਿਕਟ ਨੂੰ ਨਹੀਂ ਤੇ ਕਸੂਤੀ ਦੀ ਗੱਲ ਬਣੀ ਜਾਂਦੀ ਆ ਲਓ ਮਹਿਮਦਪੁਰੀਆ ਤਾੜੀ ਮਾਰੋ ਜੀ 50 ਸਕੋਰ ਹੋ ਗਏ ਆ ਤਾੜੀ ਮਾਰਦੇ ਅਗਲੀ ਟੀਮ ਦੇ ਲਈ ਤਹਿ ਦਿਲੋਂ ਧੰਨਵਾਦ ਇਹ ਨਾ ਕਹਿੰਦੇ ਮਹਿਮਦਪੁਰ 50 ਸਕੋਰ ਹੋ ਗਏ ਆ ਤੇ ਨਾਲ ਟਾਂਡੀਆਂ ਟਾਂਡੀ ਵਾਲੇ ਬਾਲਾਂ ਪਾ ਰਹੇ ਆ ਲਓ ਮਹਿਮਦਪੁਰੀਏ ਸਿਰਾ ਕਰਵਾਈ ਜਾਂਦੇ ਆ ਮੁੰਡੇ ਕਿਆ ਇਹ ਆਸਵਾਦ ਹੈ ਇਹ ਆਸਵਾਦ ਹੈ ਆ ਮੁੰਡਾ ਬੱਲੇ ਬੱਲੇ ਘਰਾ ਗਿਆ ਹੈ ਇਹ ਨਾ ਕਹਿੰਦੇ ਸਿਰਾ ਲਾ ਗਿਆ ਮੇਰੇ ਮਿੱਤਰੋ ਆਓ ਬੱਲੇ ਬੱਲੇ ਘਰਾ ਗਿਆ ਹਾਂਜੀ ਚਾਰ ਓਵਰ ਤੇ 56 ਸਕੋਰ ਕਿਆ ਬਾਤ ਹੈ ਇੱਕ ਵਾਰੀ ਤਾੜੀ ਮਾਰ ਦਿਓ ਯਾਰ ਜ਼ੋਰ ਦੇ ਨਾਲ ਇਹਨਾਂ ਪਲੇਅਰਾਂ ਵਾਸਤੇ ਬਹੁਤ ਵਧੀਆ ਜਿਹੜੀ ਪਾਰਟਨਰਸ਼ਿਪ ਬਣੀ ਹੋਈ ਹੈ 50 ਕਾਮਯਾਬ ਮੁੰਡਿਆਂ ਨੇ ਪਾਰ ਕਰ ਦਿੱਤੀ ਹੈ ਲੈ ਵੀ ਗੌਰਵ ਹੁਣਾਂ ਨੇ ਐਨ ਕਮਾਲ ਕਰ ਦਿੱਤੀ ਹੈ ਆ ਵੱਡਾ ਐਲਾਨ ਕਰਨ ਜਾ ਰਿਹਾ ਜੀਵਨ ਕਰਦੇ ਜਿਹੜੇ ਅਗਲੇ ਓਵਰ ਦੀ ਬਾਲ ਪੈਣ ਜਾ ਰਹੀ ਹੈ ਜੇ ਬਾਲਰ ਵਿਕਟ ਪ੍ਰਾਪਤ ਕਰਦਾ ਤੇ 500 ਕਹਿੰਦੇ USA ਵਾਲੇ ਭਰਾਵਾਂ ਨੂੰ ਹੋਵੇਗਾ ਜੇ ਬੈਟਸਮੈਨ ਛੱਕਾ ਮਾਰਦਾ ਤਾਂ ਵੀ ਉਸੇ ਬਾਲ ਤੇ 500 ਗੋਰਾ USA ਤੇ ਛੋਟਾ ਬੋਵੀ USA ਆਸ਼ੂ ਇਟਲੀ ਤੇ ਵੱਡਾ ਬੋਵੀ USA ਜੇ ਵਿਕਟ ਬਾਲਰ ਵਿਕਟ ਕੱਢਦਾ ਉਹਨੂੰ ਵੀ ਆਹ ਬਾਲ ਤੇ 500 ਹੋਵੇਗਾ ਜੇ ਬੈਟਸਮੈਨ ਛੱਕਾ ਮਾਰਦਾ ਤਾਂ ਵੀ 500 ਹੋਵੇਗਾ ਪਲੱਥਾ ਵਾਲਿਆ ਸੋਧਾ ਕਹਿੰਦੇ ਬਾਪੂ ਗਾਂਧੀ ਵਾਲਾ ਨੋਟ ਦੇਣਾ ਇਹਨਾਂ ਭਰਾਵਾਂ ਨੇ ਨੋਟ ਦੇਣਾ ਬਾਪੂ ਗਾਂਧੀ ਵਾਲਾ ਆਹ ਜਿਹੜਾ ਮੁੰਡਾ ਹੁਣ ਬੋਲਾਂ ਪਾਉਣ ਜਾ ਰਿਹਾ ਨਾ ਇਹ ਕਹਿੰਦੇ ਮੋਹਨਵੀਰ ਬਲ ਦੇ ਪਿੰਡ ਦਾ ਪਲੱਥਾ ਵਾਲਾ ਰਾਜਾ ਬੋਲਾਂ ਪਾਉਣ ਜਾ ਰਿਹਾ ਏ ਲੈ ਵੀ ਰਾਜਾ ਤੇਰੇ ਪਿੰਡ ਵੀ ਕਾਲੂ ਤੇ ਪਰਸੋਂ ਨੂੰ ਪਲੱਥਾ ਵਾਲਿਆ ਲਾਲਾ ਲਾਲਾ ਹੋ ਜਾਣੀ ਹੈ ਉਹ ਹਾਰਲੇ ਦਿੱਤੇ ਜਾਣੇ ਹੈ ਰਾਜਿਆ ਹੁਣ ਫੀਲਡਿੰਗ ਸੈੱਟ ਕਰ ਲਾ ਲਓ ਰਾਜਾ ਤਿਆਰ ਵਰ ਤਿਆਰ ਹੈ ਬਾਲਾ ਪਾਉਣ ਦੇ ਲਈ ਮੇਰੇ ਪੰਜਾਬੀ ਨੂੰ ਆਓ ਸਾਹਮਣੇ ਪਲੱਥਾ ਵਾਲਿਆ ਚਾਰ ਓਵਰ ਹੀ ਚਾਰ ਆ ਗਏ ਹੈ ਚਾਰ ਆ ਗਏ ਹੈ ਉਧਰ ਪ੍ਰੇਰਿਤ ਦਿੱਤਾ ਬੱਲੇ ਬੱਲੇ ਘਰ ਆ ਗਿਆ ਹੈ ਆਹ ਮੁੰਡਾ ਕਹਿੰਦੇ ਅੱਜ ਮਹਿਮਦਪੁਰੀਆਂ ਦਾ ਮੁੰਡਾ ਬਣ ਕੇ ਖੇਡਦਾ ਪਿਆ ਹੈ ਪੁੱਤ ਬਣ ਕੇ ਖੇਡਦਾ ਪਿਆ ਮੇਰੇ ਪੰਜਾਬੀ ਵੀਰੋ ਇਹ ਕਹਿੰਦੇ ਮਹਾਨ ਪਲੇਅਰ ਹੁੰਦੇ ਆ ਜਿਹੜੇ ਕਹਿੰਦੇ ਅਦਰ ਪਿੰਡਾਂ ਦੇ ਲਈ ਖੇਡਦੇ ਆ ਮੁੰਡੇ ਇਹ ਮਹਾਨ ਪਲੇਅਰ ਹੁੰਦੇ ਆ ਇਹ ਚੋਟੀ ਦੇ ਸਟਾਰ ਹੁੰਦੇ ਆ ਪਲੱਥਾਂ ਵਾਲਾ ਫੇਰ ਤਿਆਰ ਪਰ ਤਿਆਰ ਹੈ ਲਓ ਫੇ ਉੱਥੇ ਹੀ ਫੇ ਉੱਥੇ ਹੀ ਉਧਰ ਸਾਬੀ ਪੁਲਸੀਆ ਸਾਡਾ ਯਾਰਾਂ ਦਾ ਯਾਰ ਤਿੰਨਾਂ ਛਿੱਕਿਆਂ ਦਾ ਰਾਣੇ ਦਾ 2100 ਕਰਦਾ ਹੈ ਆ ਉਧਰ ਕਹਿੰਦੇ ਰਾਣੇ ਦਾ 2100 ਕਰਦਾ ਹੈ ਤਿੰਨਾਂ ਛਿੱਕਿਆਂ ਦਾ ਹੈ ਇਹਨਾਂ ਕਹਿੰਦੇ ਉਧਰ ਸਾਡਾ ਵੀਰ ਖੱਸਣ ਵਾਲਾ ਕਹਿੰਦੇ ਯਾਰਾਂ ਦਾ ਯਾਰ ਪੁੱਜ ਗਿਆ ਹੈ ਜੀਣਾ ਭਰਾ ਪੁੱਜ ਗਿਆ ਖੱਸਣ ਵਾਲਾ ਤੇ ਇਧਰੋਂ ਧੰਨਵਾਦ ਯਾਰਾਂ ਦਾ ਯਾਰ ਜੀਣਾ
ਪਲੱਥਾ ਵਾਲਿਆ ਹੁਣ ਕਰ ਲਾ ਫੀਲਡਿੰਗ ਐਨਾ ਟੈਟ ਜੀ, ਪਰ ਪਤੰਦਰ ਕਿੱਥੇ ਮੰਨਦੇ ਆ? ਮੈਨੂੰ ਲੱਗਦਾ ਇਹਨਾਂ ਨੇ ਜੀਵਣਾ, ਦੋਵਾਂ ਨੇ ਪਾਰੀ ਸਮਾਪਤ ਕਰ ਦੇਣੀ ਆ ਇਹਨਾਂ ਨੇ ਭਰਾਵਾ, ਘਰ ਨੂੰ ਤੋੜ ਦੇਣਾ। ਕਿਉਂਕਿ ਪੰਜਾਬ ਪੁਲਿਸ ਵਾਲਾ ਤਿੰਨ ਛੱਕਿਆਂ ਦੇ ਇਹਨਾਂ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਨੇ। 2100 ਪਰ ਚਾਰ ਫੇਰ ਆ ਗਿਆ ਜੀ, ਕਿਆ ਬਾਤ ਹੈ, ਤਾੜੀ ਮਾਰੋ ਯਾਰ ਜ਼ੋਰ ਦੇ ਨਾਲ। ਲੈ ਵੀ ਪਲੱਥਾ ਵਾਲਿਆ ਗੱਲ ਟਿਕਾਣੇ ਲੱਗੀ ਆਉਂਦੀ ਹੈ, ਗੌਰਵ ਦਿੱਤਾ ਤੇ ਰਾਣਾ ਦਿੱਤਾ, ਇਹ ਕਮਾਲ ਕਰੀ ਆਉਂਦੇ ਆ ਸਾਬੀ ਪੁਲਸੀਆ ਭਰਾ ਵੱਲੋਂ। ਤਿੰਨ ਛੱਕਿਆਂ ਦਾ 2100 ਦਿੱਤਾ ਜਾਣਾ। ਲੈ ਵੀ ਰਾਣਿਆ 2100 ਸਾਬੀ ਪੰਜਾਬ ਪੁਲਿਸ ਵੱਲੋਂ ਤੇਰੇ ਤਿੰਨ ਛੱਕਿਆਂ ਦਾ 2100। ਵੱਡੇ ਬਾਈ ਪਾ ਦੇ ਬੋਲ, ਲਓ ਸਵਾਲ ਹੈ, ਆਓ ਸਵਾਲ ਹੈ ਕਿ ਫੋਕਾ ਵਾਲਾ ਨਹੀਂ ਕਰੀਦਾ ਐਵੇਂ ਤਾਰੇ ਤੋੜਨ ਦਾ, ਕਿ ਛਾਤੀ ਦੇ ਵਿੱਚ ਬਲ ਰੱਖੋ ਲੋਕੋ ਭਾਜੀਆਂ ਮੋੜਨ ਦਾ, ਉਹ ਛਾਤੀ ਦੇ ਵਿੱਚ ਬਲ ਰੱਖੋ ਲੋਕੋ ਭਾਜੀਆਂ ਮੋੜਨ ਦਾ। ਉਹ ਭਾਜੀ ਮੋੜਨੀ ਪੈਣੀ ਹੈ, ਉਹ ਵਿਕਟ ਸਿੱਟਣੀ ਪੈਣੀ ਹੈ ਪਲੱਥਾ ਵਾਲਿਆ, ਕੁਝ ਨਾ ਕੁਝ ਕਰਨਾ ਪੈਣਾ, ਏਦਾਂ ਗੱਲ ਨਹੀਂ ਬਣਦੀ। ਉਧਰ ਸਰਦਾਰ ਦੀਵਾਨ ਸਿੰਘ ਜੀ ਸਾਡੇ ਦਰਮਿਆਨ ਪੁੱਜੇ ਹੈ, ਤਹਿ ਦਿਲ ਧੰਨਵਾਦ ਕਰਦੇ ਹਾਂ ਸਰਦਾਰ ਦੀਵਾਨ ਸਿੰਘ ਜੀ। ਇੱਧਰ ਪਲੱਥਾ ਵਾਲਿਆ ਕਰ ਗਿਆ ਕਹਿਰ ਮੁੰਡਾ, ਇਹ ਕਰਦਾ ਕਹਿਰ ਚੋਪੜਾ ਨੇ, ਜਿਹਦੇ ਸੌਜ ਕਿਲੇ ਨੂੰ ਢੋਂਦੀ ਗੱਲ ਰਾਜੇ ਖੇਲੇ ਦੀ, ਸੁੱਧੀ ਧੂੜ ਕਾਲਜੇ ਪਾਉਂਦੀ, ਸਿੱਧੀ ਧੂੜ ਕਾਲਜੇ ਪਾਉਂਦੀ। ਉਧਰ ਅੰਪਾਇਰ ਸਾਹਿਬ ਹੁਣਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਲਾਡੀ ਬਾਬਾ ਜੀ ਤੇ ਸੁੱਖਾ ਭਾਜੀ ਹੁਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਜੀ, ਲਾਡੀ ਭਾਜੀ ਤੇ ਸੁੱਖੇ ਭਾਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਹੈ। ਰੈਫਰੀ ਦੀਆਂ ਸੇਵਾਵਾਂ ਕਰ ਰਹੇ ਨੇ, ਬਹੁਤ ਬਹੁਤ ਸਤਿਕਾਰ ਹੈ। ਲਾਈ ਵਾਲੇ ਭਰਾ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਦਸ਼ਮੇਸ਼ ਤਰਨਾਦਲ ਤੋਂ ਫੌਜਾਂ ਪੁੱਜੀਆਂ ਨੇ, ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਭਰਾਵਾਂ ਦਾ, ਬਹੁਤ ਬਹੁਤ ਧੰਨਵਾਦ ਹੈ ਕਿ ਪੁੱਤ ਤੇਰੇ ਸਾਹਿਬ ਕੋਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ, ਪੁੱਤ ਤੇਰੇ ਸਾਹਿਬ ਕੋਰੇ ਨਿਹੰਗ ਸਿੰਘ ਗੋਲ ਦਮਾਲਿਆਂ ਵਾਲੇ। ਲੈ ਵੀ ਪਲੱਥਾ ਵਾਲਿਆ ਮੈਨੂੰ ਲੱਗਦਾ ਵੀ ਰਾਣਾ ਆਊਟ ਹੋ ਗਿਆ, ਰਾਣੇ ਦੀ ਵਿਕਟ ਚੱਲ ਗਈ ਹੈ, ਪਰ ਰਾਣਿਆ 2100 ਲੱਗਾ ਸੀ, ਰਾਣੇ ਦੇ ਕੱਲੇ ਦੇ 43 ਸਕੋਰ ਹੋਏ ਆ। ਲਓ ਤਾੜੀ ਮਾਰੋ ਜੀ ਤੇ ਰਾਣੇ ਦੇ ਲਈ, ਇਹਨਾਂ ਕਹਿੰਦੇ 43 ਸਕੋਰ ਮਾਰ ਕੇ ਗਿਆ ਮੁੰਡਾ ਏ, ਆਹ ਪੰਜਾਬ ਪੁਲਿਸ ਆਏ ਬੱਲੇ ਬੱਲੇ ਕਰਾ ਗਿਆ ਮੇਰੇ ਮਿੱਤਰੋ। ਉਧਰ ਹੈਰੀ USA ਦੇ ਤਾਇਆ ਜੀ ਪੁੱਜੇ ਆ ਸਾਡੇ ਦਰਮਿਆਨ, ਸਰਦਾਰ ਮਨਜੀਤ ਸਿੰਘ ਜੀ, ਸਰਦਾਰ ਕਸ਼ਮੀਰ ਸਿੰਘ ਜੀ ਸਾਡੇ ਦਰਮਿਆਨ ਪੁੱਜੇ, ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਸੋ ਵੱਡਾ ਰੋਲ ਅੱਜ ਦੇ ਟੂਰਨਾਮੈਂਟ ਦੇ ਵਿੱਚ, ਤਹਿ ਦਿਲੋਂ ਧੰਨਵਾਦ ਸਰਦਾਰ ਨਿਰਮਲ ਸਿੰਘ ਜੀ ਤੇ ਸਰਦਾਰ ਚੈਨ ਸਿੰਘ ਜੀ, ਸਰਦਾਰ ਬਲਦੇਵ ਸਿੰਘ ਜੀ, ਸਰਦਾਰ ਦਲਜੀਤ ਸਿੰਘ ਜੀ ਤੇ ਸਰਦਾਰ ਕਸ਼ਮੀਰ ਸਿੰਘ ਜੀ, ਸਰਦਾਰ ਅਮਰਜੀਤ ਸਿੰਘ ਜੀ। ਹਾਂਜੀ ਅੰਪਾਇਰ ਸਾਹਿਬ, ਅਗਲੇ ਬੈਟਸਮੈਨ ਜਿਹੜਾ ਹੈ ਕੀ ਨਾਮ ਆ ਜੀ ਅੰਪਾਇਰ ਜੀ? ਪੱਟੀ
ਗੌਰਵ ਪੱਟੀ ਸਿਕਸਟੀ ਨਾਈਨ ਹੈ ਜੀ, ਕਿੰਨੇ ਸਕੋਰ ਓਵਰ ਜੀ? ਠੀਕ ਹੈ ਜੀ, ਠੀਕ ਹੈ, ਸਿਕਸਟੀ ਨਾਈਨ ਹੋ ਗਏ ਆ ਸਾਹਮਣੇ। ਆਹ ਭਲੱਥਾ ਵਾਲਾ ਰਾਜਾ ਤਿਆਰ ਬਰ ਤਿਆਰ ਹੈ, ਉਧਰ ਸਾਹਮਣੇ ਗੌਰਵ ਪੱਟੀ ਵਰਗੇ ਆ ਗਏ ਖੇਡ ਗਰਾਊਂਡ ਦੇ ਵਿੱਚ, ਆਹ ਪ੍ਰੇਰਿਤ ਦੱਤੇ ਵਰਗੇ, ਆਹ ਜੋੜੀ ਵੀ ਕਹਿੰਦੇ ਵੱਡੇ ਪੱਧਰ ਦੀ ਹੈ, ਆਹ ਦੋਵੇਂ ਸਟਾਰ ਜਲੰਧਰ ਵਾਲੇ ਹੈ। ਗੌਰਵ ਪੱਟੀ ਓਵਰ ਦੀ ਸਮਾਪਤੀ, ਪੰਜ ਓਵਰ ਤੇ 69, ਪੰਜ ਓਵਰ ਤੇ 69। ਸੋ ਤਹਿ ਦਿਲੋਂ ਧੰਨਵਾਦ ਕਰਦੇ ਸਾਰੀਆਂ ਮਾਣ ਮਤੀਆਂ ਸ਼ੀਸ਼ਦਾਂ ਦਾ ਹੈ, ਬਹੁਤ ਬਹੁਤ ਧੰਨਵਾਦ ਹੈ। ਪਰ ਜੀਵਨ ਸਿਆ ਬੈਟਿੰਗ ਬਾਹਲੀ ਵਧੀਆ ਹੋਈ ਹੈ, ਸਕੋਰ ਵੀ ਬਹੁਤ ਵਧੀਆ, ਰਨ ਰੇਟ ਜੋੜ ਦਿੱਤੀ ਹੈ, ਪਰ ਰਾਣਾ ਮੈਂ ਵੇਖਦਾ ਵੀ 43 ਰਨ ਦੀ ਇਕੱਲਾ ਵਧੀਆ ਪਾਰੀ ਖੇਡ ਗਿਆ, ਜਿਹਨੂੰ ਰਾਣੇ ਦੀ ਖੇਡ ਵਧੀਆ ਲੱਗੀ ਹੈ ਇੱਕ ਵਾਰੀ ਤਾੜੀ ਜ਼ੋਰ ਨਾਲ ਮਾਰ ਦਿਓ ਖਿਡਾਰੀ ਦੇ ਵਾਸਤੇ, ਬਹੁਤ ਵਧੀਆ ਖੇਡ ਕੇ ਗਿਆ ਰਾਣਾ, ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜੀ। ਉਧਰ ਵੱਡਾ ਐਲਾਨ ਹੋ ਗਿਆ ਜੋਨੀ ਫਰਾਂਸ ਵੱਲੋਂ, ਦੋਨੇ ਬੈਟਸਮੈਨਾਂ ਵਿੱਚੋਂ ਜਿਹੜਾ ਤਿੰਨ ਤਿੰਨ ਛੱਕੇ ਲਾਵੇਗਾ 1100 ਗੱਲਾਂ ਟਿਕਾਣੇ ਲੱਗਣ ਜਾ ਰਹੀ ਹੈ, ਪਰ ਬਾਲਾਂ ਪਾਉਣ ਦੇ ਲਈ ਹਨੀ ਤਿਆਰ ਬਰ ਤਿਆਰ ਹੈ। ਲਓ ਸਾਹਮਣੇ, ਪਰ ਗੈਪ ਬਣਾਇਆ ਮੁੰਡੇ ਥੱਲੇ ਕੋਈ ਵੀ ਨਹੀਂ, ਇੱਕ ਬੰਦੇ ਪ੍ਰੇਰਿਤ ਦਿੱਤਾ ਖੇਡਦਾ ਪਿਆ ਹੈ ਤੇ ਨਾਲ ਕਹਿੰਦੇ ਗੌਰਵ ਪੱਟੀ, ਲਓ ਸਟ੍ਰਾਈਕ ਤੇ ਕਹਿੰਦੇ ਗੌਰਵ ਪੱਟੀ ਆ ਗਿਆ ਹੈ, ਲਓ ਗੌਰਵ ਪੱਟੀ ਸਟ੍ਰਾਈਕ ਤੇ ਹੈ, ਲੈ ਵੀ ਪੱਟੀ ਸਾਡਾ ਸੂਡਾ ਹੁਣ ਚੈੱਕ ਕਰ ਲਾ ਕਿ ਕਰੀ ਇਤਿਹਾਸ, ਆਓ ਕਿੰਨੇ ਯਾਰ ਬੰਦੇ ਖਾਸ, ਕਿੰਨੇ ਯਾਰ ਬੰਦੇ ਖਾਸ, ਕਿੰਨੇ ਪੁੰਨ ਕਿੰਨੇ ਪਾਪ ਬੋਲਦੇ, ਕਿ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ, ਸਾਡੇ ਬੱਲਿਆਂ ਰਿਕਾਰਡ ਬੋਲਦੇ। ਲਓ ਬੜੀ ਜ਼ਬਰਦਸਤ ਗੇਂਦ ਹਨੀ ਦੁਆਰਾ ਹੈ, ਇਹ ਨਾ ਕਹਿੰਦੇ ਮੁੰਡਾ ਬੱਲੇ ਬੱਲੇ ਕਰਾਉਣ ਦਾ ਦਮ ਰੱਖਦਾ ਹਨੀ, ਚੋਟੀ ਦਾ ਸਟਾਰ ਹਨੀ, ਤਕੜੀਆਂ ਬਾਲਾਂ ਪਾ ਰਿਹਾ ਹੈ। ਉਧਰ ਕਹਿੰਦੇ ਗੌਰਵ ਪੱਟੀ ਤਿਆਰ ਬਰ ਤਿਆਰ ਹੈ, ਇੱਥੇ ਰੱਖ ਉਹ ਪਲੱਥਾ ਵਾਲਿਆ ਆਉਂਦਾ ਸਵਾਦ, ਬੜਾ ਹੀ ਸਵਾਦ ਆਉਂਦਾ ਹੈ, ਅੱਜ ਕਹਿੰਦੇ ਧਰਤ ਰਾਮਗੜ੍ਹ ਦੀ ਹੈ, ਆਓ ਜਿੱਥੇ ਕਹਿੰਦੇ ਚੋਟੀ ਦੇ ਸਟਾਰ, ਇਹਨਾਂ ਕਹਿੰਦੇ ਹੈਰੀ ਮੁਲਤਾਨੀ USA, ਇਹਨਾਂ ਕਹਿੰਦੇ ਵੱਡਾ ਪਿਆਰ, ਵੱਡੇ ਮੇਨ ਸਪੋਂਸਰ ਨੇ ਅੱਜ ਦੇ ਖੇਡ ਮੇਲੇ ਦੇ ਵਿੱਚ, ਜਿਹਨਾਂ ਦੇ ਕਹਿੰਦੇ ਫਾਦਰ ਸਾਹਿਬ ਸਰਦਾਰ ਬਲਦੇਵ ਸਿੰਘ ਜੀ ਐਕਸ ਆਰਮੀ ਵਾਲੇ, ਇਹਨਾਂ ਕਹਿੰਦੇ ਵੱਡੇ ਪੱਧਰ ਤੇ ਵਿਸ਼ੇਸ਼ ਤੌਰ ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਆਓ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਨੇ ਮੇਰੇ ਮਿੱਤਰੋ, ਸਾਹਮਣੇ ਹਨੀ ਫੇ ਬਾਲਾ ਪਾ ਰਿਹਾ ਹੈ, ਲਓ ਪਰ ਨੰਬਰ ਕਿਆ ਬਾਤ ਹੈ, ਲੈ ਵੀ ਗੌਰਵ 1100 ਲੱਗਾ ਹੋਇਆ ਹੈ, ਤਿੰਨ ਛੱਕਿਆਂ ਦਾ 1100 ਲੱਗਾ ਹੋਇਆ,
ਲਾਓ 1100 ਲੱਗਿਆ ਹੋਇਆ ਏ ਉਧਰ ਐਨਾ ਕਹਿੰਦੇ ਜੋਨੀ ਫਰਾਂਸ ਵਾਲਾ ਭਰਾ ਆ ਮੁੰਡਿਆਂ ਦੇ ਵੱਡੇ ਮਾਣ ਕਰਦਾ ਏ ਸਾਹਮਣੇ ਕਹਿੰਦੇ ਉਧਰ ਪ੍ਰੇਰਿਤ ਦੱਤਾ ਆ ਗਿਆ ਮੇਰੇ ਮਿੱਤਰੋ ਐਨਾ ਕਹਿੰਦੇ ਪ੍ਰੇਰਿਤ ਦੱਤਾ ਆਓ ਸਟ੍ਰਾਈਕ ਤੇ ਗੱਲਾਂ ਖੜਕਾ ਦੜਕਾ ਵੱਡਾ ਸਾਰਾ ਖੇਡਿਆ ਜਾ ਰਿਹਾ ਹੈ ਐਨਾ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਨੇ ਆਹ ਮੇਲਾ ਕਹਿੰਦੇ ਭਰ ਜੋਗਣ ਤੇ ਆ ਆਹ ਮੇਲਾ ਕਹਿੰਦੇ ਭਰ ਜੋਗਣ ਤੇ ਆ ਲੈ ਵੀ ਸਾਊਂਡ ਵਾਲੇ ਹੁਣ ਥੋੜੀ ਜਿਹੀ ਬਾਟ ਖੋਲ ਦੇ ਆ ਇਧਰ ਦੇ ਕਮਾਲ ਹੁੰਦੀ ਹੋਈ ਪਰ ਸਾਹਮਣੇ ਸਟ੍ਰਾਈਕ ਖੇਡੀ ਆ ਮੁੰਡੇ ਨੇ ਆਓ ਬੱਲੇ ਬੱਲੇ ਆ ਜੋੜੀ ਦੇ ਬਾਲਾ ਕੁਛ ਨਿਰਭਰ ਕਰਦਾ ਮੁੰਡੇ ਜਲੰਧਰ ਤੋਂ ਆਏ ਹੈ ਕਿ ਅੱਜ ਸੱਜਣਾ ਨੂੰ ਆਈ ਏ ਕਾਲ ਜਲੰਧਰ ਤੋਂ ਅੱਜ ਸੱਜਣਾ ਨੂੰ ਆਈ ਏ ਉਹ ਕਾਲ ਜਲੰਧਰ ਤੋਂ 76 ਸਕੋਰ ਤੇ 6 ਓਵਰ ਹੋ ਗਏ ਆ 76 ਸਕੋਰ ਤੇ 6 ਓਵਰ ਹੋ ਗਏ ਆ ਉਧਰ ਬੋਵੀ ਰੰਧਾਵਾ ਹੈ ਪ੍ਰਧਾਨ ਸਾਹਿਬ ਸਾਡਾ ਯਾਰਾਂ ਦਾ ਯਾਰ ਜੀਤੂ ਯਾਰ ਸੋਰੀ ਪੋਪੀ ਰੰਧਾਵਾ ਭਰਾ ਸਾਡਾ ਪੋਪੀ ਰੰਧਾਵਾ ਹੈ ਇਹਨਾਂ ਕਹਿੰਦੇ ਜੀਤੂ ਵਰਗੇ ਭਰਾ ਸਾਡੇ ਨੇ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਭਰਾਵਾਂ ਦਾ ਪੋਪੀ ਰੰਧਾਵਾ ਜੀਤੂ ਭਾਜੀ ਜਸ਼ਨ ਭਾਜੀ ਗੁਰਬਾਜ ਜੀ ਅਰਮਾਨ ਜੀ ਜਸ਼ਨ ਭਾਜੀ ਸਰਬਜੀਤ ਸਿੰਘ ਜੀ ਸੰਨੀ ਭਾਜੀ ਲੰਬਾ ਬਲਵਿੰਦਰ ਸਿੰਘ ਜੀ ਪੰਡੋਰੀ ਅਰਸ਼ ਅਮਨ ਤੇ ਹੈਰੀ ਹਰਮਨ ਰੰਧਾਵਾ ਸੁੱਖਾ ਇਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਪ੍ਰੇਰਿਤ ਤਾਂ ਤਿਆਰ ਬਰ ਤਿਆਰ ਹੈ ਪਰ ਉਹਦੇ ਭਲਥਾਲਾ ਵੀ ਕਹਿੰਦਾ ਇਹਨੂੰ ਮੈਂ ਕੱਢਣਾ ਹੈ ਲਓ ਸਾਹਮਣੇ ਆਫ ਸਾਈਡ ਖੇਡੀ ਹੈ ਪਰ ਫੀਲਡਰ ਕਹਿੰਦੇ ਮੌਜੂਦ ਤੇ ਮੈਨੂੰ ਲੱਗਦਾ ਇੱਕ ਜੁੜ ਗਿਆ ਹੈ ਉਧਰ ਇੱਕ ਜੁੜ ਗਿਆ ਹੈ ਐਵੇਂ ਕਹਿੰਦੇ ਗੱਲਾਂ ਬਾਤਾਂ ਆਹ ਟਿਕਾਣੇ ਲੱਗੀਆਂ ਹੋਈਆਂ ਨੇ ਮੇਲਾ ਕਹਿੰਦੇ ਹੈਰੀ ਮੁਲਤਾਨੀ ਦਾ ਹੈ ਆਹ ਮੇਲਾ ਕਹਿੰਦੇ ਹੈਰੀ ਮੁਲਤਾਨੀ ਦਾ ਪਰ ਧੱਕ ਤੇ ਪਲੱਥਾਂ ਵਾਲਿਆ ਪੈਣੀ ਹੈ ਮੇਲਾ ਹੈਰੀ ਮੁਲਤਾਨੀ ਦਾ ਖੇਡਿਆ ਜਾ ਰਿਹਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰਾ ਭਰਾਵਾਂ ਦਾ ਇੱਥੇ ਰੱਖ ਆਓ ਸਾਹਮਣੇ ਪਰ ਸਾਹਮਣੇ ਫੀਲਡਰ ਮੌਜੂਦ ਹੈ ਰਾਜਿਆ ਉਹ ਪਲੱਥਾ ਆਇਆ ਇਹ ਟਾਂਡੀ ਵਾਲਿਆਂ ਨੇ ਕਿਸੇ ਗੱਲ ਨੂੰ ਲਿਆਂਦਾ ਤੈਨੂੰ ਅੱਜ ਆਓ ਤੈਨੂੰ ਕਿਸੇ ਗੱਲ ਨੂੰ ਲਿਆਂਦਾ ਹੈ ਸਾਹਮਣੇ ਮੁੰਡਾ ਉਧਰ ਇਹਨਾਂ ਕਹਿੰਦੇ ਪ੍ਰੇਰਿਤ ਤਾਂ ਤਿਆਰ ਬਰ ਤਿਆਰ ਹੈ ਆ ਆਓ ਕਿਆ ਬਾਤ ਹੈ ਕਿ ਸਾਨੂੰ ਸੇਧ ਨਾ ਪ੍ਰੀਤਾ ਉਹ ਫਿੱਟ ਰੱਖੀਏ ਤਵੀਤਾ ਉਹ ਗੇਮਾਂ ਸਾਰੀਆਂ ਦੇ ਜਾਣਦੇ ਆ ਰਾ ਕਿ ਅੱਜ ਕੱਲ ਮਿੱਤਰਾਂ ਨੇ ਕਦੇ ਕੀਤੀ ਨਾ ਕਿਸੇ ਦੀ ਪਰਵਾਹ ਕਿ ਅੱਜ ਕੱਲ ਮਿੱਤਰਾਂ ਨੇ ਕਦੇ ਕੀਤੀ ਨਾ ਕਿਸੇ ਦੀ ਪਰਵਾਹ ਉਹ ਮੁੰਡਾ ਕਹਿੰਦੇ ਟਿਕਾਣੇ ਗੱਲਾਂ ਲਾ ਰਿਹਾ ਹੈ ਇਹਨਾਂ ਕਹਿੰਦੇ ਮੁੰਡਾ ਉਹ ਪ੍ਰੇਰਿਤ ਦਿੱਤਾ ਉਹ ਸਿਰਾ ਲਾ ਰਿਹਾ ਮੇਰੇ ਮਿੱਤਰੋ ਚੋਟੀ ਦੇ ਸਟਾਰ ਪਿੜਦੇ ਪਏ ਨੇ ਰਾਜਾ ਕਹਿੰਦੇ ਪਲੱਥਾਲਾ ਫੇਰ ਤਿਆਰ ਬਰ ਤਿਆਰ ਹੈ ਬੜਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਏ ਇੱਕ ਬੰਨੇ ਮਹਿਮਦਪੁਰ
ਤੇ ਨਾਲ ਕਹਿੰਦੇ ਟਾਂਡੀ ਖੇਡਦੀ ਪਈ ਹੈ, ਬੋਲਾਂ ਕਹਿੰਦੇ ਟਾਂਡੀ ਵਾਲਾ ਪਾ ਰਿਹਾ ਹੈ, ਇਹਨਾਂ ਕਹਿੰਦੇ ਮੁੰਡਾ ਭਲੱਖਾ ਵਾਲਾ ਬੋਲਾ ਪਾ ਰਿਹਾ ਹੈ। ਇੱਥੇ ਰੱਖ ਆਓ ਛੇ ਪਲੱਥਾ ਵਾਲਿਆ, ਦੋ ਹੋ ਗਏ ਆ, ਇੱਕ ਹੋਰ ਰਹਿ ਗਿਆ, 1100 ਸੌਣ ਵੱਡੇ ਭਾਜੀ ਕਰ ਲੋ ਹੁਣ ਬਾਪੂ ਗਾਂਧੀ ਵਾਲੇ ਨੋਟ ਇਕੱਠੇ। ਲਓ ਗੁਰੂ ਭੱਟੀ ਨੇ ਬੱਲੇ ਬੱਲੇ ਖੜਾਤੀ ਹੈ, ਆ ਪੀਲੇ ਹੈਲਮਟ ਵਾਲਾ ਗੁਰੂ ਭੱਟੀ ਖੇਡ ਰਿਹਾ ਹੈ, ਆ ਗੱਲਾਂ ਟਿਕਾਣੇ ਹੈ। ਪਲੱਥਾ ਵਾਲਿਆ ਤੂੰ ਵੀ ਪਹਿਲਾਂ ਬੜੀ ਲੰਬ ਕੱਢੀ ਹੈ, ਪਰ ਲੰਬ ਹੁਣ ਉਹਨਾਂ ਨੇ ਵੀ ਕੱਢਣੀ ਹੈ, ਹੁਣ ਉਹ ਵੀ ਖੇਡਣ ਆਏ ਹੈ, ਪਹਿਲਾਂ ਤੂੰ ਵੀ ਧੋਤੇ ਹੈ ਹੁਣ ਉਹਨੇ ਵੀ ਧੋਣੀ ਹੈ। ਸਵਾਦ ਹੈ ਨਾ, ਕਹਿੰਦੇ ਮੁੰਡਾ ਬੱਲੇ ਬੱਲੇ ਘਰਾ ਗਿਆ ਹੈ, ਇਹਨਾਂ ਕਹਿੰਦੇ ਸਿਰਾ ਲਾ ਗਿਆ ਮੇਰੇ ਮਿੱਤਰੋ, ਆਹ ਕਹਿੰਦੇ ਇਹਨੇ ਪਾਸਾ ਨੋਟ ਕਰੀ, 1100 ਲੱਗਾ ਸੀ ਵੀ 3 ਹੋ ਗਏ ਜਾਂ ਨਹੀਂ, 3 ਹੋ ਗਏ ਪਾਰੀ 1100 ਪੁੱਜਦਾ ਕਰ ਦਿਓ। ਹਾਂਜੀ ਸਕੋਰ ਦੱਸੀ ਜੀ ਆਪਾਂ, ਧੰਨਵਾਦ। 7 ਓਵਰ ਤੇ 97 ਸਕੋਰ ਹੋ ਗਿਆ ਜੀ, ਨੋਟ ਕਰ ਲਈ ਆਪਾਂ। ਅੰਪਾਇਰ ਸਾਹਿਬ ਹੁਣਾਂ ਦਾ ਸਤਿ ਦਿਲੋਂ ਧੰਨਵਾਦ ਕਰਦੇ ਆ। ਆਓ ਜਾਂਦਾ ਹੈਰੀ USA ਵਾਲਾ, ਆਓ ਜਾਂਦਾ ਹੈਰੀ USA ਵਾਲਾ, ਇਹਨਾਂ ਕਹਿੰਦੇ ਵੱਡੀਆਂ ਰੌਣਕਾਂ ਲਾਈਆਂ ਹੋਈਆਂ ਨੇ ਸਾਹਮਣੇ, ਕਹਿੰਦੇ ਬਾਲਾਂ ਪਾਉਣ ਦੇ ਲਈ। ਆਓ ਟਾਂਡੀ ਵਾਲਾ ਤਿਆਰ ਬਰ ਤਿਆਰ ਹੈ, ਜੋਨੀ ਫਰਾਂਸ ਲੋ ਵੱਡੇ ਤੌਰ ਤੇ ਪੱਧਰ ਤੇ ਇਹਨਾਂ ਕਹਿੰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ, ਪਲੇਅਰਾਂ ਦਾ ਮਾਣ ਕਰਦੇ ਆ। ਬੋਲਰ ਨੇ ਜ਼ਰੂਰ ਦੱਸ ਦਈਏ ਜੀ, ਉਧਰ ਗੌਰਵ ਦੱਤੇ ਦੇ ਜੀ ਆ, ਉਧਰ ਭਾਜੀ ਹੁਣਾਂ ਨੇ ਪੈਸੇ ਪੁੱਜਦੇ ਕਰਦੇ ਜੀ, ਆਪਣੇ ਪਲੇਅਰਾਂ ਨੂੰ ਬੇਨਤੀ ਆਪਣੇ ਪੈਸੇ ਭਾਜੀ ਲਾਇਓ। ਆ ਗੌਰਵ ਦੱਤੇ ਦਾ 1100 ਆ ਸਾਡੇ ਕੋਲ ਪੁੱਜ ਗਿਆ ਜੀ, ਉਹ ਆਪਣੇ ਪੈਸੇ ਫੜ ਲਓ ਜਿਹੜੇ ਭਰਾਵਾਂ ਦੀ ਡਿਊਟੀ ਹੈ। ਉਧਰ ਗੁਰਮੀਤ ਭਲਵਾਨ ਵੀ ਆਇਆ, ਤੈ ਦਿਲੋਂ ਧੰਨਵਾਦ। ਲਓ ਚੋਟੀ ਦੇ ਸਟਾਰ ਖੇਡਦੇ ਪਏ, ਗੱਲਾਂ ਬਾਤਾਂ ਟਿਕਾਣੇ ਲੱਗੀਆਂ ਹੋਈਆਂ ਨੇ। ਹਾਂਜੀ ਭੱਟੀ ਤੇ ਲੱਗੇ ਸੀ, ਹਾਂਜੀ ਲੈ ਜਾਓ ਭਾਜੀ ਪੈਸੇ, ਪਲੇਅਰਾਂ ਦੇ ਪੈਸੇ ਆ, ਮਿਹਨਤ ਦੇ ਆ। ਉਧਰ ਜੋਨੀ ਫਰਾਂਸ ਸਾਡਾ ਵੀਰ ਵੱਡੇ ਮਾਣ ਕਰਕੇ ਗਿਆ ਪਲੇਅਰਾਂ ਦੇ ਲਈ, ਤਹਿ ਦਿਲੋਂ ਧੰਨਵਾਦ ਫਰਾਂਸ ਵਾਲਾ। ਸੋ ਤਹਿ ਦਿਲੋਂ ਆ ਜੋੜੀ ਦੇ ਬਾਲਾ ਕੁਛ ਨਿਰਭਰ ਕਰਦਾ ਹੈ, ਜੋਨੀ ਫਰਾਂਸ ਜੀ ਬਾਲਾ ਜੋੜੀ ਦੇ ਬਾਲਾ ਕੁਛ ਨਿਰਭਰ ਕਰਦਾ ਹੈ। ਇਹਨਾਂ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਆਣੀਆਂ ਨੇ, ਜਿਹੜੀ ਇਹਨਾਂ ਦੇ ਜਿੱਤਣੀ ਆ ਉਹਨਾਂ ਨੇ 21,000 ਤੇ ਕਬਜ਼ਾ ਕਰਨਾ ਹੈ, ਤੇ ਜਿਹੜੀ ਉਹਨਾਂ ਦੇ ਜਿੱਤਣੀ ਆ ਉਹਨੇ 31,000 ਤੇ ਕਬਜ਼ਾ ਕਰਨਾ ਹੈ, ਉਹਨੇ 31,000 ਤੇ। ਉਧਰ ਜੋਨੀ ਫਰਾਂਸ ਲੋ ਫੇਰ ਕਹਿੰਦੇ 1,000 ਲੱਗ ਗਿਆ ਦੋ ਛੱਕਿਆਂ ਦਾ, ਦੋਨਾਂ ਨੇ ਜਿਹੜਾ ਮਰਜ਼ੀ ਮਾਰ ਦੇਵੇ। ਬਾਈ ਕਹਿੰਦਾ ਗਾਂਧੀ ਵਾਲੇ, ਗਾਂਧੀ ਵਾਲੇ ਅੱਜ ਜੋਨੀ ਭਰਾ ਖੁਸ਼ ਹੋਈ ਫਿਰਦਾ ਵੀ ਕਹਿੰਦਾ ਦੇਣੇ ਆ। ਇੱਥੇ 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 ਆਓ ਸਵਾਦ ਹੈ, ਆਓ ਚਾਰ ਆ ਗਏ ਹੈ,
ਐਵੇਂ ਕਹਿੰਦਾ ਮੁੰਡਾ ਬੱਲੇ ਬੱਲੇ ਕਰਾਈ ਜਾਂਦਾ ਹੈ, ਆ ਮੁੰਡਾ ਪ੍ਰੇਰਿਤ ਦਿੱਤਾ ਸਿਰਾ ਲਾਈ ਜਾਂਦਾ ਹੈ। ਉਧਰ ਕਾਕਾ ਰਾਮਗੜੀਆ ਸਾਡਾ ਯਾਰਾਂ ਦਾ ਯਾਰ, ਉਧਰ ਸੁੱਖਾ ਰਾਮਗੜੀਆ ਸਾਡਾ ਯਾਰਾਂ ਦਾ ਯਾਰ, ਉਧਰ ਸੁੱਖੇ ਰਾਮਗੜੀਆ ਦਾ ਵੀ ਕਹਿੰਦੇ ਅੱਜ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ। ਚੋਟੀ ਦਾ ਸਟਾਰ ਪਲੇਅਰ ਹੈ ਇਸੇ ਨਗਰ ਦਾ ਹੈ, ਪੈਰੀ ਯੂਐਸਏ ਬੋਲਟ ਯੂਐਸਏ ਤੇ ਰੂਬੀ ਪੁਰਤਗਾਲ ਭਰਾਵਾਂ ਵਾਲੋਂ ਅੱਜ ਕਹਿੰਦੇ ਸੁੱਖੇ ਨਾਰ ਦਾ ਵੀ ਕਹਿੰਦੇ ਵੱਡੇ ਪੱਧਰ ਤੇ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ। ਲਓ ਬਾਲਾ ਪਾਉਣ ਦੇ ਲਈ ਆਹ ਟਾਂਡੀ ਵਾਲਾ ਤਿਆਰ ਬਰ ਤਿਆਰ ਹੈ, ਪਰ ਸਾਹਮਣੇ ਕਹਿੰਦੇ ਪੱਟੀ ਜਿਮ ਲਾਈ ਦਾ ਚੱਕਰ ਘਮਾਉਣ ਨੂੰ, ਪੱਟੀ ਫੇਰ ਤਿਆਰ ਖੁੱਤੀ ਪਾਉਣ ਨੂੰ, ਆ ਪੱਟੀ ਫੇਰ ਤਿਆਰ ਖੁੱਤੀ ਪਾਉਣ ਨੂੰ। ਇੱਕ ਹੋ ਗਿਆ, ਇੱਕ ਹੋ ਗਿਆ, ਇੱਕ ਬਾਕੀ ਹੈ, ਇੱਕ ਬਾਕੀ ਹੈ। ਉਧਰ ਇੱਕ ਬਾਪੂ ਗਾਂਧੀ ਵਾਲਾ ਹੋ ਗਿਆ, ਜੇ ਇੱਕ ਹੋਰ ਲੱਗ ਗਿਆ ਤੇ ਉਹ ਵੀ ਆ ਜਾਣਾ ਹੈ। 8 ਓਵਰ ਤੇ 116 ਹੋ ਗਏ ਹੈ, ਕਿੰਨੀਆਂ ਚ ਕਿੰਨੇ ਰਹਿ ਗਏ ਆ ਇਹ ਵੀ ਦੱਸ ਦਈਏ ਆਪਾਂ। ਹੈ ਉਧਰ ਗੁਰਮੀਤ ਭਲਵਾਨ ਹੀ ਪੁੱਜਿਆ, ਤੈ ਦਿਲੋਂ ਧੰਨਵਾਦ। ਇਹਨਾਂ ਕਹਿੰਦੇ ਗੌਰਵ ਭੱਟੀ ਬੱਲੇ ਬੱਲੇ ਕਰਾਈ ਜਾਂਦਾ ਹੈ ਤੇ ਨਾਲ ਕਹਿੰਦੇ ਪ੍ਰੇਰੀ ਦਿੱਤਾ ਲੱਗਾ ਹੋਇਆ ਹੈ, ਲਾਓ ਸਟ੍ਰਾਈਕ ਦੇ ਕਹਿੰਦੇ ਪ੍ਰੇਰੀ ਦਿੱਤਾ। ਆਓ ਤਿਆਰ ਬਰ ਤਿਆਰ ਹੈ ਮੇਰੇ ਪੰਜਾਬੀ ਵੀਰੋ, ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ। ਲਓ ਬਾਕੀ 14 ਰਹਿ ਗਏ ਹੈ ਜਿੱਤਣ ਦੇ ਲਈ, 14 ਰਹਿ ਗਏ ਹੈ। ਪਰ ਭਲਾਥਾ ਵਾਲਿਆ ਹੁਣ ਤੇ ਸੋਧਾ ਹੀ ਕਹਿ ਦੇ ਗੱਲ, ਪਾਣੀ ਸਿਰੋਂ ਲੰਘ ਗਿਆ। ਵਾਕੇ ਵਾਕੇ ਟਾਂਡੀ ਆਇਓ, ਹੁਣ ਤਾਂ ਪਾਣੀ ਸਿਰੋਂ ਲੰਘ ਗਿਆ ਹੈ। ਦੂਜਾ 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 ਦੂਜਾ, ਪਰ ਨਹੀਂ ਪਿੱਛੇ ਰਹਿ ਗਈ ਹੈ, ਥੋੜੀ ਹੋਰ ਹਿੱਟ ਲਾਉਣੀ ਪੈਣੀ ਹੈ। ਐਵੇਂ ਕਹਿੰਦੇ ਪੱਟੀ ਸਿਆ ਪ੍ਰੇਰਿਤ ਦਿੱਤਾ, ਥੋੜੀਆਂ ਹਿੱਟਾਂ ਜ਼ਬਰਦਸਤ ਲਾਉਣੀਆਂ ਪੈਣੀਆਂ। ਜੋਨੀ ਫਰਾਂਸ ਵੱਡੇ ਮਾਣ ਕਰਦਾ ਪਲੇਅਰਾਂ ਦੇ, ਐਵੇਂ ਕਹਿੰਦੇ ਵੱਡੇ ਪੱਧਰ ਦੇ ਭਰਾ ਹੈ ਸਾਡਾ ਪੁੱਜਿਆ ਹੋਇਆ ਹੈ ਜੋਨੀ ਫਰਾਂਸ। ਲਓ ਸਾਹਮਣੇ ਟੀਟਾ, ਬੜੀ ਤਕੜੀ ਬਾਲ ਤੇ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਨੇ। ਉਧਰ ਕਹਿੰਦੇ ਮੇਲਾ ਕਹਿੰਦੇ ਭਰ ਜੋ ਬਣਦੇ ਐ, ਮੇਲਾ ਬਣਸਿਆ ਭਰ ਜੋ ਬਣਦੇ ਐ, ਭਲੱਥਾਂ ਵਾਲਾ ਐ ਨਾ ਗੱਲ ਟਿਕਾਣੇ ਲਈ ਜਾਂਦਾ। ਸਰਦਾਰ ਜਗਤ ਸਿੰਘ ਜੀ, ਮਾਤਾ ਅਮਰ ਕੌਰ ਜੀ, ਇਹਨਾਂ ਦੀ ਮੇਰੇ ਵੀਰੇ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ। ਲਾਓ ਬਾਲ ਕਹਿੰਦੇ ਰਵੀ ਦੇ ਹੱਥਾਂ ਤੇ ਚੱਲ ਗਈ ਹੈ, ਪਰ ਉਧਰ ਮਹਿਮਦਪੁਰ ਕਹਿੰਦੇ ਜਿੱਤ ਵੱਲ ਨੂੰ ਜਾ ਰਹੀ ਹੈ। ਮਹਿਮਦਪੁਰ ਜਿੱਤ ਵੱਲ ਨੂੰ ਜਾ ਰਹੀ ਹੈ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਰਮਾਂ ਦਾ ਪਿੱਛੋਂ ਵਾਰ ਖੰਡੇ ਨਾਲ, ਕਿ ਚਾਰ ਹੀ ਤਰੀਕਿਆਂ ਨਾਲ। ਲਓ ਸਾਹਮਣੇ ਉਧਰ
ਗੁਰੂ ਕਾ ਲੰਗਰ ਵੀ ਆ ਗਿਆ ਜੀ। ਸੋ ਸੰਗਤਾਂ ਨੂੰ ਬੇਨਤੀ ਹੈ ਲੰਗਰ ਜ਼ਰੂਰ ਛਕਣਾ ਹੈ। ਖਿਡਾਰੀ ਵੀਰਾਂ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਜੀ ਲੰਗਰ ਵੀ ਗੁਰੂ ਕਾ ਖੇਡ ਗਰਾਊਂਡ ਦੇ ਵਿੱਚ ਆ ਗਿਆ ਹੈ, ਜ਼ਰੂਰ ਛਕਣਾ ਜੀ। ਹਾਂਜੀ ਓਵਰ ਠੀਕ ਹੈ ਜੀ, ਠੀਕ ਹੈ। ਲਓ ਸਾਹਮਣੇ ਕਹਿੰਦੇ ਭੱਟੀ ਫੇਰ ਤਿਆਰ ਬਰ ਤਿਆਰ ਹੈ, ਇੱਥੇ ਰੱਖ ਵਾਲਾ ਕੈਚ ਸ਼ੂਟਾ ਦੁਰਘਟਨਾ ਘਟੀ, ਕੈਚ ਸ਼ੂਟਾ ਤੋਂ ਦਿਲ ਟੁੱਟਾ। ਆਓ ਕੈਚ ਸ਼ੂਟਾ ਤੇ ਦਿਲ ਟੁੱਟਾ ਸਰਦਾਰ ਨਿਰਮਲ ਸਿੰਘ ਜੀ। ਹਾਂਜੀ ਸਰਦਾਰ ਨਿਰਮਲ ਸਿੰਘ ਜੀ ਐਨ ਖੁਸ਼ ਹੈ ਕਿਉਂਕਿ ਹੋਣਾ ਵੀ ਚਾਹੀਦਾ ਲੰਗਰ ਗੁਰੂ ਕਾ ਅਤੁੱਟ ਮੇਰੇ ਵੀਰੋ ਵਰਤਿਆ ਜਾ ਰਿਹਾ ਹੈ। ਜੇਕਰ ਕਿਸੇ ਵੀਰ ਨੇ ਖਿਡਾਰੀ ਨੇ ਛਕਣਾ ਹੋਵੇ ਉਹ ਜ਼ਰੂਰ ਬੜੇ ਪਿਆਰ ਸਤਿਕਾਰ ਦੇ ਨਾਲ ਛਕ ਸਕਦੇ ਆ, ਬਹੁਤ ਸਤਿਕਾਰ ਦੇ ਨਾਲ ਛਕ ਸਕਦੇ ਆ ਜੀ। ਹਾਂਜੀ 9 ਓਵਰ ਤੇ 121 9 ਸਕੋਰ ਬਾਕੀ ਆ ਜੀ। ਉਧਰ ਮਹਿਮਦਪੁਰੀਏ ਕਹਿੰਦੇ ਬੱਲੇ ਬੱਲੇ ਕਰਾ ਗਏ ਆ, ਤੇ ਡਾਂਗ ਕਹਿੰਦੇ ਫਾਈਨਲ ਦੇ ਵਿੱਚ ਰਾਮਗੜ੍ਹ ਨਾ ਖੜਕਣੀ ਆ, ਵਾਕਿਆ ਵੀ ਵਾਕਿਆ ਰਾਮਗੜ੍ਹ ਨਾ ਖੜਕਣੀ ਆ, ਗਵਾਂਢੀ ਨਾ ਗਵਾਂਢੀ ਭਿੜਨਾ, ਗਵਾਂਢੀ ਨਾ ਗਵਾਂਢੀ ਭਿੜਨਾ ਹੈ। ਗੋਪੀ ਰੰਧਾਵਾ ਸਾਡਾ ਯਾਰਾਂ ਦਾ ਯਾਰ ਐਨਾ ਕਹਿੰਦੇ ਉਹਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ। ਲਓ ਬਾਕੀ ਮੋੜ ਕੇ ਜੇਬ ਵਿੱਚ ਪਾਲਾ ਕੇ ਤੇਰਾ ਇੱਕੋ ਹੀ ਲੱਖ ਵਰਗਾ, ਬਾਕੀ ਮੋੜ ਕੇ ਜੇਬ ਵਿੱਚ ਪਾਲਾ। ਆਹ ਮੁੰਡੇ ਬੱਲੇ ਬੱਲੇ ਕਰਾ ਕੇ ਆਏ, ਲੈ ਵੀ ਜੋਨੀ ਫਰਾਂਸ ਲਿਆ ਹੁਣ 1000 ਮੁੰਡੇ ਨੇ ਲਾ ਦਿੱਤੇ ਆ, ਗੌਰਵ ਦਿੱਤੇ ਨੇ 2 ਛੱਕੇ ਲਾ ਦਿੱਤੇ ਆ, ਜੋਨੀ ਭਰਾ 1000 ਲਿਆ ਹੁਣ ਤੇਰੇ ਜਿਹਾ ਪੁੱਤਵਾ ਵੀ ਕਦੇ ਕਦੇ ਜੰਮਦੀ, ਆਹ ਗੱਲਾਂ ਨਾ ਕਰਾਈਆਂ ਤੇ ਜਵਾਨੀ ਕਿਹੜੇ ਕੰਮ ਦੀ, ਆਹ ਗੱਲਾਂ ਨਾ ਕਰਾਈਆਂ ਤੇ ਜਵਾਨੀ ਕਿਹੜੇ ਕੰਮ ਦੀ। ਆ ਮਹਿਮਦਪੁਰੀਏ ਤਾੜੀ ਮਾਰ ਦਿਓ, ਮਹਿਮਦਪੁਰੀਏ ਫਾਈਨਲ ਚ ਆ ਗਿਆ ਪੰਜਾਬ ਪੁਲਿਸ ਵਾਲਿਆ, ਪਿੰਡ ਫਾਈਨਲ ਚ ਆ ਗਿਆ ਹੈ ਮਹਿਮਦਪੁਰ ਤੇ ਨਾਲ ਕਹਿੰਦੇ ਰਾਮਗੜ੍ਹ 21000 ਤੇ 31000 ਦੀ ਟੱਕਰ ਖੇਡੀ ਜਾਣੀ ਹੈ। ਡਿੰਪਲ ਬਾਈ ਮੁਬਾਰਕਾਂ ਹੈ, ਆਹ ਟੀਮ ਕਹਿੰਦੇ ਫਾਈਨਲ ਦੇ ਵਿੱਚ ਪੁੱਜ ਗਈ ਹੈ। ਭੱਟੀ ਨੇ ਵੀ ਕਹਿੰਦੇ ਜ਼ਬਰਦਸਤ ਐਨਾ ਕਹਿੰਦੇ ਬੱਲੇ ਬੱਲੇ ਕਰਾਈ ਹੈ। ਉੱਧਰ ਜੱਗਾ ਸਾਡਾ ਯਾਰਾਂ ਦਾ ਯਾਰ ਅਮਨ ਸਿੰਘ, ਇੱਧਰ ਦੇਖ ਜੱਗਾ ਟਾਂਡੀ ਵਾਲਾ, ਜੱਗਾ ਭਰਾ ਸਾਡਾ ਆ ਟਾਂਡੀ ਵਾਲਾ ਜੀਵਨ ਭਰਾ ਦੇ ਨਾਲ ਐਨਾ ਪੱਕੇ ਕੱਲ ਗੱਡੇ ਵਰਗੀ ਮੇਰੇ ਵੀਰੇ ਯਾਰੀ ਹੈ ਕਿ ਹੁਣ ਯਾਰੀ ਸਾਡੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਆਂਦੇ ਪਰਖੇ। ਅੱਜ ਯਾਰਾਂ ਦਾ ਭਰਾਵਾਂ ਦਾ ਮੇਲਾ ਖੇਡਿਆ ਜਾ ਰਿਹਾ, ਜੀਵਨ ਭਰਾ ਦਾ ਐਨਾ ਇਹਨਾਂ ਭਰਾਵਾਂ ਦੇ ਨਾਲ ਬਹੁਤ ਬਹੁਤ ਸਤਿਕਾਰ ਹੈ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗੁਰੂ ਕਾ ਲੰਗਰ ਜਿਸ ਭਰਾ ਨੇ ਵੀ ਛਕਣਾ ਹੈ ਜ਼ਰੂਰ ਛਕ ਸਕਦਾ ਹੈ, ਲਾਈਵ ਵਾਲੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਸਾਰਿਆਂ ਭਰਾਵਾਂ ਦਾ, ਸਾਰੀ ਪ੍ਰਬੰਧਕੀ ਕਮੇਟੀ ਦਾ, ਸਰਦਾਰ ਬਲਵਿੰਦਰ ਸਿੰਘ ਜੀ ਪੰਡੋਰੀ ਕੈਨੇਡਾ ਬਹੁਤ ਬਹੁਤ ਧੰਨਵਾਦ ਹੈ, ਇਹਨਾਂ ਸਾਰੇ ਐਨ ਆਰ ਆਈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਸਤਿਕਾਰ ਹੈ। ਜੀਵਨ ਸਿੰਘ ਚੱਕ ਮਾਈਕ ਤੇ ਕਰ ਸਿਫਤ ਵਾਕਿਆ ਵਾਕਿਆ। ਉੱਧਰ ਪੋਪੀ ਰੰਧਾਵਾ ਸਾਡਾ ਯਾਰਾਂ ਦਾ ਯਾਰ
ਐਵੇਂ ਕਹਿੰਦੇ ਕਿ ਕਦੇ ਸੋਚਿਆ ਨਹੀਂ ਕਿੱਦਾਂ ਉੱਤੇ ਚੱਕੇ ਪਾਤਸ਼ਾਹ ਖੁਸ਼ ਰਹਿੰਦੇ ਆ ਵੀ ਜਿੱਥੇ ਸਾਨੂੰ ਰੱਖੇ ਪਾਤਸ਼ਾਹ ਇਸੇ ਕਰਕੇ ਨਹੀਂ ਕਦੇ ਕਦੇ ਝੂਠ ਬੋਲਿਆ ਤਾਂ ਹੀ ਉੱਤੇ ਬੈਠਾ ਦੇਖਦਾ ਇਹ ਸੱਚੇ ਪਾਤਸ਼ਾਹ ਤਹਿ ਦਿਲੋਂ ਧੰਨਵਾਦ ਕਰਦੇ ਆ ਉੱਧਰ ਰਾਜਾ ਸੱਭਰਵਾਲ ਸਾਹਿਬ ਸਾਡਾ ਯਾਰਾਂ ਦਾ ਯਾਰ ਐਵੇਂ ਕਹਿੰਦੇ ਡਾਕਟਰ ਸੋਨੂ ਦੇ ਨਾਲ ਵੱਡਾ ਪਿਆਰ ਹੈ ਚੋਟੀ ਦਾ ਸਟਾਰ ਹੈ ਭਲੱਥਾ ਵਾਲਾ ਹੈ ਆਹ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਨੇ ਫਾਈਨਲ ਮੈਚ ਇਹ ਵੀ ਕਹਿੰਦੇ ਥੋੜਾ ਟਾਈਮ ਬਾਅਦ ਖੇਡਿਆ ਜਾਣਾ ਥੋੜੀ ਰੈਸਟ ਪਲੇਅਰਾਂ ਨੂੰ ਮਿਲੇਗੀ ਉਸ ਤੋਂ ਬਾਅਦ ਕਹਿੰਦੇ ਚੋਟੀ ਦਾ ਖੰਡਾ ਖੜਕਣ ਜਾ ਰਿਹਾ ਹੈ ਗੁਰਮੀਤ ਭਲਵਾਨ ਵੀ ਪੁੱਜਿਆ ਹੋਇਆ ਸਾਡਾ ਯਾਰਾਂ ਦਾ ਯਾਰ ਉੱਧਰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਚੋਟੀ ਦੇ ਸਟਾਰ ਗੁਰਮੀਤ ਭਲਵਾਨ ਬਹੁਤ ਸਤਿਕਾਰ ਕਰਦਾ ਬਹੁਤ ਬਹੁਤ ਧੰਨਵਾਦ ਹੈ ਮਾਂ ਖੇਡ ਕਬੱਡੀ ਦੀ ਸਾਡਾ ਭਰਾ ਸੇਵਾ ਕਰਦਾ ਡੋਗਰਾ ਵਾਲੇ ਪਿੰਡ ਤੋਂ ਪੁੱਜਿਆ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰ ਇੱਕ ਬੇਨਤੀ ਆ ਵੀ ਆਪਾਂ ਰੈਂਕ ਟਿਊਨ ਜ਼ਰੂਰ ਲਾਇਆ ਕਰੀਏ ਵੀਵੋ ਆਈ ਪੀ ਐਲ ਵਾਲੀ ਉਹਦੇ ਨਾਲ ਸਵਾਦ ਜਿਹਾ ਆ ਜਾਂਦਾ ਉਹਦੇ ਨਾਲ ਪਤਾ ਲੱਗ ਜਾਂਦਾ ਵੀ ਕ੍ਰਿਕਟ ਹੋ ਰਿਹਾ ਸੁੱਖੇ ਰਾਮ ਗੜੀਏ ਦਾ ਅੱਜ ਕਹਿੰਦੇ ਵਿਸ਼ੇਸ਼ ਤੌਰ ਤੇ ਪੱਧਰ ਤੇ ਸਨਮਾਨ ਕੀਤਾ ਜਾਣਾ ਹੈ ਉਧਰ ਗੋਰਾ ਯੂਐਸਏ ਛੋਟਾ ਬੋਬੀ ਯੂਐਸਏ ਆਸ਼ੂ ਇਟਲੀ ਤੇ ਵੱਡਾ ਬੋਬੀ ਯੂਐਸਏ ਇਹਨਾਂ ਭਰਾਵਾਂ ਨੂੰ ਕਹਿੰਦੇ ਸੁੱਖੇ ਰਾਮ ਗੜੀਏ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਉਧਰ ਪੈਰੀ ਯੂਐਸਏ ਤੇ ਬੋਲਟ ਯੂਐਸਏ ਰੂਬੀ ਯੂਐਸ ਪੁਰਤਗਾਲ ਇਹਨਾਂ ਭਰਾਵਾਂ ਨੂੰ ਕਹਿੰਦੇ ਅੱਜ ਕਹਿੰਦੇ ਸੁੱਖੇ ਦਾ ਮਾਨ ਸਨਮਾਨ ਕੀਤਾ ਜਾਣਾ ਮੇਰੇ ਪੰਜਾਬੀ ਵੀਰੋ ਤਹਿ ਦਿਲੋਂ ਧੰਨਵਾਦ ਵੱਡੇ ਮਾਨ ਸਨਮਾਨ ਜਿਹੜੇ ਕੀਤੇ ਜਾਣੇ ਨੇ ਬਹੁਤ ਬਹੁਤ ਧੰਨਵਾਦ ਹੈ ਫਾਈਨਲ ਜਿਹੜਾ ਖੇਡਿਆ ਜਾਵੇਗਾ 21 ਤੇ 31 ਹਜ਼ਾਰ ਦੀ ਮੇਰੇ ਵੀਰੋ ਗੱਲ ਹੋਣੀ ਹੈ ਆਹ ਗੱਲ ਕਹਿੰਦੇ ਵੱਡੀ ਚਰਚੀ ਹੋਣੀ ਹੈ ਉਧਰ ਕਰਨਦੀਪ ਸਿੰਘ ਪੁਰਤਗਾਲ ਸਾਡੇ ਭਰਾ ਨੇ ਆਹ ਵੱਡੇ ਪੱਧਰ ਤੇ ਵਿਸ਼ੇਸ਼ ਸਨਮਾਨ ਆਹ ਵੱਡੇ ਪੱਧਰ ਤੇ ਵੱਡਾ ਯੋਗਦਾਨ ਜੋਗਾ ਯੂਐਸਏ ਰਾਮਗੜ੍ਹ ਵਾਲਾ ਸਾਡਾ ਯਾਰਾਂ ਦਾ ਯਾਰ ਜਿਹਦੀ ਯਾਰੀ ਕਹਿੰਦੇ ਹੈਰੀ ਮੁਲਤਾਨੀ ਯੂਐਸਏ ਦੇ ਨਾਲ ਹੈ ਜਿਹਦੀ ਯਾਰੀ ਕਹਿੰਦੇ ਇਹਨਾਂ ਕਹਿੰਦੇ ਹੈਰੀ ਮੁਲਤਾਨੀ ਯੂਐਸਏ ਦੇ ਨਾਲ ਹੈ ਮੰਨਾ ਸਰਾਈ ਯੂਐਸਏ ਜੱਸਾ ਯੂਐਸਏ ਤੇ ਬਬਲਾ ਸਾਡਾ ਯਾਰਾਂ ਦਾ ਯਾਰ ਰਿੰਕੂ ਪੁਰਤਗਾਲ ਤੇ ਕਹਿੰਦੇ ਸਰਦਾਰ ਪਿਛੋਰਾ ਯੂਕੇ ਇਹਨਾਂ ਕਹਿੰਦੇ ਇਹਨਾਂ ਭਰਾਵਾਂ ਦਾ ਵੱਡਾ ਰੋਲ ਹੈ ਵਿੱਕੀ ਪੁਰਤਗਾਲ ਦਿਲਰਾਜ ਸਿੰਘ ਯੂਐਸਏ ਸਰਦਾਰ ਗੁਰਦੀਪ ਸਿੰਘ ਯੂਕੇ ਵਿੱਕੂ ਯੂਕੇ ਡਿੰਪਲ ਕੈਨੇਡਾ ਹੈ ਇਹਨਾਂ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਗਿੱਲ ਯੂਕੇ ਅਨੂਪ ਸਿੰਘ ਪੁਰਤਗਾਲ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਰੇ ਭਰਾਵਾਂ ਦਾ ਮੇਰੇ ਵੀਰੋ ਐਮ ਤੇ ਵੱਡਾ ਯੋਗਦਾਨ ਹੈ ਮੈਂ ਬਹੁਤ ਬਹੁਤ ਸਤਿਕਾਰ ਕਰਦਾ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸਤਿਕਾਰ ਹੈ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਫਾਈਨਲ ਖੇਡਿਆ ਜਾਵੇਗਾ ਉਧਰਲੇ ਪਾਸੇ ਕਰਨਦੀਪ ਸਿੰਘ ਜੀ ਪੁਰਤਗਾਲ ਇਹ ਭਰਾਵਾਂ ਦਾ ਮੇਰੇ ਵੀਰੋ ਅੱਜ ਦੇ ਖੇਡ ਮੇਲੇ ਵਿੱਚ ਵੱਡਾ ਯੋਗਦਾਨ ਹੈ ਮੈਂ ਇਹਨਾਂ ਦਾ ਤਹਿ ਦਿਲ ਤੋਂ ਸਤਿਕਾਰ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਕਰਨਦੀਪ ਸਿੰਘ ਜੀ ਪੁਰਤਗਾਲ ਜੋਗਾ ਯੂਐਸਏ ਰਾਮਗੜੀਆ ਮੰਨਾ ਸਰਾਈ ਯੂਐਸਏ ਜੱਸਾ ਯੂਐਸਏ ਬਰਲਾ ਬੱਬਲਾ ਬੱਬਲ ਪੁਰਤਗਾਲ ਰਿੰਕੂ ਪੁਰਤਗਾਲ ਜੱਸੇ ਭਾਜੀ ਦਾ ਤੇ ਪੁਰਤਗਾਲ ਤੋਂ ਜੱਸਾ ਯੂਐਸਏ
ਤੇ ਰਿੰਕੂ ਪੁਰਤਕਾਲ ਇਹਨਾਂ ਭਰਾਵਾਂ ਦਾ ਮੇਰੇ ਵੀਰਿਓ ਵੱਡਾ ਯੋਗਦਾਨ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰਿੰਕੂ USA ਤੇ ਯੱਗਾ ਪੁਰਤਕਾਲ, ਇਹਨਾਂ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਬਹੁਤ ਬਹੁਤ ਸਤਿਕਾਰ ਕਰਦੇ ਹਾਂ, ਬਹੁਤ ਬਹੁਤ ਵੱਡਾ ਧੰਨਵਾਦ ਹੈ ਸਰਦਾਰ ਨਿਰਮਲ ਸਿੰਘ ਜੀ, ਸਰਦਾਰ ਚੈਨ ਸਿੰਘ ਜੀ ਤੇ ਸਰਦਾਰ ਬਲਦੇਵ ਸਿੰਘ ਜੀ ਪੰਜ ਸਾਹਿਬ, ਇਹਨਾਂ ਕਹਿੰਦੇ ਹੈਰੀ ਦੇ ਫਾਦਰ ਸਾਹਿਬ, ਉਹਨਾਂ ਦਾ ਵੀ ਤਹਿ ਦਿਲ ਧੰਨਵਾਦ ਕਰਦੇ ਹਾਂ। ਦਲਜੀਤ ਸਿੰਘ ਜੀ ਤੇ ਨਾਲ ਸਰਦਾਰ ਮਨਜੀਤ ਸਿੰਘ ਜੀ, ਸਰਦਾਰ ਕਸ਼ਮੀਰ ਸਿੰਘ ਜੀ, ਸਰਦਾਰ ਅਮਰਜੀਤ ਸਿੰਘ ਜੀ ਤੇ ਨਾਲ ਸੁਖਵਾਲ ਸਿੰਘ ਜੀ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹੈ। ਅੱਜ ਕਹਿੰਦੇ ਹੈਰੀ USA ਆਪਣੇ ਦਾਦਾ ਦੇ ਦਾਦੀ ਦੀ ਯਾਦ ਨੂੰ ਇਹਨਾਂ ਕਹਿੰਦੇ ਤਾਜ਼ਾ ਕਰਦੇ ਹੋਏ ਪਿੰਡ ਦੇ ਵਿੱਚ ਕਹਿੰਦੇ ਖੇਡ ਮੇਲਾ ਕਰਵਾਇਆ ਹੈ। ਸਰਦਾਰ ਜਗਤ ਸਿੰਘ ਤੇ ਮਾਤਾ ਅਮਰ ਕੌਰ ਦੀ ਮਿੱਠੀ ਯਾਦ ਦੇ ਵਿੱਚ ਖੇਡ ਮੇਲਾ ਖੇਡਿਆ ਜਾ ਰਿਹਾ ਹੈ। ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੈ। ਉਹ ਮੇਲਾ ਕਹਿੰਦੇ USA ਵਾਲਿਆਂ ਦਾ ਹੈ, ਮੇਲਾ ਕਹਿੰਦੇ UK ਵਾਲਿਆਂ ਦਾ ਹੈ, ਮੇਲਾ ਕਹਿੰਦੇ ਇਟਲੀ ਵਾਲਿਆਂ ਦਾ ਹੈ, ਮੇਲਾ ਕਹਿੰਦੇ ਇਹਨਾਂ ਕਹਿੰਦੇ ਕੈਨੇਡਾ ਵਾਲਿਆਂ ਦਾ ਹੈ। ਮੇਲਾ ਬਾਕਿਆ ਵੀ ਇਟਲੀ ਵਾਲਿਆਂ ਦਾ, USA ਵਾਲਿਆਂ ਦਾ, NRI ਭਰਾਵਾਂ ਦਾ ਖੇਡਿਆ ਜਾ ਰਿਹਾ। ਮਾਇਆ ਵੀ ਭਲੱਥਾ ਵਾਲਿਆ ਐਨਾ ਦਿਲ ਖੋਲ ਕੇ ਰਾਰੇ ਨੇ ਇਹ ਭਰਾਵਾਂ ਨੇ। ਖਿਡਾਰੀਆਂ ਦਾ ਮੇਰੇ ਵੀਰੋ ਮੁੱਲ ਪਾਉਣਾ, ਕਿਸੇ ਦਾ ਕੱਪ ਨਾਲ ਸਨਮਾਨ ਹੋਣਾ, ਕਿਸੇ ਦਾ ਨਗਦ ਰਾਸ਼ੀਆਂ ਦੇ ਨਾਲ, ਇਹ ਅੱਜ ਮੇਰੇ ਵੀਰੋ ਵੱਡੇ ਮਾਣ ਸਤਿਕਾਰ ਵੀ ਕੀਤੇ ਜਾਣੇ ਨੇ। ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਸਾਉਣ ਵਾਲੇ ਵੀਰ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਐ ਸਹਿਮ ਸਾਉਣ ਭਰਾ ਦੀ ਐਨ ਅਮਲੇ ਅੜਦੀ ਟੂੰਬੀ ਵਾਂਗ ਖੜਕ ਰਹੀ ਹੈ ਮੇਰੇ, ਆਓ ਖੜਕ ਰਹੀ ਹੈ। ਉਧਰ ਸਰਦਾਰ ਜਗਤ ਸਿੰਘ ਜੀ ਤੇ ਮਾਤਾ ਅਮਰ ਕੌਰ ਦੀ ਮਿੱਠੀ ਯਾਦ ਦੇ ਵਿੱਚ ਖੇਡ ਮੇਲਾ ਖੇਡਿਆ ਜਾ ਰਿਹਾ ਹੈ। ਉਧਰ ਸਵਰਗਵਾਸੀ ਧਰਮ ਸਿੰਘ ਜੀ ਤੇ ਮਾਤਾ ਸਿਮਰਨ ਕੌਰ ਜੀ, ਉਹਨਾਂ ਦੀ ਯਾਦ ਦੇ ਵਿੱਚ ਅੱਜ ਦੇ ਖੇਡ ਮੇਲਾ ਖੇਡਿਆ ਜਾ ਰਿਹਾ ਹੈ। ਸਵਰਗਵਾਸੀ ਸ਼ਾਮ ਸਿੰਘ ਜੀ ਤੇ ਸਵਰਗਵਾਸੀ ਮਹਿਣ ਸਿੰਘ ਜੀ, ਇਹਨਾਂ ਦੇ ਕਹਿੰਦੇ ਬਜ਼ੁਰਗਾਂ ਦੇ ਮਿੱਠੀ ਯਾਦ ਦੇ ਵਿੱਚ ਅੱਜ ਦਾ ਖੇਡ ਮੇਲਾ ਖੇਡਿਆ ਜਾ ਰਿਹਾ ਹੈ। ਉਧਰ ਹੈਰੀ USA ਸਾਡਾ ਯਾਰਾਂ ਦਾ ਯਾਰ ਤੇ ਉਹਨਾਂ ਦਾ ਬਾਈ ਦਿਲਰਾਜ ਸਿੰਘ USA, ਉਹ ਵੀ ਕਹਿੰਦੇ ਲਾਈਵ ਅੱਜ ਫਾਈਨ ਸਪੋਰਟਸ ਦੇ ਜੁੜਿਆ ਹੋਇਆ ਹੈ। ਉਹ ਕਹਿੰਦੇ ਦਿਲਰਾਜ ਸਿੰਘ USA ਇਹਨਾਂ ਕਹਿੰਦੇ ਫਾਈਨ ਸਪੋਰਟਸ ਦੇ ਲਾਈਵ ਜੁੜਿਆ ਹੋਇਆ ਹੈ। ਅਗਲੀ ਟੱਕਰ ਮਹਿਮਦਪੁਰ ਤੇ ਨਾਲ ਕਹਿੰਦੇ ਰਾਮਗੜ੍ਹ ਦੀ ਹੋਣੀ ਹੈ। ਮਹਿਮਦਪੁਰ ਤੇ ਰਾਮਗੜ੍ਹ ਭਲੱਥਾ ਬੜਾ, ਮੈਨੂੰ ਲੱਗਦਾ ਵੀ ਪਿੰਡ ਵੀ ਆਂਢੀ ਗਵਾਂਢੀ ਆ। ਐ ਨਾ ਫਸਣੀਆਂ ਕੁੰਡੀਆਂ ਕਿ ਕੁੰਡੀਆਂ ਨੇ ਸਿੰਘ ਫਸਣੇ, ਮਿੱਤਰਾ ਬਹਿ ਜਾ ਗੋਡੀ ਲਾ ਕੇ। ਲੈ ਵੀ ਭਲੱਥਾ ਵਾਲਿਆ ਪ੍ਰਸ਼ਾਦਾ ਛਕ ਲਈਏ, ਬਹੁਤ ਬਹੁਤ ਧੰਨਵਾਦ ਹੈ ਗੁਰੂ ਨਾਨਕ ਦਾ। ਮੇਰੇ ਵੀਰੋ ਇਹ 20 ਰੁਪਈਆਂ ਦਾ ਲੰਗਰ ਲਾਇਆ ਹੋਇਆ ਹੈ, ਅੱਜ ਵੀ ਚੱਲ ਰਿਹਾ ਹੈ, ਇਹ ਰਹਿੰਦੀ ਦੁਨੀਆ ਤੱਕ ਚੱਲਣਾ। ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਜੀਵਨ ਸਿਆਂ ਘੱਲਿਆ ਸੀ ਵੀ ਕੋਈ ਸੱਚ ਦਾ ਵਪਾਰ ਕਰਕੇ ਆ, ਪਰ ਰਾਹ ਦੇ ਵਿੱਚ ਤੁਰੇ ਜਾਂਦੇ ਆ ਉਹਨਾਂ ਨੂੰ ਕੋਈ ਭੁੱਖੇ ਸਾਧੂ ਟੱਕਰ ਗਏ, ਉੱਥੇ ਉਹ 20 ਰੁਪਈਆਂ ਦਾ ਉਹਨਾਂ ਨੂੰ ਪ੍ਰਸ਼ਾਦਾ ਛਕਾ ਦਿੱਤਾ। ਤੇ ਜਦੋਂ ਘਰ ਵਾਪਸ ਗਏ ਮਹਿਤਾ ਕਾਲੂ ਜੀ ਨੇ ਪੁੱਛਿਆ ਵੀ ਨਾਨਕਾ ਕੀ ਕਰਕੇ ਆਇਆ, ਕਹਿੰਦਾ ਪਿਤਾ ਜੀ, ਆਖਣ ਲੱਗੇ ਪਿਤਾ ਜੀ ਮੈਂ ਤੇ ਉਹ ਜਿਹੜਾ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਦਿੱਤਾ। ਪਰ ਉਦੋਂ ਮੇਰੇ ਵੀਰਿਓ ਮਹਿਤਾ ਕਾਲੂ ਜੀ ਨੇ ਜਿਹੜਾ ਉਹ ਪਾਤਸ਼ਾਹ ਜੀ ਨੂੰ ਮੇਰੇ ਵੀਰੋ ਤਾਨੇ ਮਾਰੇ, ਪਰ ਬੇਬੇ ਨਾਨਕੀ ਨੇ ਦੱਸਿਆ ਇਹ ਖੁਦ ਅਕਾਲ ਪੁਰਖ ਤੇਰੇ ਘਰ ਚੱਲ ਕੇ ਆਏ ਹੋਏ ਆ, ਇਹਦੀ ਕਦਰ ਕਰ ਲਾ, ਬਾਅਦ ਵਿੱਚ ਨੰਗਿਆ ਸਮਾਂ ਹੱਥ ਨਹੀਂ ਆਉਣਾ। ਮੇਰੇ ਵੀਰਿਓ ਉਹ ਲੰਗਰ ਪਾਤਸ਼ਾਹ ਦਾ, ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ, ਅੱਜ ਵੀ 20 ਰੁਪਈਆਂ ਦਾ ਮੇਰੇ ਵੀਰਿਓ ਪੂਰੀ ਦੁਨੀਆ ਤੇ ਚੱਲ ਰਿਹਾ। ਪੰਜਾਬ ਦੇ ਵਿੱਚ ਕਿਤੇ ਵੀ ਹੋਵੇ
ਕੋਈ ਵੀ ਭੁੱਖਾ ਨਹੀਂ ਸੌਂਦਾ। ਇਹ ਗੁਰੂ ਨਾਨਕ ਦੇ ਮੇਰੇ ਵੀਰਿਓ ਲੰਗਰ 20 ਰੁਪਏ ਦਾ ਚਲਾਇਆ, ਉਧਰ ਬਹੁਤ ਸਤਿਕਾਰ ਕਰਦਾ ਜੀਵਨ ਭਰਾ ਸਾਡਾ, ਬਹੁਤ ਸੋਹਣੇ ਬੋਲ ਬੋਲਦਾ, ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਮਾਨ ਤੇ ਯੋਗ ਸ਼ਖਸੀਅਤਾਂ ਦਾ। ਭਲੱਥਾਂ ਦਾ ਮੇਰੇ ਵੀਰਿਓ ਕਬੱਡੀ ਕੱਪ ਖੇਡਿਆ ਜਾਣਾ, ਭਲੱਥਾਂ ਦਾ ਵੱਡਾ ਮੇਰੇ ਵੀਰੋ ਕਬੱਡੀ ਕੱਪ ਖੇਡਿਆ ਜਾਣਾ, 13 ਤੇ 14 ਅਪ੍ਰੈਲ ਹੋਣੀ ਹੈ। ਵੀ ਬੈਸਟਾਂ ਨੂੰ ਭਲੱਥਾਂ ਵਾਲਾ ਜੀਵਨ ਕਹਿੰਦਾ, ਹਾਰਲੇ ਦਿੱਤੇ ਜਾਣੇ ਹੈ ਤੇ ਸਪੌਂਸਰਾਂ ਨੂੰ ਵੱਡਾ ਧੰਨਵਾਦ ਕੀਤਾ ਜਾਂਦਾ, ਮੋਹਨਵੀਰ ਬਲ ਤੇ ਦਿਲਾਵਰ ਬਲ ਤੇ ਇਹਨਾਂ ਨੇ ਮੇਰੇ ਵੀਰੋ ਨਿੱਗੀ ਤੇ ਮਿੱਠੀ ਮੇਰੇ ਵੀਰੋ ਵੱਡਾ ਕਬੱਡੀ ਕੱਪ ਕਰਵਾ ਰਹੇ ਨੇ। ਬੈਸਟਾਂ ਨੂੰ ਹਾਰਲੇ ਦਿੱਤੇ ਜਾਣੇ ਹੈ ਤੇ ਮੇਰੇ ਵੀਰੋ ਵੱਡੇ ਮਾਣ ਸਨਮਾਨ ਕੀਤੇ ਜਾਣੇ ਆ। ਰੇਡਾਂ ਦੇ ਉੱਤੇ ਵੀ ਹਾਰਲੇ ਲੱਗਣੇ ਆ, ਇੱਕ ਫੋੜ ਲੱਗਣਾ, ਫਿਰ ਦਰਸ਼ਕਾਂ ਲਈ ਲੱਕੀ ਡਰਾ ਕੱਢੇ ਜਾਣੇ ਆ। ਇਹ ਗੱਲ ਟਿਕਾਣੇ ਆ ਭਲੱਥਾਂ ਵਾਲਿਆ, ਫੌਜੀ ਭਲੱਥ ਜੀ ਤੇ ਨਾਲ ਜੀਵਨ ਭਰਾ ਸਾਡਾ ਵੀ ਖੁੱਲੇ ਸੱਦੇ ਲਾ ਰਹੇ ਨੇ ਜੇ ਭਲੱਥਾਂ ਦੇ ਕਬੱਡੀ ਕੱਪ ਦੇ ਆਪ ਨੂੰ ਖੁੱਲੇ ਸੱਦੇ ਆ। 13 ਤੇ 14 ਅਪ੍ਰੈਲ ਹੋਵੇਗੀ, ਬੜੇ ਭਾਗਾਂ ਵਾਲੀ। ਇਹ ਮੇਰੇ ਵੀਰੋ ਜ਼ਰੂਰ ਪੁੱਜਣਾ ਸਾਰੇ ਭਰਾਵਾਂ ਦੇ, ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਲੈ ਵੀ ਜੀਵਨ ਸਿਆਣ ਪ੍ਰਸ਼ਾਦਾ ਛਕ ਲਈਏ, ਬਹੁਤ ਬਹੁਤ ਸਤਿਕਾਰ ਹੈ। ਲਾਈਵ ਵਾਲੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸਤਿਕਾਰ ਹੈ ਜੀ।